ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ਰ ਸਿੰਘ ਬਿੱਦਵਾਲੀ ਜੇਕਰ ਕਿਸੇ ਵਿਅਕਤੀ ਦੀ ਤਾਕਤ ਦੇਖਣੀ ਹੋਵੇ ਤਾਂ ਉਸ ਨੂੰ ਕੁਰਸੀ ਦੇ ਉੱਪਰ ਬਿਠਾ ਕੇ ਦੇਖੋ ਰਤਨ ਜੀ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਠਾਕ ਜੀ ਕੁਰਸੀਆਂ ਹੋਈਆਂ ਨਹੀਂ ਇਹ ਥੋੜਾ ਜਿਹਾ ਉਲਟ ਕਰ ਦੋ ਵੀ ਜੇ ਕਿਸੇ ਦੀ ਤਾਕਤ ਦੇਖਣੀ ਹੈ ਨਾ ਉਹ ਕੁਰਸੀ ਤੋਂ ਲਾ ਕੇ ਦੇਖੋ ਜੀ ਇਹ ਮਤਲਬ ਵਧੀਆ ਆਪਾਂ ਲਾਉਣ ਵਾਲੀ ਗੱਲ ਹੈ ਜਿਹੜੀ ਅਕਾਲੀ ਦਲ ਤੇ ਟੁੱਕਦੀ ਆ ਹੂੰ ਹੂੰ ਉਧਰੋਂ ਕੰਮ ਨਿਭੜ ਚੁੱਕਾ ਹੈਗਾ ਬਿਲਕੁਲ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਜਿਹੜੇ ਜਲੰਧਰ ਇਕੱਠੇ ਹੋਏ ਸੀ ਹੂੰ ਤੇ ਜਿਹੜੇ ਦੂਜੇ ਪਾਸੇ ਇਕੱਠੇ ਹੋਏ ਆ ਮੇਨ 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 ਕਹਿ ਰਹੇ ਨੇ ਆਪਦੇ ਆਪ ਨੂੰ ਹੂੰ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੂੰ ਕਿਸੇ ਦੇ ਪੱਲੇ ਕੁਝ ਨਹੀਂ ਉਹਨਾਂ ਦੇ ਆਪ ਚੁਣੇ ਹੋਏ ਨੇ ਜੋ ਜਿਹੜਿਆਂ ਨੇ ਬਾਹਾਂ ਚੱਕਤੀਆਂ ਵਿੱਚ ਦੋ ਤਿੰਨ ਬੰਦੇ ਜਿਹੜੋ ਐ ਕੈਮਰਾ ਘੁੰਮ ਰਿਹਾ ਹੈਗਾ ਜਿਹੜੀ ਪਹਿਲੀ ਮੀਟਿੰਗ ਹੋਈ ਆ ਇਹ ਦੋ ਵਾਰੀ ਹੋਇਆ ਇਹ ਕਿਹੜੀ ਪਹਿਲੀ ਮੀਟਿੰਗ ਹੋਈ ਜਿੱਥੇ ਤਾਂ ਕੋਰ ਕਮੇਟੀ ਦੀ ਹੋਈ ਹੈ ਜੀ ਜਿੱਥੇ ਇੱਕ ਤਾਂ ਵਰਕਿੰਗ ਕਮੇਟੀ ਦੀ ਹੋਈ ਆ ਕੱਲ ਹਾਂ ਇਹ ਕਿਹੜੀ ਉਦੋਂ ਪਹਿਲਾਂ ਹੋਈ ਜਥੇਦਾਰਾਂ ਤੇ ਜ਼ਿਲ੍ਹੇ ਨਹੀਂ ਨਹੀਂ ਜਥੇਦਾਰਾਂ ਤੇ ਜ਼ਿਲ੍ਹਿਆਂ ਵਾਲੀ ਹਾਂ ਉਹਦੇ ਜਦੋਂ ਐ ਕੈਮਰਾ ਘੁੰਮ ਰਿਹਾਗਾ ਉਹਦੇ ਦੋ ਤਿੰਨ ਬੰਦੇ ਤਾਂ ਹਾਸੇ ਰਹੇ ਆ ਉਹਨੂੰ ਸੀਰੀਅਸਨੈਸ ਅਦੇ ਨਹੀਂ ਪਤਾ ਹਾਂ ਠੀਕ ਆ ਤੇ ਫਿਰ ਆਪ ਮਹਾਰੇ ਚੁਣੇ ਪੇ ਬੰਦੇ ਹੀ ਉਹ ਹੱਕ ਜੇ ਖੜਾ ਲੈਣ ਉਹ ਵੀ ਕੋਈ ਬਾਲੀ ਵਧੀਆ ਗੱਲ ਨਹੀਂ ਤੇ ਉਹ ਦੂਜੇ ਪਾਸੇ ਵਾਲਿਆਂ ਦੀ ਗੱਲ ਇਹ ਆ ਹਾਂ ਵੀ ਉਹ ਜਿਹੜਾ ਹੁਣ ਅਕਾਲੀ ਦਲ ਨੇ ਸਰਕਲ ਜੇ ਲਾਏ ਆ ਵੀ ਇਹ ਵਾਹ ਭਾਜਪਾ ਦਾ ਢੀਂਡ ਸਾ ਰਖੜਾ ਮਲੂਕਾ ਜਾਂ ਵੀ ਹੋਰ ਬੀਬੀ ਜੀ ਕੀ ਕਹਿੰਦਾ ਸਾਰਿਆਂ ਦੇ ਨਾਲ ਲਾਤੇ ਉਹ ਵੀ ਸੱਚ ਹੈ ਹੂੰ ਉਹਨਾਂ ਦਾ ਕਿਸੇ ਨਾ ਕਿਸੇ ਦਾ ਸਬੰਧ ਹੈ ਪਰ ਸੱਚ ਇਹ ਵੀ ਹੈ ਵੀ ਭਾਜਪਾ ਦਾ ਸਭ ਤੋਂ ਵੱਡਾ ਜਾਂ ਭਾਜਪਾ ਤੋਂ ਸਭ ਤੋਂ ਵੱਡਾ ਬੈਨੀਫਿਟ ਕਿਹਨੇ ਲਿਆ ਬਾਦਲ ਹੂੰ ਪਰਵਾਰ ਨੇ ਬਿਲਕੁਲ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਬਿਨਾ ਕਿਸੇ ਅਕਾਲੀ ਲੀਡਰ ਨੂੰ ਪੁੱਛਿਆ ਹੂੰ ਬਿਨਾ ਕਿਸੇ ਸ਼ਰਤ ਤੇ ਸਮਰਥਨ ਦੇ ਆਏ ਸੀ ਹੂੰ ਤੇ ਫਿਰ ਉਦੋਂ ਵਾਲਾ ਨਾਗਪੁਰ ਤੇ ਹੁਣ ਵਾਲਾ ਨਾਗਪੁਰ ਚ ਕੋਈ ਫਰਕ ਹੈਗਾ ਭਾਈ ਹਾਂ ਮਤਲਬ ਦੋਨਾਂ ਦੇ ਪੱਲੇ ਕੁਛ ਨਹੀਂ ਹੁਣ ਇੱਕ ਹੋਰ ਗੱਲ ਹੈ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ ਸਰਨਾ ਸਾਹਿਬ ਦਾ ਹਾਂ ਜੀ ਉਹ ਦਿੱਲੀ ਤੋਂ ਆਏ ਲਿਆਂਦੇ ਗਏ ਕਿ ਆਏ ਆਏ ਲਾਲਾ ਲਿਆਂਦੇ ਗਏ ਸੱਦੇ ਗਏ ਲਾਲਾ ਜਿਵੇਂ ਮਰਜੀ ਲਾਲਾ ਉਹ ਕਹਿੰਦੇ ਵੀ ਚੱਲਦੇ ਜੰਗ ਦੇ ਵਿੱਚ ਹਾਂ ਕੋੜੇ ਨਹੀਂ ਬਦਲੀ ਦੇ ਹੈਂ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਅਕਾਲੀ ਦਲ ਪਿਛਲੇ 3-4 ਦਹਾਕਿਆਂ ਦੇ ਸਭ ਤੋਂ ਮਾੜੀ ਪੋਜੀਸ਼ਨ ਦੇ ਵਿੱਚ ਆ ਜਾਂ ਜਦੋਂ ਦਾ ਬਣਿਆ ਮੈਨੂੰ ਲੱਗਦਾ ਸ਼ਾਇਦ ਹੁਣ ਸਭ ਤੋਂ ਮਾੜੀ ਪੋਜੀਸ਼ਨ 'ਚ ਆ ਅਕਾਲੀ ਦਲ ਹਾਂ ਠੀਕ ਹੈ ਤੇ ਜੰਗ ਤਾਂ ਜਲੰਧਰ ਬੈਸਟ ਚੱਲ ਰਹੀ ਆ ਬੰਦਾ ਤਾਂ ਤੁਸੀਂ ਉੱਥੇ ਉਹ ਕਰਤਾ ਆਪਦਾ ਉੱਥੋਂ ਬਾਗੀ ਹੋ ਗਏ ਤੁਸੀਂ ਬਾਕੀ ਕੌਣ ਹੋਇਆ ਤੁਸੀਂ ਅਕਾਲੀ ਦਲ ਹੁਣ ਬੀਬੀ ਜ਼ਗੀਰ ਖੌਰ ਦਾ ਜਾਂ ਹੋਰ ਬੰਦਿਆਂ ਦਾ ਬਿਆਨ ਆਇਆ ਵੀ ਜਿਹੜਾ ਉਹ ਉਮੀਦਵਾਰ ਲਾਣਿਆ ਗਿਆ ਸੀ ਉਹ ਬੀਬੀ ਨੂੰ ਉਹ ਪ੍ਰਧਾਨ ਦੀ ਸਹਿਮਤੀ ਦੇ ਨਾਲ ਲਾਣਿਆ ਗਿਆ ਸੀ ਫੋਨ ਦਾਸ ਗੱਲ ਇਹ ਵੀ ਹੈ ਨਾ ਕਿਹੜੀ ਕਮੇਟੀ ਬਣਾਈ ਸੀ ਉਹ ਕਿਹੜੀ ਬਣਾਈ ਸੀ ਪ੍ਰਧਾਨ ਸਾਹਿਬ ਨੇ ਹਾਂ ਉਹ ਚਾਰ ਬੰਦੇ ਸੀ ਇੱਕ ਹੋਰ ਗੱਲ ਆ ਜਦੋਂ ਆਪਦੀ ਆਪਦੇ ਸਿਪਾਹੀ ਖੋਸ਼ ਉੱਠ ਕੇ ਬਗਾਵਤ ਕਰਦੇ ਨੇ ਫੇਰ ਜਿਹੜਾ ਰਾਜਾ ਹੁੰਦਾਗਾ ਨਾ ਉਹਨੂੰ ਫਰੰਟ ਫੁੱਟ ਤੇ ਆ ਕੇ ਖੇਡਣਾ ਚਾਹੀਦਾ ਉਹਨੂੰ ਪਿਆਦਿਆਂ ਨਾਲ ਨਹੀਂ ਖੇਡਣਾ ਚਾਹੀਦਾ ਇਹ ਗੱਲ ਸ਼ਾਇਦ ਬਾਦਲ ਸਾਹਿਬ ਨੂੰ ਸਿੱਖ ਲੈਣੀ ਚਾਹੀਦੀ ਆ ਜਾਂ ਪਤਾ ਹੋਣੀ ਚਾਹੀਦੀ ਆ ਇਹ ਕੋਈ ਉਹਨਾਂ ਨੂੰ رائے ਰੂ ਦੇ ਦੇ ਨਾ ਉਹ ਕੱਟਨੇ ਨਾ ਇਹ ਕੱਟਨੇ ਪਰੇ ਸਾਰੀ ਗੇਮ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਡੁੱਬ ਚੁੱਕੀ ਆ ਬਿਲਕੁਲ ਤੇ ਇਹਦੇ ਚ ਤਾਂ ਮੈਨੂੰ ਲੱਗਦਾਗਾ ਵੀ ਇਹ ਅਕਾਲੀ ਦਲ ਵਾਲੇ ਮੈਟਰ ਦੇ ਵਿੱਚ ਹਮ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਦੀ ਮਤਲਬ ਪਾਵਰ ਦਿਖਾਉਣੀ ਚਾਹੀਦੀ ਆ ਹਮ ਲੋਕਾਂ ਦਾ ਉਹਦੇ ਚ ਟਰਸਟ ਵੀ ਵਧੂਗਾ ਉਹਨਾਂ ਨੂੰ ਇਹ ਵੀ ਆ ਦੱਸਣਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਦੀ ਕੀ ਪਾਵਰ ਹੁੰਦੀ ਆ ਉਹਨਾਂ ਨੂੰ ਮੈਨੂੰ ਲੱਗਦਾ ਵੀ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਕਮੇਟੀ ਬਣਾਉਣ ਦੀ ਮਤਲਬ ਪੇਸ਼ ਕਰਨੀ ਚਾਹੀਦੀ ਆ ਸਾਰੇ ਸਿੰਘ ਸਹਿਬਾਨ ਇਕੱਠੇ ਹੋਣ ਉਹੀ ਇੰਟਰਵਿਊਨ ਕਰਕੇ ਕਰ ਦੇਣ ਨਹੀਂ ਇਹਨਾਂ ਦੇ ਪੱਲੇ ਕੁਝ ਨਹੀਂ ਉਹਨਾਂ ਦੇ ਪੱਲੇ ਕੋਈ ਕੁਝ ਨਹੀਂ ਖੇਤਰੀ ਪਾਰਟੀ ਜਾਊਗੀ ਫਿਰ ਆਓ ਤਿੰਨ ਪਾਰਟੀਆਂ ਰਹਿ ਗਈਆਂ ਉਹ ਆਪਦਾ ਮੈਚ ਖੇਢੀ ਜਾ ਕਰਨਗੇ ਇਹਨਾਂ ਦੇ ਕੁਝ ਨਹੀਂ ਨਿਬੜਦਾ ਇਹਨਾਂ ਦਾ ਤੁਸੀਂ ਦੇਖੋ ਨਾ ਜੇਕਰ ਬਾਕੀ ਕੋ ਗਰੁੱਪ ਜੰਦਰ ਚ ਬੋਲਿਆ ਉਹ ਤਾਂ ਪਾਈ ਹੋਗੇ ਬਾਕੀ ਉਹਦਾ ਪਾਰਟੀ ਖਿਲਾਫ ਹੋ ਰਹੇ ਆ ਫਿਰ ਤੁਸੀਂ ਕਿਉਂ ਬੋਲ ਰਹੇ ਉਹਨਾਂ ਦੇ ਖਿਲਾਫ ਕਿਸੇ ਦਾ ਪਾਰਟੀ ਚ ਹੈ ਕਿ ਤੁਸੀਂ ਕਹਿੰਦੇ ਕੋਈ ਅਸੀਂ ਮੀਟਿੰਗਾਂ ਕਰ ਰਹੇ ਹਾਂ ਜੀ ਸਾਡਾ ਪ੍ਰੈਸ ਨੋਟ ਜਾਰੀ ਹੋ ਜਾਊਗਾ ਹਾਂ ਤੁਸੀਂ ਤਾਂ ਬਰਾਬਰ ਦੇ ਹੋਗੇ ਉਹ ਛੋਡੇ ਖਿਲਾਫ ਹੋ ਰਹੇ ਆ ਤੁਸੀਂ ਉਹਨਾਂ ਖਿਲਾਫ ਹੋ ਰਹੇ ਹੋ ਤਾਂ ਦੋਨੇ ਤਰ੍ਹਾਂ ਬਰਾਬਰ ਹੀ ਆ ਨਾ ਤੁਸੀਂ ਦਫ਼ਤਰ ਜੋ ਬੋਲ ਰਹੇ ਹੋ ਚੰਡੀਗੜ੍ਹ ਵਾਲੇ ਚੋਂ ਭੋਜਿੰਦਰ ਬੋਲ ਰਿਹਾ ਫਰਕ ਇੰਨਾ ਸੀ ਬਸ ਥੋੜਾ ਜਿਹਾ ਫਿਰ ਇੱਕ ਹੋਰ ਗੱਲ ਆ ਇੱਕ ਗੱਲ ਇਹ ਕਹਿ ਰਹੇ ਆ ਵੀ ਜਿੰਨੇ ਪਾਰਟੀ ਦੇ ਅਹੁਦੇਦਾਰ ਬੰਦੇ ਨੇ ਜਾਂ ਜਿਹੜੇ ਸੀ ਉਹਨਾਂ ਨੇ ਸਮਰਥਨ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਸਾਡੇ ਕੋਲ ਇੱਕ ਰਿਪੋਰਟ ਆਈ ਹੈ ਜਿਹੜੀ ਪਹਿਲੀ ਮੀਟਿੰਗ ਹੋਈ ਜਥੇਦਾਰ ਤੇ ਜ਼ਿਲ੍ਹਾ ਵਾਲੀ ਉਹਦੇ ਚ ਇਹ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਗਈ ਵੀ ਬਾਦਲ ਸਾਹਿਬ ਨੇ ਕਿਹਾ ਵੀ ਮੈਂ ਅਸਤੀਫਾ ਲੈ ਲਵਾਂ ਮੇਰਾ ਹਾਂ ਪਰ ਸਾਡੇ ਕੋਲੇ ਜਿਹੜੀ ਰਿਪੋਰਟ ਆਈ ਉਹਦੇ 'ਚ ਇਹ ਜੀ ਕੋਈ ਗੱਲ ਨਹੀਂ ਹੋਈ ਦੂਜੀ ਮੀਟਿੰਗ 'ਚ ਹੋਈ ਆ ਕਹਿੰਦੇ ਪਹਿਲੀ 'ਚ ਕੋਈ ਇਹ ਜੀ ਗੱਲ ਨਹੀਂ ਹੋਈ ਚਲੋ ਦੂਜੀ 'ਚ ਹੋਈ ਆ ਚਲੋ ਮੰਨ ਲਓ ਪਹਿਲੀ 'ਚ ਵੀ ਹੋਈ ਆ ਹੂੰ ਪਰ ਕੀ ਜਿਹੜਾਂ ਦੇ ਹੱਥ ਚਕਾਏ ਗਏ ਤੇ ਜਿਹੜੇ ਜਲੰਦਰ ਬੈਠੇ ਸੀ ਕੀ ਉਹਨਾਂ ਦੇ ਹੱਥ ਨਹੀਂ ਚਕਾ ਕੇ ਦੇਖਣੇ ਸੀ ਉਹਨਾਂ ਚੋਂ ਵੀ ਕੁਝ ਕੋਰ ਕਮੇਟੀ ਵਰਕਿੰਗ ਕਮੇਟੀ ਬੱਖੋ-ਬੱਖਾ ਅਹੁਦੇਦਾਰ ਨੇ ਸਾਰਿਆਂ ਨੂੰ ਇਕੱਠਿਆਂ ਬਿਠਾ ਕੇ ਹੱਥ ਚਕਾ ਕੇ ਦੇਖੋ ਫਿਰ ਪਤਾ ਲੱਗ ਜੂ ਵੀ ਜਿਹੜਾ ਛੋਡੇ ਪੱਖ ਦੇ ਵਿੱਚ ਹੱਥ ਚੱਕੇ ਗਏ ਉਹਨਾਂ ਚੋਂ ਕਿੰਨੇ ਹੱਥ ਉਧਰ ਪਰਲੇ ਪਾਸੇ ਜਾਂਦੇ ਨੇ ਬਿਲਕੁਲ ਇਹ ਵੀ ਗੱਲ ਹੈ ਚਲ ਪ੍ਰਧਾਨ ਸਾਹਿਬ ਦਾ ਹੱਕ ਮੰਨਦਾ ਕਿ ਆਓ ਯਾਰ ਥੋੜਾ ਗੁੱਸਾ ਠੀਕ ਆ ਆਓ ਆਪਾਂ ਗੱਲ ਕਰਦੇ ਆ ਆਰਾਮ ਨਾਲ ਬੈ ਕੇ ਹੂੰ ਇਹੀ ਹਮੇਸ਼ਾ ਦੇਖਣਾ ਕੋਸ਼ ਪਾਰਟੀ ਦੇ ਵਿੱਚ ਜਿਹੜਾ ਅੰਦਰਲੀ ਸਭ ਤੋਂ ਵੱਡੀ ਰਿਪੋਰਟ ਆ ਰਹੀ ਆ ਉਹ ਇਹ ਆ ਰਹੀ ਆ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਧੜਾਗਾ ਉਹ ਇਹ ਕਹਿ ਰਿਹਾ ਵੀ ਜਿਹੜੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈਣਾ ਜਿਹੜੇ ਜਾਣੇ ਜਾਣਾ ਚਾਹੁੰਦੇ ਉਹਨਾਂ ਨੂੰ ਜਾਣ ਦਿਓ ਹੈ ਕਿਉਂਕਿ ਆਪਾਂ ਨਵੇਂ ਸਿਰੇ ਤੋਂ ਸਿਰਜਣਾ ਹਰ ਕੋਈ ਨਵੇਂ ਚਿਹਰੇ ਚਾਹੀਦੇ ਆ ਪਰ ਉਹ ਨਵੇਂ ਚਿਹਰੇ ਦੀ ਸ਼ੁਰੂਆਤ ਮੈਨੂੰ ਲੱਗਦਾ ਵੀ ਸੁਪਰੀਮ ਕੁਰਸੀ ਤੋਂ ਹੀ ਹੋਣੀ ਚਾਹੀਦੀ ਹੈ। ਹਾਂ। ਇਹ ਵੀ ਆ ਲੋਕਾਂ ਦੀ ਇਹ ਮੰਗ ਆ। ਇਹ ਨਵੇਂ ਚਿਹਰੇ ਕਿਹੜੇ ਲੈ ਕੇ ਆਉਣਗੇ? ਬਾਕੀ ਹੁਣ ਤਾਂ ਝੁੰਡਾ ਕਮੇਟੀ ਦੀ ਜਿਹੜੀ ਰਿਪੋਰਟ ਆ ਲੀਕ ਹੋ ਚੁੱਕੀ ਆ। ਲੀਕ ਕਹਿ ਲੋ, ਵਾਇਰਲ ਕਹਿ ਲੋ ਉਹ ਆ ਚੁੱਕੀ ਆ ਪਬਲਿਕ ਡੋਮੇਨ ਦੇ ਵਿੱਚ। ਉਹਦੇ 'ਚ ਨਾ ਤਾਂ ਤੁਸੀਂ ਫਰੀਦ ਬੰਟੀ ਰਮਾਣਾ ਜੀ ਉਹਦੇ 'ਚ ਮੈਂਬਰ ਸੀ। ਹਾਂ। ਉਹ ਐਸ.ਓ.ਆਈ. ਵਾਲਾ ਮੁੰਡਾ ਰੋਬਿਨ ਮੈਂਬਰ ਆ ਉਹਦੇ 'ਚ। ਤੇ ਵਿਰਸਾ ਸਿੰਘ ਬਲਟੋਹਾ ਮੈਂਬਰ ਸੀ ਇਦਾਂ ਕਰਕੇ 13 ਬੰਦੇ ਮੈਂਬਰ ਸੀ ਉਹਦੇ 'ਚ। ਹੂੰ। ਉਹ ਨਾ ਤਾਂ ਤਰਨਤਾਰਨ ਜ਼ਿਲ੍ਹੇ ਦੇ ਹਾਂ ਹਾਂ ਨਾ ਉਹ ਫਰੀਦਕੋਟ ਦੇ ਵਿੱਚ ਗਏ ਆ ਜਿਹੜੀਆਂ ਕੁਝ ਕੁ ਚੈਨਲਾਂ ਨੇ ਖਬਰਾਂ ਲੰਨਾਂ ਉਹਨਾਂ ਦੇ ਮੁਤਾਬਕ ਨਾ ਉਹ ਬਠਿੰਡੇ ਗਏ ਨੇ ਉੱਥੇ ਇੱਕ ਇੱਕ ਕੋਈ ਮੀਟਿੰਗ ਨਹੀਂ ਹੋਈ ਤੇ ਬਾਕੀ ਜਿਹੜੇ ਉਹਦੇ ਚ ਸੁਝਾਅ ਆਏ ਆ ਜਾਂ ਕੀ ਗੱਲਾਂ ਗਈਆਂ ਉਹ ਸਭ ਦੇ ਸਾਹਮਣੇ ਲੀਕ ਹੋ ਚੁੱਕਿਆ ਹੈਗਾ ਸਭ ਕੁਝ ਉਹਨੂੰ ਦੁਬਾਰਾ ਕਹਿੰਦੇ ਡਾਕਟਰ ਡਾਟ ਵੀ ਕੀਤਾ ਗਿਆ ਇਦਾਂ ਵੀ ਕੁਝ ਬਹੁਤ ਕੁਝ ਚੱਲ ਰਿਹਾ ਹੈਗਾ ਇਹ ਤਾਂ ਰਿਪੋਰਟ ਤਾਂ ਆ ਜਾਣੀ ਹੈ ਸਾਰੇ ਕਮੇਟੀ ਮੈਂਬਰਾਂ ਕੋਲ ਰਿਪੋਰਟ ਦੀ ਕਾਪੀ ਤਾਂ ਹੋਣੀ ਆ ਜੇ ਉਹਨਾਂ ਜਮੀਰ ਜਾਗਦੀ ਹੈਗੀ ਆ ਮੜਾ ਕਰਦਿਨ ਪੇਸ਼ ਪਾਈ ਹਾਂ ਤੁਸੀਂ ਅਕਾਲੀ ਦਲ ਨੂੰ ਸਰਵਾਈਵ ਕਰਨਾ ਤਾਂ ਹੁਣ ਆਪਾਂ ਰਤਨਜੀ ਰੌਲਾ ਇਹ ਪਿਆ ਖੜਾ ਕਿ ਅਸੀਂ ਹੀ ਬਾਦਲ ਪਰਿਵਾਰ ਦੇ ਬਾਲੇ ਹਮੈਤੀ ਆ ਨਹੀਂ ਇਹੀ ਆ ਉਹੀ ਜੰਗਾ ਮੈਂ ਕਰਿਆ ਇੰਟਰਵਿਊ ਉਹਨਾਂ ਦਾ ਆਪਾਂ ਪਾਵਾਂਗੇ ਇੱਕ ਦੋ ਦਿਨ ਠਹਿਰ ਕੇ ਪਾਵਾਂਗੇ ਚਾਰਨਜੀਤ ਬਰਾੜ ਦਾ ਉਹਨਾਂ ਨੂੰ ਇਹੀ ਸਵਾਲ ਪ੍ਰਮੁੱਖ ਤੌਰ ਤੇ ਪੁੱਛਿਆ ਵੀ ਤੁਸੀਂ ਤੇ ਬੰਟੀ ਰਮਾਣਾ ਤੁਸੀਂ ਇਹ ਦੱਸਣ ਦਾ ਹੀ ਯਤਨ ਕਰ ਰਹੇ ਹੋ ਸਾਰਾ মিডিਆ ਦੇ ਵਿੱਚ ਵੀ ਬਾਦਲ ਕੇ ਨੇੜੇ ਕੌਣ ਆ ਇਹ ਮੁਕਦੀ ਗੱਲ ਹੈ ਹੂੰ ਤੇ ਇਹਨਾਂ ਨੇ ਸਾਰਾ ਕੁਝ ਡੋਬ ਲਿਆ ਸਾਰੇ ਇੱਕੋ ਜਿਹੇ ਮਤਲਬ ਸਾਰੇ ਕਸੂਰਵਾਰ ਨੇ ਹਾਂ ਬਸ ਇੱਕ ਗੱਲ ਇਹਦੇ ਵਿੱਚ ਮੈਨੂੰ ਵਧੀਆ ਲੱਗਦੀ ਆ ਜੋ ਹੋ ਰਹੀ ਆ ਜਿਹੜਾ ਲੀਡਰਾਂ ਨੇ ਬਗਾਵਤ ਕੀਤੀ ਮੰਨ ਕੇ ਚੱਲੋ ਵੀ ਜਿਹੜੇ ਜਲੰਧਰ ਸੀ ਇਹਨਾਂ ਦੇ ਮੁਤਾਬਕ ਉਹਨਾਂ ਦੀ ਇੱਕ ਗੱਲ ਵਧੀਆ ਦੁੱਧ ਤੋਂ ਉੱਤੇ ਉਹ ਵੀ ਨਹੀਂ ਪਰ ਵੀ ਜਿਹੜਾ ਉਹ ਲਿਖਤ ਮਾਫੀ ਮੰਗ ਰਿਹਾ ਕਾਲ ਤੱਕ ਸਾਹ ਤੇ ਜਾ ਕੇ ਉਹਦੇ ਚ ਉਹ ਆ ਲੀਡਰ ਕਹਿ ਰਹੇ ਨੇ ਪਰ ਜਦੋਂ ਉਹ ਲਿਖਤ ਮਾਫੀ ਮੰਗਣਗੇ ਉਹ ਪ੍ਰੈਸ ਰਿਲੀਜ਼ ਕਰਨਗੇ ਉਹਨੂੰ ਪਬਲਿਕ ਫਿਰ ਪਤਾ ਲੱਗੂ ਪਰ ਉਹ ਕਹਿ ਰਹੇ ਨੇ ਅੱਜ ਦੀ ਘੜੀ ਵੀ ਅਸੀਂ ਉਹ ਚ ਲਿਖਾਂਗੇ ਵੀ ਉਦੋਂ ਅਸੀਂ ਸਰਕਾਰ ਚ ਰਹਿੰਦੇ ਹੋਏ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਅਸੀਂ ਵੀ ਚੁੱਪ ਰਹੇ ਅਸੀਂ ਵੀ ਗੁਨਾਹਗਾਰਾਂ ਉਹਨੇ ਹੀ ਗੁਨਾਹਗਾਰਾਂ ਉਹਨੇ ਹੀ ਉਹ ਗੁਨਾਹਾਂ ਦੇ ਭਾਗੀਦਾਰ ਆ ਹੂੰ ਜੋ ਬਾਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਹਿਬਾਨ ਜਿਹੜੇ ਬਾਕੀ ਜਥੇਦਾਰ ਨੇ ਉਹਨਾਂ ਨੇ ਫੈਸਲਾ ਕਰਨਾ ਵੀ ਉਹਨਾਂ ਨੂੰ ਕਦੋਂ ਮਤਲਬ ਆਪਾਂ ਕਹਿ ਦਈਏ ਵੀ ਡੰਡ ਲਾਉਣਾਗਾ ਜਾ ਤਨਖਾਈ ਲਾਉਣਾਗਾ ਵੀ ਕੋਈ ਸੇਵਾ ਲਾਉਣੀ ਆ ਜਾਂ ਕੁਝ ਜਿਹੜੀ ਅਸਲ ਪਰੰਪਰਾਗੀ ਹਮ ਹਣਾ ਤੇ ਹੁਣ ਦੇਖੋ ਕੀ ਗੱਲਬਾਤ ਆ ਪਰ ਇਹਦੇ ਚ ਸਭ ਤੋਂ ਜਿਹੜਾ ਸਭ ਤੋਂ ਮਤਲਬ ਆਪਾਂ ਬੋਲਡ ਗੱਲ ਕਹਿ ਸਕਦੇ ਆ ਹਮ ਅਕਾਲੀ ਦਲ ਨੂੰ ਬਚਾਉਣ ਦੇ ਲਈ ਜਿਹੜੀ ਸਭ ਤੋਂ ਬੋਲਡ ਗੱਲ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰ ਸਕਦੇ ਜੇ ਉਹ ਆਪਦੀ ਅਸਲ ਪਾਵਰ ਜਿਹੜੀ ਜਥੇਦਾਰ ਕੋਲੇ ਹੈਗੀ ਆ ਉਹ ਦਿਖਾਉਣ ਫਿਰ ਅਕਾਲੀ ਫੁੱਲਾ ਸਿੰਘ ਹੋਣੇ ਕਦੇ ਵਰਤਿਆ ਸੀ ਹਾਂ ਬਿਲਕੁਲ ਤੇ ਉਹ ਕੋਈ ਅਜਿਹੇ ਬੰਦੇ ਨੂੰ ਅੱਗੇ ਲਾਉਣ ਸਾਰੇ ਆ ਨੂੰ ਉਹਨਾਂ ਨੂੰ ਮਨ ਲੱਗਦਾ ਵੀ ਅਕਾਲ ਤੱਕ ਸਭ ਦੇ ਜਥੇਦਾਰ ਨੂੰ ਸਾਰੇ ਇਹਨਾਂ ਨੂੰ ਅਕਾਲੀ ਦਲ ਨੂੰ ਭੰਗ ਕਰਕੇ ਆਦੇਸ਼ ਦੇ ਕੇ ਹਨਾ ਇੱਕ ਕਮੇਟੀ ਦਾ ਗਠਨ ਕਰਨਾ ਚਾਹੀਦਾਗਾ ਕੋਈ ਬੰਦਾ ਤਾਂ ਹੋਣਾ ਚਾਹੀਦਾ ਸਭ ਦਾ ਜਥੇਦਾਰ ਕੋਈ ਵੀ ਹੋ ਸਕਦਾ ਉਹ ਚ ਜਥੇਦਾਰ ਰਣਜੀਤ ਸਿੰਘ ਹੋ ਸਕਦੇ ਆ ਪਰ ਜਥੇਦਾਰ ਰਣਜੀਤ ਸਿੰਘ ਦਾ ਨਾਮ ਇਹਨਾਂ ਦੇ ਲਈ ਇੰਨਾ ਇੱਕ ਕੌੜਾਗਾ ਮਿਰਚਾਂ ਹੂੰ ਕਾਹ ਨਾਲ ਕੰਮ ਆ ਜੇ ਕਰ ਰਾਂ ਰঞ্জੀਤ ਸਿੰਘ ਦਾ ਕੋਈ ਨਾਮ ਇਹਨਾ ਮੂਰੇ ਲੈਂਦਾ ਤਾਂ ਹਾਂ ਪਰ ਮੈਂ ਤੈਨੂੰ ਦੱਸਦਾ ਵੀ ਸਾਨੂੰ ਇੱਕ ਮਤਲਬ ਫੋਨ ਆਇਆ ਹਮ ਜਥੇਦਾਰ ਰਣਜੀਤ ਸਿੰਘ ਦੀ ਆਇਆ ਉਹਨਾਂ ਨੇ ਮੇਰੇ ਕੋਲੇ ਇਹ ਗੱਲ ਕਹੀ ਆ ਚਲੋ ਮੈਂ ਪਬਲਿਕ ਡੋਮੇਨ ਚ ਧਾਂ ਤਾਲ ਲਿਆ ਰਿਹਾ ਕਿਉਂਕਿ ਇਹ ਗੱਲ ਆਪਣੇ ਆਪ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਵੀ ਕਿੰਨੀ ਚਿੰਤਾ ਕੀ ਉਹਨਾਂ ਨੇ ਕਿਹਾ ਵੀ 30 ਸਾਲ ਤੋਂ ਉਹ ਬਾਦਲ ਪਰਿਵਾਰ ਦੇ ਖਿਲਾਫ ਬੋਲ ਰਹੇ ਨੇ ਹਮ ਉਹ ਕਹਿੰਦੇ ਵੀ ਅੱਜ ਉਹਨਾਂ ਨੇ ਕਿਹਾ ਵੀ ਇਹ ਲੱਗ ਰਿਹਾ ਵੀ ਪੰਜਾਬ ਵੀ ਅਕਾਲੀ ਦਲ ਵੀ ਡੁੱਬ ਗਿਆ ਨਾਲ ਹੀ ਪੰਜਾਬ ਡੁੱਬ ਗਿਆ ਹੂੰ ਪੋਲੀਟਿਕਲ ਤੌਰ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਨੂੰ ਬਹੁਤ ਟਾਈਮ ਦੇ ਪਿੱਟੀਆਂ ਦੇ ਵੀ ਤੁਸੀਂ ਕੁਝ ਬਦਲਾਅ ਕਰ ਲੋ ਕਰ ਲੋ ਬੰਦੇ ਮਤਲਬ ਚਿਹਰੇ ਉਨੇ ਕ ਹੀ ਨੇ ਖੇਤਰੀ ਪਾਰਟੀ ਕੋਲੇ ਤਾਂ ਚੀਜ਼ਾਂ ਸੰਭਲ ਜਾਣੀਆਂ ਹੌਲੀ ਹੌਲੀ ਰਤਨ ਤੁਸੀਂ ਇਹ ਦੇਖੋ ਅਕਾਲੀ ਦਲ ਦੇ 5 ਲੀਡਰ ਜਿਹਨੂੰ ਪੰਜਾਬ ਦੇ ਲੋਕ ਜਾਣਦੇ ਹੋਣਗੇ 8ਵੇਂ 7ਵੇਂ ਲੀਡਰਾਂ ਜਿਹਨੂੰ ਲੋਕ ਜਾਣਦੇ ਹੋਣਗੇ ਪੰਜਾਬ ਦੇ ਹੂੰ ਤੁਸੀਂ ਸਿਰਫ ਕੁਝ ਚਿਹਰਿਆਂ ਦੇ ਨਾਲ ਇਸ ਪੂਰਾ ਅਕਾਲੀ ਦਲ ਖੜਾ ਕਰਤਾ ਬਾਕੀ ਇਹ ਨਹੀਂ ਤੁਸੀਂ ਜੇ ਸਾਰੇ ਪੰਜਾਬ 'ਚ ਇਹ ਗੱਲ ਚੱਲਦੀ ਹੈ ਵੀ ਬਾਦਲਾਂ ਨੇ ਅਕਾਲੀ ਦਲ ਖਰਾਬ ਕਰਤਾ ਨਾਲ ਹੀ ਉਹਦੇ ਪੈਰਲਰ ਇਹ ਗੱਲ ਚੱਲਦੀ ਹੈ ਵੀ ਸੰਗਰੂਰ 'ਚ ਫਲਾਨਿਆਂ ਨੇ ਢੀਂਡ ਸਿਆ ਨੇ ਫਲਾਨੇ ਬੰਦੇ ਦੀ ਉਧਰ ਹੋ ਗਈ ਦੀ ਉਧਰ ਸਾਰਿਆਂ ਨੇ ਆਪ ਦਾ ਆਪ ਦਾ ਮਤਲਬ ਬਣਾਇਆ ਵਾ ਸੀ ਸਾਰੇ ਹੀ ਪਛਤਾ ਰਹੇ ਨੇ ਸਾਰੇ ਹੀ ਰੋ ਰਹੇ ਨੇ ਹਮ ਤੇ ਉਹਨਾਂ ਨੂੰ ਪਤਾ ਸਾਰਿਆਂ ਨੂੰ ਵੀ ਉਹਨਾਂ ਕਰਕੇ ਹੀ ਹੋਇਆ ਉਹ ਸਾਰਿਆਂ ਨੂੰ ਮਤਲਬ ਸਨੌਰਿਟੀ ਵਾਲਾ ਕਿਲਾ ਵੀ ਕੱਢ ਕੇ ਗੱਲ 'ਚੋਂ ਹਮ ਇੱਧਰ ਲਿਆਣੂ ਵੀ ਉਧਰ ਲਿਆਣੂ ਵੀ ਤੇ ਉਹਨਾਂ ਨੂੰ ਕੁਝ ਨਵਾਂ ਉਹ ਕਰਨਾ ਚਾਹੀਦਾਗਾ ਨਹੀਂ ਇਹ ਇਹਨਾਂ ਦਾ ਜੁਲੀ ਬਿਸਤਰਾ ਗੋਲ ਹੋ ਚੁੱਕਿਆਗਾ ਰੇਵੇ ਉਹਨੇ ਉਹ ਦਵਿੰਦਰ ਘਵਾਏ ਨਹੀਂ ਕਰਾ ਕਹਿ ਨਹੀਂ ਦਿੱਤਾ ਇਸ ਇੱਕ ਅਫਸਰ ਹਨਾ ਉਹ ਡਾਇਲੌਗ ਦੀ ਆਪਾਂ ਗੱਲ ਕਰਾ ਇਹਨਾਂ ਜੁਲੀ ਬਿਸਤਰਾ ਸਭ ਦਾ ਗੋਲਾ ਕੀ ਹੋ ਜੂਗਾ ਤੁਸੀਂ ਆ ਚਾਰ ਜਿਹੜੇ ਇਲੈਕਸ਼ਨ ਆ ਰਹੇ ਆ ਤੇ ਇੱਕ ਜਿਹੜਾ ਆਗਾ ਨਹੀਂ ਤੁਸੀਂ ਹੁਣ ਹੁਣ ਰਤਨੀ ਤੁਸੀਂ ਆ ਹੀ ਦੇਖ ਲਓ ਜਿਹੜਾ ਇਲੈਕਸ਼ਨ ਜਲੰਧਰ ਦਾ ਆ ਰਿਹਾ ਮਤਲਬ ਪਹਿਲਾਂ ਪ੍ਰਧਾਨ ਸਾਹਿਬ ਕਮੇਟੀ ਬਣਾਉਂਦੇ ਆ ਇੱਕ ਉਹ ਕਮੇਟੀ ਇੱਕ ਔਰਤ ਨੂੰ ਚੁਣ ਲੈਂਦੇ ਕਿ ਸਾਡੀ ਉਮੀਦਵਾਰ ਹੋਊਗੀ ਹੂੰ ਤੁਸੀਂ ਜਾ ਕੇ ਉੱਥੇ ਫਾਰਮ ਭਰਾਣ ਦਲਜੀਤ ਸਿੰਘ ਚੀਮਾ ਉੱਥੇ ਪਹੁੰਚਦੇ ਆ। ਹੁਣ ਪਹਿਲਾਂ ਜੋ ਦਾਵਾ ਕੀਤਾ ਜਗੀਰ ਕੌਰ ਨੇ ਉਹ ਕਹਿੰਦੇ ਪਹਿਲਾਂ ਦਲਜੀਤ ਸਿੰਘ ਚੀਮਾ ਦਾ ਫੋਨ ਆਉਂਦਾ। ਬੀਬਾ ਜੀ ਨੂੰ ਹੂੰ ਕਿ ਤੁਸੀਂ ਆਪਣੀ ਨਾਂਗਦਗੀ ਵਾਪਸ ਲੈ ਲਓ ਹੁਣ ਤੇ ਨਹੀਂ ਇਸ ਤਰ੍ਹਾਂ ਕਰਨਾ। ਉਹ ਕਹਿੰਦੇ ਕੋਈ ਨਾ ਸੋਚਦੇ ਆ। ਫਿਰ ਕਹਿੰਦੇ ਭੁੰਦ ਸਾਹ ਦਾ ਫੋਨ ਆ ਗਿਆ। ਕਿ ਅਸੀਂ ਤੁਹਾਡਾ ਸਮਰਥਨ ਨਹੀਂ ਕਰ ਰਹੇ ਜੀ ਤੁਹਾਨੂੰ ਕੋਈ ਪੈਸਾ ਨਹੀਂ। ਤੁਸੀਂ ਬਾਗੀ ਵਾਲੇ ਪਾਸਿਓਂ ਬਾਏ ਬਾਏ। ਹੂੰ ਟਾਟਾੜਾ ਹਾੜੀ ਹੋ ਗਈ। ਜਗੀਰ ਕੌਰ ਨੇ ਤਾਂ ਹੋਵੇ ਖੁਰ ਵੀ ਕੀਤਾ। ਕਿ ਅਕਾਲੀ ਦਲ ਤਾਂ ਇਲੈਕਸ਼ਨ ਲੜਨ ਨੂੰ ਹੀ ਨਿਤਿਆਰ ਸੀ ਹੂੰ ਉਹ ਕਹ ਰਹੇ ਸੀ ਆਪਾਂ ਸਮਰਥਨ ਕਰ ਦਾਂਗੇ बसपा ਦਾ ਫਿਰ ਡਾਕਟਰ ਸੁਖੀ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਯਾਰ ਕਿ ਆਪਣੇ ਜਿਹੜੇ ਵਰਕਰ ਨਾਰਾਜ਼ ਹੋਣਗੇ ਨਰਾਸ਼ ਹੋਣਗੇ ਤੇ ਆਪਾਂ ਉਮੀਦਵਾਰ ਖੜਾ ਕਰਗੇ ਪ੍ਰਧਾਨ ਸਾਹਿਬ ਵੀ ਹੱਕ ਠਹਿਗੇ ਸੀ ਖੜਾ ਕਰਨ ਦੇ ਪਰ ਕੁਝ ਕੁ ਲੋਕ ਨਾਲ ਦੇ ਨੇ ਉਹਨਾਂ ਦੇ ਉਹ ਕਹਿੰਦੇ ਸੀ ਨਹੀਂ ਜੀ ਕੀ ਲੜਨਾ ਇਹ ਚਰਚਾ ਵੀ ਹੋ ਰਹੀ ਆ ਤੇ ਹੁਣ ਤੁਸੀਂ ਚੋਣਾ ਚਾਹ ਕੇ ਆਪ ਦਾ ਬੰਦਾ ਪਛਾਹ ਆਹ ਨੂੰ ਨੋਟਿਸ ਜਾਰੀ ਨੋਟਿਸ ਜਾਰੀ ਕਰਦੇ ਵੀ ਭਾਈ ਤੁਸੀਂ ਸਾਡੇ ਨਾਲ ਗੱਲ ਕਰੋ ਤੁਹਾਨੂੰ ਸੱਦਿਆ ਪਾਰਟੀ ਪ੍ਰਧਾਨ ਨੇ ਹਾਂ ਆਪਸੀ ਬੁਲਾ ਕੇ ਗੱਲ ਤਾਂ ਕਰੋ ਯਾਰ ਹੂੰ ਤਾਂ ਜਿਹੜੀ ਚਰਚਾ ਪਹਿਲਾਂ ਹੋ ਰਹੀ ਸੀ ਕਿ ਕਾਲੀ ਦਲ ਇਲੈਕਸ਼ਨ ਨਹੀਂ ਲੜੂਗਾ ਤੇ ਤੁਸੀਂ ਸੱਚ ਕਰਤਾ ਹੁਣ ਤੋਂ ਇੱਥੇ ਆ ਕੇ ਹੂੰ ਮਤਲਬ ਕਿ ਜੇ ਉਹ ਤੁਸੀਂ ਉਹਦੇ ਇਲਜ਼ਾਮ ਲਗਾ ਰਹੇ ਹੋ ਨਾਲੇ ਕੁਝ ਚੀਜ਼ਾਂ ਹੁੰਦੀਆਂ ਗਈਆਂ ਠੀਕ ਆ ਪਹਿਲੀ ਗੱਲ ਤਾਂ ਇਹ ਜੇ ਸਿਸਟਮ ਦੇ ਵਿੱਚ ਇਲੈਕਸ਼ਨ ਲੜਾਈ ਨਹੀਂ ਜਾਣਾ ਹਨਾ ਪਰ ਉਹੀ ਗੱਲ ਆ ਵੀ ਪ੍ਰਧਾਨ ਫਰੰਟ ਫੁੱਟ ਤੇ ਆ ਕੇ ਜੇ ਕੁਝ ਕਰੂਗਾ ਜਾਂ ਬੋਲਡ ਉਹਨਾਂ ਬੋਲਡ ਹੈ ਨਹੀਂ ਮੰਦਾ ਆਪ ਦਾ ਕੋਈ ਵੀ ਲੀਡਰ ਉਨਾ ਬੋਲਡ ਹੈ ਨਹੀਂ ਜਿਹੜਾ ਫਰੰਟ ਫੁੱਟ ਤੇ ਆ ਕੇ ਮਤਲਬ ਉਵੇਂ ਆਪਦੀ ਪਾਰਟੀ ਲਈ ਗੱਲ ਕਰ ਸਕੇ ਸੈਨਾਪਤੀ ਐਗਵੰਗਾਂ ਕਰਦੇ ਹੁੰਦੇ ਆ ਹੂੰ ਕਿਸੇ ਵੀ ਜੰਗ ਦਾ ਹਾਂ ਉਹ ਪਿਆਦਿਆਂ ਦੇ ਸਿਰ ਤੇ ਨਹੀਂ ਜੰਗ ਕਰਦੇ ਹਾਂ ਹਾਂ ਜਾਂ ਸੈਨਾ ਦੇ ਸਿਰ ਤੇ ਨਹੀਂ ਤੇ ਸੈਨਿਕ ਸਾਹਿਬ ਤਾਂ ਘਰ ਬੈਠੇ ਹੋਏ ਨੇ ਤੇ ਉਸ ਆਲ ਫੋਨਾਂ ਫੜਨਾਂ ਤੇ ਲੜਾਈ ਲੜ ਰਹੇ ਹੋਣਗੇ ਜੇ ਫਿਰ ਨਹੀਂ ਉਹ ਆਉਂਦੇ ਨੇ ਪਾਰਟੀ ਦੀਆਂ ਮੀਟਿੰਗਾਂ ਚਾਹੁੰਦੇ ਨੇ ਬਸ ਉਹ ਪ੍ਰੈਸ ਤੇ ਮੂਰੇ ਬੰਦੇ ਹੋਰ ਮੂਰੇ ਹੋ ਜਾਂਦੇ ਆ ਹਾਂ ਬਸ ਇਹਨਾਂ ਦਾ ਨਵੜ ਗਿਆ ਕੰਮ ਟੋਟਲ ਕੋਲਮ ਲਾ ਕੇ ਗਿਆ ਮਹਨਤ ਬੀਬੀ ਨੇ ਵੀ ਉੱਥੋਂ ਦਿੱਲੀ ਤੋਂ ਬਿਆਨ ਦਿੱਤਾ ਉਹ ਕਹਿੰਦੇ ਵੀ ਉਹ ਭਾਜਪਾ ਦੇ ਨਹੀਂ ਬੰਦੇ ਹਾਂ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ ਮਤਲਬ ਉਹ ਇਹ ਹੀ ਕਹਿ ਰਹੇ ਨੇ ਨਾ ਕਿ ਹੁਣ ਤੁਹਾਨੂੰ ਯਾਦ ਆ ਗਿਆ ਕਿਹੜੇ ਬੀਬੀ ਜੰਗੀਰ ਕੌਰ ਆ ਜਾਂ ਮਲੂਕਾ ਸਾਹਿਬ ਆ ਜਾਂ ਚੰਦੂ ਮਾਇਰਾ ਸਾਹਿਬ ਆ ਜਾਂ ਰਖੜਾ ਸਾਹਿਬ ਆ ਜਾਂ ਬਾਕੀ ਸਾਰੇ ਪਰਿਵਾਰ ਹੋਗੇ ਕਿ ਇਹ ਸਭ ਤੋਂ ਜਿਹੜੀ ਖਤਰਨਾਕ ਗੱਲ ਹੈ ਨਾ ਹਾਂ ਉਹ ਹੋਣੀ ਹੈ ਬਲਵੰਦਰ ਸਿੰਘ ਭੁੰਦਰ ਜੀ ਨਾਲ ਹਾਂ ਉਹ ਠੀਕ ਆ ਉਹ ਇੱਕ ਤਰ੍ਹਾਂ ਉਹਨਾਂ ਨੂੰ ਸਾਰੇ ਇਹ ਹੀ ਕਹਿੰਦੇ ਆ ਗੱਲ ਵੀ ਅਸੀਂ ਕਿਸੇ ਸੀਨੀਅਰ ਲੀਡਰ ਕੋਲੇ ਬਟੇ ਉਹ ਕਹਿੰਦੇ ਵੀ ਉੱਥਾ ਉਹਨਾਂ ਦੇ ਪਰਿਵਾਰਕ ਮੈਂਬਰੀ ਦੇ ਤਰ੍ਹਾਂ ਨੇ ਬਾਲ ਸਾਬ ਦੀ ਰਿਸਪੈਕਟ ਕਰਦੇ ਨੇ ਪਰ ਜੇ ਹੁਣ ਪਾਰਟੀ ਹੀ ਮਰ ਗਈ ਫਿਰ ਤੁਸੀਂ ਕਰੀਏ ਰਿਸਪੈਕਟ ਮਤਲਬ ਫਿਰ ਕੀ ਆ ਹਣਾ ਉਹਨਾਂ ਨੂੰ ਕੁਝ ਮਤਲਬ ਬੋਲਡਲੀ ਸੋਚਣਾ ਚਾਹੀਦਾ ਹੈਗਾ ਤੇ ਇੱਥੋਂ ਤੱਕ ਬੰਦਿਆਂ ਨੇ ਗੱਲਾਂ ਦੱਸਤੀਆਂ ਵੀ ਇੰਟਰਵਿਊਾਂ ਦੇ ਵਿੱਚ ਪਬਲਿਕ ਉਹ ਕਹਿੰਦੇ ਵੀ ਸਭ ਤੋਂ ਮੋਹਰੀਆਂ ਦੇ ਵਿੱਚ ਤਾਂ ਡਾਕਟਰ ਚੀਮਾ ਹੀ ਸੀ ਜਿਹੜੇ ਕਹਿੰਦੇ ਸੀ ਬੀਜੇਪੀ ਨਾਲ ਇਕੱਠੇ ਜੋੜ ਕਰ ਲਏ ਹਾਂ ਨਹੀਂ ਉਹ ਤਾਂ ਚਲ ਰਤਨ ਜੀ ਗੱਲ ਹੀ ਨਿਬੜੀ ਨਾ ਤੁਸੀਂ ਹੁਣ ਇਹਨਾਂ ਨੂੰ ਕਹਿ ਰਹੇ ਆ ਨਾਗਪੂਰੀ ਹੈ ਜੀ ਹਾਂ ਹਾਂ ਇੱਛਾ ਬੀਜਪੀ ਦਾ ਸਮਰਥਨ ਆ ਉਹ ਇੱਥੇ ਜਿਹੜਾ ਆਪਰੇਸ਼ਨ ਹੋਇਆ ਸੀ ਮਹਾਰਾਸ਼ਟਰ 'ਚ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਇਹ ਗੱਲ ਆਪਾਂ ਬਹੁਤ ਪਹਿਲਾਂ ਕਹ ਦਿੱਤੀ ਸੀ ਪੋਡਕਾਸਟ 'ਚ ਕਿ ਤੁਹਾਡੇ ਨਾਲ ਹੋਣੀ ਇਹੀ ਆ ਹੂੰ ਕਿ ਜਿਵੇਂ ਸ਼ੇਵ ਹਸੈਨਾਂ ਤੋਂ ਦੋ ਟੁੱਟੇ ਕੀਤੇ ਤੁਹਾਡੇ ਨਾਲ ਹੋਣੀ ਇਸ ਤਰ੍ਹਾਂ ਹੀ ਆ ਤੁਹਾਨੂੰ ਹੋ ਵੀ ਰਹੀਏ ਤੁਸੀਂ ਇਲਜ਼ਾਮ ਲਾ ਰਹੇ ਹੋ ਪਰ ਭਈ ਉਹਨਾਂ ਨੂੰ ਦੁੱਧ ਕਿਹਨੇ ਪਾਇਆ ਤੁਸੀਂ ਇੱਥੇ ਆ ਜਾਓ ਹੂੰ ਬੀਪੀ ਨਾਲ ਲਿਆਜ ਕਿਹਨੇ ਪਾਈ ਸੀ ਹੂੰ ਦੁੱਧ ਤਾਂ ਤੁਸੀਂ ਪਾਇਆ ਬੀਜਪੀ ਨੂੰ ਤੁਸੀਂ ਉਸ ਤਰੀਕੇ ਨਾਲ ਸੋਚਣਾ ਤਾਂ ਹੂੰ ਤਾਂ ਫਿਰ ਉਹ ਹੁੰਦੇ ਕੋਈ ਕਰ ਰਹੇ ਤੇ ਤੁਹਾਡੇ ਇਲਜ਼ਾਮ ਨੇ ਮਤਲਬ ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹ ਸਲੀ ਰੰਗ ਹੁਣ ਦਿਖਾ ਰਿਹਾ ਹੈ ਹਾਂ ਹੁਣ ਕਿਵੇਂ ਘੋਣਾ ਗੂ ਇਹਨਾਂ ਨੂੰ ਖਾ ਖਾ ਲਿਆ ਠੀਕ ਹੈ ਇਹਨਾਂ ਦਾ ਸਾਰਾ ਸਮਾਨ ਉਹ ਚੱਕੀ ਫਿਰਦੇ ਆ ਸਭ ਕੁਝ ਉਹਨਾਂ ਕੋਲ ਆ ਆਏ ਨਹੀਂ ਪਤਾ ਆਉਣ ਵਾਲੇ ਦਿਨਾਂ 'ਚ ਇੱਕ ਦੂਜੇ ਦੇ ਖਿਲਾਫ ਬੋਲਣ ਦੇ ਪਤਾ ਹੀ ਨਹੀਂ ਕੀ ਕੀ ਕੁਝ ਨਿੱਜੀ ਗੱਲਾਂ ਵੀ ਸਾਹਮਣੇ ਆ ਜਾਣ ਤੇ ਇੱਕ ਗੱਲ ਹੋਰ ਆ ਵੀ ਇਹ ਸਾਰੇ ਸਿਸਟਮ ਦੇ ਵਿੱਚ ਜੇ ਆਪਾਂ ਕਹਿ ਦਈਏ ਵੀ ਜਿਹੜਾ ਮਤਲਬ ਵੀ ਮੇਨ ਮੇਨ ਬੰਦੇ ਨੇ ਕਾਲੀ ਦਲ ਦੇ ਉਹਨਾਂ ਦੀ ਭੂਮਿਕਾ ਵੀ ਕੋਈ ਬਹੁਤੀ ਵਧੀਆ ਨਹੀਂ ਰਹੀ ਨਾ ਇੱਧਰ ਲਿਆਂਦੀ ਨਾ ਉੱਧਰ ਲਿਆਂਦੀ। ਨੀ ਆਪਾਂ ਹੁਣੇ ਅੱਗੇ ਵੀ ਆਉਣੇ ਆ। ਤਾਂ ਇਹ ਕਹਣਾ ਬਿਆਨ ਸੀ ਕੱਲ ਵੀ ਕਿ ਦੋ ਪ੍ਰੈਸ ਕਾਨਫਰੈਂਸ ਹੋਰੀ ਪੁੰਦਰ ਸਾਹਿਬ ਦਾ। ਉਹ ਕਹਿੰਦੇ ਜਿਹੜਾ ਕੋਈ ਟੈਕਨੀਕਲ ਪ੍ਰੋਬਲਮਸ ਕਹਿੰਦੇ ਕੋਈ ਆ ਗਿਆ। ਜਿਹੜਾ ਕੱਲ ਤੋਂ ਆਪਣੇ ਸਿਧਾਂਤ ਤੇ ਉੱਪਰ ਖੜਾ ਕਹਿੰਦੇ ਉਹ ਤਾਂ ਆਪਣੇ ਸਿਧਾਂਤ ਤੋਂ ਹਿੱਲਿਆ ਹੀ ਨਹੀਂ ਕਹਿੰਦੇ। ਹੂੰ। ਉਹ ਜਮਾਂ ਬਰਕਰਾਰ ਆ ਕੋਈ ਟੈਕਨੀਕਲ ਫਾਲਟ। ਕਿਹੜੀ ਗੱਲ ਤੇ? ਹੁਣ ਗੜਿਆ ਸੁਮੇਸ਼ ਸਿੰਘ ਸੈਣੀ ਲਾਇਆ। ਹੂੰ। ਉਹ ਟੈਂਕਲ ਫਾਲਟ ਸੀ। ਆ ਰਾਮ ਰੀਵ ਨੂੰ ਮਾਫੀ ਦੇਣਾ ਕੋਈ ਟੈਕਨੀਕਲ ਫਾਲਟ ਸੀ। ਹੂੰ। 15 ਤੋਂ ਬਾਅਦ ਤੁਸੀਂ ਕੋਈ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਜਾਂ ਆਪਣੇ ਆਪ ਨੂੰ ਡਿਫੈਂਡ ਕੀਤਾ ਨਹੀਂ ਇਹਦੇ ਪਿੱਛੇ ਕੀ ਟੈਕਨੀਕਲ ਗੱਲ ਤਾਂ ਜਿਹੜੇ ਨਹੀਂ ਨਹੀਂ ਕੀ ਟੈਕਨੀਕਲ ਫੱਟ ਸੀ ਜਿਹੜੇ ਬੰਦੇ ਕਹਿ ਰਹੇ ਆ ਵੀ ਲਿਖਤ ਮਾਫੀ ਮੰਗ ਲਓ ਅਕਾਲ ਤਖਤ ਸਾਹਿਬ ਤੋਂ ਹਾਂ ਇਹਦੇ ਪਿੱਛੇ ਕੀ ਹੈ ਨਹੀਂ ਨਹੀਂ ਮਾਫ ਕਰਨਾ ਇਹ ਪਹਿਲਾਂ ਆਪ ਤਾਂ ਜਾ ਕੇ ਆਏ ਆ ਇੱਕ ਹੋਰ ਆ ਇੱਕ ਜਦੋਂ ਇੱਕ ਮਿੰਟ ਇੱਕ ਨੂੰ ਕੋਈ ਜਦੋਂ ਪ੍ਰਧਾਨ ਸਾਹਿਬ ਨੇ ਸਪੋਰਟ ਸ਼ੂਜ਼ ਸਾਫ਼ ਕੀਤੇ ਸੀ ਉੱਥੇ ਕਿ ਅਰਦਾਸ ਕਰਾਈ ਸੀ ਪਤਾ ਨਹੀਂ ਵੀਡੀਓ ਐਡਿਟ ਕਰਤੀ ਫੋਟੋ ਐਡਿਟ ਕਰਤੀ ਕੋਈ ਸੀ ਤੇ ਖੰਡ ਪਾਤ ਸਾਹਿਬ ਉੱਥੇ ਕਰਵਾਏ ਗਏ ਨੇ ਜਾ ਕੇ ਦੋ ਜਨ ਜਾ ਕੇ ਵੀ ਆਏ ਨੇ ਕਹੇ ਮਾਫੀ ਮੰਗ ਲਈ ਜੀ ਪਰ ਮੰਗੀ ਕਈ ਦਸਤ ਤੋਂ ਕੋਉਣ ਨੂੰ ਬਾਈ ਤੁਸੀਂ ਹੂੰ ਮਾਫੀ ਮੰਗ ਲਈ ਅਸੀਂ ਜੀ ਪਰ ਗਲਤੀ ਕੀਤੀ ਉਹ ਦੱਸ ਦੋ ਹੂੰ ਉਹ ਇੱਕ ਨਾਟਕੀ ਢੰਗ ਤਰੀਕੇ ਨਾਲ ਹੂੰ ਅਸੀਂ ਗਲਤੀਆਂ ਬਖਸ਼ਾਉਣਾ ਗਲਤੀਆਂ ਕਿਹੜੀਆਂ ਜੀ ਉਹ ਦੱਸ ਸਕਦੇ ਅਸੀਂ ਹੂੰ ਸਭ ਦੇ ਵਿਚਕਾਰ ਜਿਹੜਾ ਕਚੇੜਾ ਵਿਕ੍ਰਮ ਸਿੰਘ ਮਜੀਠੀਆ ਉਹ ਵੀ ਚਾਪਨੇ ਪਤਾ ਨਹੀਂ ਕਿੱਥੇ ਉਹ ਵੀ ਘਰ ਬਹਿ ਕੇ ਤਮਾਸ਼ਾ ਦੇਖ ਰਹੇ ਨੇ ਇਹ ਦੋ ਤਿੰਨ ਬੰਦੇ ਨੇ ਜਿਹੜਾਂ ਦੇ ਉੱਤੇ ਸਭ ਤੋਂ ਵੱਡੇ ਸਵਾਲ ਚੱਕੀ ਆਂ ਭਾਵੇਂ ਪੈਸਾ ਫੇਕ ਤੇ ਤਮਾਸ਼ਾ ਵੇਖ ਕਿਉਂ ਗੱਲ ਆ ਹਾਂ ਕੀ ਬਿਕਰਮ ਸਿੰਘ ਮਜੀਠੀਆ ਅਖਬਾਰ ਦੇ ਮਾਲਕ ਤੋਂ ਬਾਹਰ ਨੇ ਉਹ ਇਹ ਵੀ ਇੱਕ ਵੱਡੀ ਗੱਲ ਆ ਮਤਲਬ ਹੁਣ ਇੱਕ ਇੱਕ ਜਿਹੜਾ ਧੁਰਾ ਮਤਲਬ ਸਲਾਹਕ ਸਲਾਹਕਾਰਾਂ ਦੀ ਵੀ ਗੱਲ ਚੱਲੀ ਹੋਰ ਵੀ ਬਹੁਤ ਸਾਰੀ ਗੱਲ ਚੱਲੀ ਇੱਕ ਹੋਰ ਇੱਕ ਮਹੇਸ਼ੇਂਦਰ ਗਰੇਵਾਲ ਦਾ ਬਿਆਨ ਆਇਆ ਉਹ ਕਹਿੰਦੇ ਵੀ ਸੜਕ ਤੇ ਖੜਾ ਕੋਈ ਵੀ ਕਹਦੇ ਵੀ ਐ ਹੋ ਜੂ ਉਹ ਕਹਿੰਦੇ ਐ ਕਿਵੇਂ ਹੋ ਜੂਗਾ ਕੋਈ ਵਿਧੀ ਵਿਧਾਨਤ ਕੋਈ ਹੋਰ ਆ ਵੀ ਵਿਧੀ ਵਿਧਾਨਤ ਕਈ ਵੀ ਆ ਵੀ ਉਹ ਵਰਕਿੰਗ ਕਮੇਟੀ ਕੋਰ ਕਮੇਟੀ ਵਾਲੇ ਵੀ ਨਹੀਂ ਉਹਦੇ ਵਿੱਚ ਨਹੀਂ ਇੱਕ ਮਿੰਟ ਇੱਕ ਵਾਰ ਡੁਕਣਾ ਕਿੰਨੇ ਕਿਹਾ ਸੀ ਚਿੰਮਾ ਸਾਹਿਬ ਨੇ ਨਹੀਂ ਨਹੀਂ ਇਹ ਗਰੇਵਾਲ ਸਾਹਿਬ ਨੇ ਗਰੇਵਾਲ ਸਾਹਿਬ ਕਹਿੰਦੇ ਵਿਵਧਾਨ ਹੈਗਾ ਤੁਸੀਂ ਕੁਝ ਮਹੀਨੇ ਪਹਿਲਾਂ ਭੰਗ ਕੀਤਾ ਸੀ ਪੂਰੀ ਕੋਰ ਕਮੇਟੀ ਹੂੰ ਉਹ ਵਿਵਧਾਨ ਸੀ ਹੂੰ ਕਿ ਪ੍ਰਧਾਨ ਸਾਹਿਬ ਕੋਲ ਤਾਂ ਅਧਿਕਾਰ ਹੀ ਨਹੀਂ ਸੀ ਹੂੰ ਕਿ ਸਭ ਕੁਝ ਪਹਿਲਾਂ ਵਿਵਧਾਨ ਨਾਲ ਹੋ ਰਿਹਾ ਇਲਜ਼ਾਮ ਤਾਂ ਲੱਗ ਰਹੇ ਤੁਸੀਂ ਗੱਡੀਆਂ 'ਚ ਬੈਠ ਕੇ ਊਮੀਦਾਂ ਲਾ ਰਹੇ ਹੋ ਹੂੰ ਗੱਡੀਆਂ 'ਚ ਬੈਠ ਕੇ ਬੰਦੇ ਬਾਹਰ ਕੱਢ ਰਹੇ ਹੋ ਗੱਡੀਆਂ 'ਤੇ ਬੈਠੇ ਫੋਨ 'ਤੇ ਬੰਦੇ ਚਾਲ ਲਾ ਵੀ ਰਹੇ ਹੋ ਹੂੰ ਤਾਂ ਮੜਾ ਜਾ ਪਿੱਛੇ ਵੀ ਦੇਖ ਲਓ ਜੀ ਗਰੇਵਾਲ ਸਾਹਿਬ ਤੁਸੀਂ ਕਿੰਨੇ ਕਿ ਫੈਸਲੇ ਕੀਤੇ ਆ ਜਿਹੜੇ ਆ ਕੇ ਹੂੰ ਵਿਵਧਾਨ ਦੇ ਨਾਲ ਜਦੋਂ ਤੁਸੀਂ ਕੋਰ ਕਮੇਟੀ ਭੰਗ ਕੀਤੀ ਤੇ ਹਾ ਹਾ ਕਰਤੀ ਕਰਤੀ ਜੀ ਬਾਜਪਾ ਲੱਗਿਆ ਹੈ ਇਹ ਤਾਂ ਸਵਿਧਾਨ ਛੀਣੀ ਆਪਣੇ ਪ੍ਰਧਾਨ ਸਤਾ ਨਹੀਂ ਸਕਦੇ ਇਹ ਫੈਸਾ ਹੀ ਲੁਕਣਾ ਇੱਕ ਹੋਰ ਗੱਲ ਆ ਇੱਕ ਜਿਹੜੀ ਜੱਗੋ 13ਵੀਂ ਗੱਲ ਹੋ ਗਈ ਇਹ ਕਹਿੰਦੇ ਵੀ ਜਿਹੜਾ ਮਤਲਬ ਮੇਨ ਬੰਦਾ ਹੁੰਦਾਗਾ ਪਾਰਟੀ ਦੇ ਵਿੱਚ ਉਹ ਸਰਪ੍ਰਸਤ ਹੁੰਦਾ ਉਹ ਕਹਿੰਦੇ ਸਰਪ੍ਰਸਤ ਕੋਲੇ ਕੋਈ ਪਾਵਰ ਹੀ ਨਹੀਂ ਕਹਿੰਦਾ ਸਾਨੂੰ ਵੀ ਪਰਮੰਦਰ ਢੀਂਡ ਸਾਈ ਨੇ ਇੰਟਰਵਿਊ 'ਚ ਦੱਸਤਾ ਉਹਦਾ ਸਾਰੀ ਕਹੀ ਉਹ ਕਹਿੰਦੇ ਸਰਪ੍ਰਸਤ ਕੋਲੇ ਪਾਵਰ ਹੀ ਨਹੀਂ ਫਿਰ ਸਰਪ੍ਰਸਤ ਲਾਇਆ ਕਿਉਂ ਆ ਇਹਰੇ ਉਹ ਉਹ ਕਾਦੇ ਵਾਸਤੇ ਕਿ ਉਹ ਉਹੀ ਬਸ ਵੀ ਆਏ ਦੇਖਣ ਵਾਸਤੇ ਆ ਜਿਵੇਂ ਆਪਾਂ ਘਰ ਘਰ ਪਾਉਣ ਲੱਗਦੇ ਕੋਠੀ ਕਾਠੀ ਨਹੀਂ ਪਾਉਣ ਲੱਗਦੇ ਆ ਤੱਪਕਲੇ ਕੁਜਾ ਰੱਖ ਲੈਣਾ ਰੰਕਾ ਤੇ ਨਾਲ ਕਾਲਾ ਉਹਦਾ ਹਾਂ ਕਿ ਨਜ਼ਰ ਨਾ ਲੱਗੇ ਹਾਂ ਉਹ ਆ ਹੀ ਆ ਬਸ ਹਾਂ ਉਹਦੀ ਮਹੱਤਤਾ ਕੋਈ ਨਹੀਂ ਹੁੰਦੀ ਹਾਂ ਹੁਣ ਚੱਕ ਕੇ ਤੇ ਮਿਠੀ ਆ ਰੱਖਣ ਦੇ ਕੁਜੇ ਨੂੰ ਕਿ ਤੇ ਆ ਰੱਖ ਤਾ ਕਿ ਤੇ ਆ ਰੱਖ ਕਿ ਤੇ ਆ ਰੱਖ ਤਾ ਹੁਣ ਸਰਪ੍ਰਸਤਾ ਆ ਹੀ ਆ ਬਸ ਇਹਨਾਂ ਦਾ ਨਿਬੜ ਚੁੱਕਿਆ ਟੋਟਲ ਕੰਮ ਇਧਰ ਲਿਆਂਦਾ ਵੀ ਜਲੰਧਰ ਵਾਲਿਆਂ ਦਾ ਵੀ ਤੇ ਉਹਨਾਂ ਦਾ ਵੀ ਹਾਂ ਇਹ ਕਿਸੇ ਦੇ ਪੱਲੇ ਕੁਛ ਨਹੀਂ ਲੱਗਣਾ ਇਹਨਾਂ ਨੇ ਆਪਦਾ ਸਾਰਾ ਸਿਸਟਮ ਡੋਬ ਲੈਣਾ ਹੁਣ ਇੱਕ ਹੋਰ ਗੱਲ ਸਾਰੇ ਚੋਂ ਨਿਕਲ ਗਈ ਹੈ ਇਹਨਾਂ ਨੇ ਕਲੀਅਰ ਵੀ ਕਰਤਾ ਜਿਹੜਾ ਜਲੰਧਰ ਕੱਟ ਇਹ ਕਹਿੰਦੇ ਵੀ ਅਸੀਂ ਨਵੀਂ ਪਾਰਟੀ ਨਹੀਂ ਹਜੇ ਤੱਕ ਬਣਾ ਰਹੇ ਅਸੀਂ ਦਾ ਇੱਥੇ ਹੀ ਜਾਣਾ ਹਾਂ ਮਤਲਬ ਜਾਂ ਟੇਕਓਵਰ ਕਰਨਾ ਜਾਂ ਕੁਝ ਕਰਨਾ ਉਹ ਕਹਿੰਦੇ ਅਸੀਂ ਸਾਰਾ ਪਲਾਨ ਤਿਆਰ ਕਰ ਚੁੱਕੇ ਆ ਪਤਾ ਨਹੀਂ ਕਿਹਜਾ ਹੁਣ ਪਲਾਨ ਦੇ ਵਿੱਚ ਤੁਸੀਂ ਦੇਖ ਲਓ ਹੁਣ ਜਲੰਧਰ ਇੱਕ ਜਿਹੜਾ ਮੁੱਖ ਬੰਦਾ ਉਹ ਗਏ ਨਹੀਂ ਮਨਪ੍ਰੀਤ ਸਿੰਘ ਵਾਲੀ ਹਾਂ ਹੁਣ ਉਹਨਾਂ ਨੂੰ ਲੈ ਕੇ ਵੀ ਅੱਡੇ ਇੱਕ ਚਰਚਾ ਚੱਲ ਵੀ ਵੀ ਉਹ ਕਿਉਂ ਨਹੀਂ ਗਏ ਉਹ ਵੀ ਇੱਕ ਪ੍ਰਸ਼ਨ ਚਿੰਨਾਂ ਅਰੇ ਉਦੋਂ ਆਪਾਂ ਨੂੰ ਐਸੀ ਅਲੀ ਸਾਹਿਬ ਜਾਣਗੇ ਜੇ ਆਪਾਂ ਤੋਂ ਗੱਲ ਕੀਤੀ ਆਪਾਂ 9 ਵਜੇ ਕਹਿੰਦਾ ਸੀ ਕਿ ਪਟਾਕੇ 'ਚ ਪੈਣਗੇ ਹਾਂ ਮਤਲਬ ਉਹ ਪਤਾ ਨਹੀਂ ਸੀ ਕਿ ਐਡੇ ਵੱਡੇ ਕਿ ਪੈ ਜਾਣਗੇ ਮਤਲਬ ਇਹ ਅਫੀਸ਼ੀਅਲ ਤੌਰ ਦੇ ਉੱਤੇ ਹਾਂ ਦੋ ਦੂਜੀ ਮੀਟਿੰਗ ਸੀ ਪਰ ਇਸ ਤੋਂ ਪਹਿਲਾਂ ਤਿੰਨ ਚਾਰ ਮੀਟਿੰਗਾਂ ਢੀਂਡਾ ਸਾਹਿਬ ਪਰਿਵਾਰ ਦੇ ਘਰੇ ਹੋਰ ਰਖੜਾ ਸਾਹਿਬ ਦੇ ਘਰੇ ਲਪੰਡਾ ਹੋਰ ਬਥੇਰਾ ਕੁਝ ਸਾਰਾ ਕੁਝ ਪਤਾਗਾ ਵੀ ਉਹਦੇ ਮੀਟਿੰਗਾਂ ਹੋ ਚੁੱਕੀਆਂ ਹੈਗੀਆਂ ਇਹ ਸਾਰਾ ਕੁਝ ਹਨਾ ਹੂੰ ਫਿਰ ਇੱਕ ਇਹ ਵੀ ਸਮਝ ਨਹੀਂ ਆ ਰਹੀ ਵੀ ਠੀਕ ਆ رائے ਲੈਣੀ ਕਿਸੇ ਦੀ ਮਾੜੀ ਨਹੀਂ ਹੁੰਦੀ ਹਾਂ ਪਰ ਵੀ ਪਤਾ ਨਹੀਂ ਕਿਵੇਂ ਕਿਹੜੇ ਬੰਦਿਆਂ ਦੀ رائے ਲੈ ਕੇ ਤੇ ਕੀ ਕੋ ਚੱਲ ਰਿਹਾ ਇੱਧਰ ਲਿਆਂਦਾ ਵੀ ਤੇ ਉੱਧਰ ਲਿਆਂਦਾ ਹਾਂ ਹੁਣ ਅਕਾਲਾ ਨਾ ਆਪਣੇ ਕੁਝ ਜਿਹੜੇ ਇਹਨਾਂ ਦੇ ਆਈਟੀ ਪੇਜ ਨੇ ਫੋਟੋਆਂ ਸ਼ੇਅਰ ਕਰਿਆ ਕਿ ਕਿੰਨੇ ਨੇ ਕਿ ਇੱਕ ਦਾ ਅਕਾਲੀ ਦਲ ਪੰਥ ਬੋਰਡ ਵੀ ਬਜੰਗੀਰ ਕੌਂਦਰਾਂ ਨੇ ਫੋਟੋ ਲਾ ਰੱਖੀ ਆ ਇੱਕ ਦਾ ਸੀ ਅਕਾਲੀ ਦਲ ਸੂਚਕਤ ਹਾਂ ਇੱਕ ਦਾ ਸਰਬਿੰਦ ਚੰਦੂ ਮਾਇਰਾ ਸਾਹਿਬ ਆ ਗਏ ਇੱਕ ਦਾ ਲੋਂਗੋਵਾਲ ਹਾਂ ਇੱਕ ਪੀਪੀ ਪਾਰਟੀ ਚੋਂ ਆਇਆ ਹਾਂ ਹੁਣ ਬਣਾਇਆ ਅਕਾਲੀ ਦਲ ਮੋਦੀ ਕਹਿੰਦੇ ਇਹ ਪੁੱਛ ਲਿਆ ਉਹਨਾਂ ਨੂੰ ਮੈਂ ਚਰਨਜੀਤ ਬਰਾੜ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਉਦੋਂ ਦਾ ਦਿਸੇ ਨਹੀਂ ਪੀਪੀ ਜਦੋਂ ਆਈ ਸੀ ਹਾਂ ਜਦੋਂ ਸੀਟਾਂ ਲੜੀਆਂ ਉਹ ਸਭ ਕੁਝ ਕਰਾਇਆ ਉਦੋਂ ਤਾਂ ਸਾਰੇ ਮਤਲਬ ਬਾਗੂ-ਬਾਗਸੀ ਬੰਦੇ ਠੀਕ ਸੀ ਹੁਣ ਜੇ ਤੁਹਾਡੇ ਖਿਲਾਫ ਹੋਣ ਲੱਗੇ ਕੁੱਲ ਕੁੱਲ ਮਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਆਪਦਾ ਉਹ ਨਿਵੇਂੜ ਕੇ ਕੰਮ ਇਹਨਾਂ ਨੂੰ ਘਰੇ ਬਠਣਾ ਚਾਹੀਦਾ ਬਸ ਉਹ ਰਾ ਧੰਨ ਕਮਾਲਿਆ ਬਥੇਰਾ ਕੁਸ਼ ਹੋ ਗਿਆ ਇਹ ਨਿਵੇਂੜ ਲੈਣਾ ਆਪਦਾ ਕੰਮ ਰੌਲਾ ਹੀ ਇੱਥੇ ਰਤਨਜੀ ਹੂੰ ਘਰੇ ਕੋਈ ਨਹੀਂ ਬੈਠਣਾ ਚਾਹੁੰਦਾ ਹੂੰ ਘੜੀਵਾ ਆਤ ਪਈ ਹੈ ਨਾ ਐ ਵਾਲੀ ਬਹੁਤ ਪੜੀ ਹੋਣੀ ਹੈ 27 ਚ ਇਹਨਾਂ ਨਾਲ ਫਿਰ ਆ ਬੜਾ ਚਾਰ ਬਾਏ ਇਲੈਕਸ਼ਨਾਂ ਚ ਬਹੁਤ ਪੜੀ ਕਰਨਗੇ ਲੋਕ ਆਈ 10 ਨੂੰ ਹੋ ਜਾਣੀਆਂ ਜੀ ਨਹੀਂ ਉਹ ਤਾਂ ਚਲੋ 10 ਆਲਾ ਤਾਂ ਨਿਬੜ ਗਿਆ ਕੰਮ 10 ਆਲਾ ਤਾਂ ਹੋ ਗਿਆ 10 ਆਲਾ ਤਾਂ ਇਹਨਾਂ ਦਾ ਅਕਾਲੀ ਦਲ ਮਤਲਬ ਬਹੁਤ ਬੁਰੀ ਤਰ੍ਹਾਂ ਹਾਰ ਰਿਹਾ ਹੈਗਾ ਇਹ ਆਪਾਂ ਪਹਿਲੀ ਰਿਜ਼ਲਟ ਇਹਦਾ ਦੇ ਦਿੰਨੇ ਆ ਹੂੰ ਤੇ ਜਾਂ ਇਹਨਾਂ ਨੇ ਕਿਸੇ ਨੂੰ ਉਹੀ ਕਰ ਦੇਣਾਗਾ ਨਹੀਂ ਹੁਣ ਇਹ ਮਤਲਬ ਇਹਨਾਂ ਨੇ ਤਾਂ ਕਹਿ ਦਿੱਤਾ ਵੀ ਸਾਡਾ ਤਾਂ ਹੈ ਨਹੀਂ ਕੈਂਡੀਡੇਟ ਜਿਹੜੇ ਇੱਕ ਪ੍ਰੈਸ ਕਾਨਫਰੰਸ ਹੋਈ ਕਰ ਜੰਦਰ ਚੋਂ ਉਹ ਕਹਿੰਦੇ ਸੀ ਦੇ ਸਮਰਥਨ ਦੇ ਦਾਂਗੇ ਸਾਡੀ ਹਾਈ ਕਮਾਂਡ ਨੇ ਕਹਾਂ ਕਹਿੰਦੇ ਅਸੀਂ ਕਿਸੇ ਪਾਰਟੀ ਸਮਰਥਨ ਦੇਵਾਂਗੇ ਕੁੱਲ ਮਿਲਾ ਕੇ ਵੀ ਇਹ ਤਾਂ ਹਾਰ ਗਏ ਯਾਰ ਚਾਹੇ ਸਮਰਥਨ ਦੇਤਾ ਜਾਂ ਕੁਝ ਹੋ ਗਿਆ ਤਾਂ ਇਹ ਤਾਂ ਹੋ ਗਿਆ ਕੰਮ ਨਹੀਂ ਹੋ ਰਿਹਾ ਇਹ ਦੇਨੇ ਕਿ ਸਮਰਥਨ ਨਾ ਨਾ ਤੁਸੀਂ ਪੇਕਿਆਂ ਰੱਖੀ ਨਾ ਸਹੁਰਿਆਂ ਦੇ ਪਾਸੇ ਨਾ ਮਾਪਿਆਂ ਦੀ ਨਾ ਉਹਦੀ ਹੋਈ ਤੁਸੀਂ ਪਹਿਲਾਂ ਬੀਜਪੀ ਨਾਲ ਸੀ ਤੋੜਤਾ ਬਸ ਪਾਣ ਜਾੜੇ ਪੂਰੀ ਥੋੜੀ ਯਾਰੀ ਬਣ ਗਈ ਉਧਰ ਲਿਆਜਾਂ ਬਣ ਗਈਆਂ ਫਿਰ ਬੀਜਪੀ ਦੇ ਜਾਣ ਪਿੱਛੇ ਬਸਾਂ ਨੂੰ ਛੱਡਤੀ ਹਾਂ ਤੁਸੀਂ ਕਿਸੇ ਜੋਗੇ ਵੀ ਨਹੀਂ ਤੁਸੀਂ ਉੱਥੇ ਕਿਉਂ ਲੜੇ ਵੀ ਨਹੀਂ ਜਦੋਂ ਤੋਂ ਸੀ ਜ਼ੀਰੋ ਹੈ ਨਾ ਉੱਥੇ ਪਹਿੜੇ ਉਮੀਦਵਾਰ ਜੇ ਹੁਣ ਵੋਟਾਂ ਲੈ ਕੇ ਜਾਣਗੇ ਉਹਨਾਂ ਪਰਸਨ ਵੋਟਾਂ ਹੀ ਰਹਿਣਗੇ ਫਿਰ ਅੰਤ ਰਤਨ ਜੀ ਜਿਹਨੂੰ ਵੋਟਾਂ ਹੁਣ ਪਹਿਣ ਗਈਆਂ ਚਲੋ ਚੋਣ ਲੜ ਰਹੇ ਵਿਚਾਰੇ ਉਹ ਤਾਂ ਨਿਸ਼ਾਨ ਵੀ ਹੈਗੇ ਨੇ ਉਹਨਾਂ ਕੋਲੇ ਕਾਲੀ ਲਾਲ ਦਾ ਚਲੋ ਰੌਲਾ ਹੀ ਨਿਸ਼ਾਨਾ ਦਾ ਨਾ ਬੜਾ ਕੰਮ ਹੁਣ ਇਹ ਕਹਿ ਰਿਹਾ ਵੇਖੋ ਜੀ ਸਾਡਨ ਹੋਣੀ ਆ ਉਹ ਸ਼ਿਵ ਸੈਨਾਲੀ ਨਿਸ਼ਾਨ ਸਾਡਾ ਲੈ ਜਾਣਗੇ ਜਿਹੜੇ ਹੁਣੇ ਹੀ ਕਹਿ ਰਿਹਾ ਯਾਰ ਕੋਈ ਇੱਕ ਵੀ ਲੀਡਰ ਹਾਂ ਜਿੰਨੇ ਨੇ ਜਿਹੜੇ ਮਤਲਬ ਉੱਧਰ ਜਲੰਧਰ ਬੈਠੇ ਨੇ ਜਿਹੜੇ ਚੰਡੀਗੜ੍ਹ ਬੈਠੇ ਨੇ ਕੋਈ ਇੱਕ ਵੀ ਬੰਦਾ ਇਹਨਾਂ ਚੋਂ پاک ਸਾਫ ਹੈ ਨਹੀਂ ਉਹ ਸਾਫ ਦੇ ਨਾਲ ਪਾਰਟੀ ਪੋਲਿਟਿਕਸ ਨੂੰ ਲੈ ਗਏ ਰੋਜ਼ੀ ਜ਼ਿੰਦਗੀ ਦੀ ਪੋਲਿਟਿਕਸ ਨੂੰ ਲੈ ਗਏ ਕਿਸੇ ਨੇ ਆਪਦੇ ਮੁੰਡੇ ਖਾਤਰ ਸਾਰੀ ਉਮਰ ਲਾਤੀ ਕਹੇ ਨੇ ਆਪਦੇ ਮੁੰਡੇ ਨੂੰ ਟਿਕਟਾਂ ਦੋ ਚੰਦੂ ਮਾਇਰਾ ਸਭ ਕੋਲੇ ਤਾਂ ਦੋ ਸੀ ਠੀਕ ਹੈ ਕਿਸੇ ਕੋਲੇ ਕੋਈ ਚੇਅਰਮੈਨ ਨਹੀਂ ਸੀ ਕੋਈ ਉਹ ਬਣ ਗਿਆ ਆਹ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਕੋਸ਼ ਬਣਾਤਾ ਕੋਈ ਕੁਸ਼ ਬਣਾਤਾ ਇਹ ਰੌਲਾ ਹੀ ਵੱਡੇ ਬਾਲ ਸਭ ਤੇ ਲਿਆ ਹੂੰ ਤਾਂ ਬਾਲ ਸਾਹਿਬ ਪਾਵਰ ਚ ਆਏ ਹੁਣੇ ਦੇਖਿਆ ਯਾਰ ਕਿ ਫਿਊਚਰ ਸੈੱਟ ਕਰਨਾ ਹੁਣ ਬੱਚਿਆਂ ਦਾ ਵੀ ਹੂੰ ਕੁਛ ਤਾਂ ਕਰਨਾ ਹੀ ਪਊਗਾ ਹੂੰ ਉਹਨੇ ਫਿਰ ਸੋਚਿਆ ਕਿ ਆ ਫਰਨ ਲੀਡਰ ਆ ਇਹਦਾ ਮੁੰਡਾ ਲਾ ਦੋ ਇੱਥੇ ਇਹਦੇ ਮੁੰਡੇ ਨਾ ਬਣਾ ਦੋ ਕਿਸੇ ਦੀ ਨਾ ਉਹ ਆ ਉਹਨੂੰ ਕੁਛ ਲਾਤਾ ਕਿ ਦੀ ਧੀ ਨੂੰ ਕੁਛ ਲਾਤਾ ਕਿਸੇ ਦੇ ਜਵਾਈ ਨੂੰ ਕੁਛ ਬਣਾਤਾ ਇਹ ਬਾਲ ਸਾਹਿਬ ਸਭ ਕੁਝ ਕੀਤਾ ਕਿ ਕਿਤੇ ਆਪਣੇ ਪੁੱਤ ਘਾਤਰ ਕਿ ਉਹਦਾ ਥੋੜਾ ਸਪੇਸ ਖੁੱਲੀ ਹੋ ਜਾਊਗੀ ਹੂੰ ਹੁਣ ਉਹੀ ਸਪੇਸਾਂ 'ਕੇ ਮਾਰ ਰਹੀਆਂ ਬਸ ਉਹੀ ਗਲਤੀਆਂ ਕਰੀਆਂ ਹਨ ਮਤਲਬ ਕਿ ਜੇ ਚੰਦੂ ਮਾਰਿਆ ਸਾਰੋਂ ਕੇ ਬੈਨੀਫਿਟ ਲੈ ਆ ਪਾਰਟੀ ਤੋਂ ਕੋਈ ਮੁਲੁਕਾ ਸਾਹਿਬ ਨੇ ਲੈ ਆ ਬੀਬੀ ਜੰਗੀਰ ਕੌਰ ਨੇ ਲੈ ਆ ਰਖੜਾ ਪਰਿਵਾਰ ਨੇ ਲੈ ਆ ਮਾਸਟਰ ਤਾਰਾ ਸਿੰਘ ਪਰਿਵਾਰ ਨੇ ਲੈ ਆ ਕਿਸੇ ਨੇ ਵੀ ਲੈ ਆ ਤਾਂ ਭਈ ਤੁਸੀਂ ਵੀ ਫਿਰ ਲੈ ਆ ਇੱਕ ਹੋਰ ਸਭ ਤੋਂ ਮਾਸਟਰ ਤਾਰਾ ਸਿੰਘ ਦੀ ਤੂੰ ਗੱਲ ਕੀਤੀ ਹੈ ਨਾ ਜਦੋਂ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜਾਂ ਬਹੁਤ ਸਾਰੇ ਹੋਰ ਜਾਂ ਬਾਦਲ ਵਰਸੇ ਸਟੌੜਾ ਹੁੰਦਾ ਸੀ ਤਾਂ ਕੋਈ ਬੰਦੇ ਹੁੰਦੇ ਸੀਗੇ ਜਿਹੜੇ ਸੀਨੀਅਰ ਹੁੰਦੇ ਸੀ ਜਿਹੜੇ ਵਿਚਾਲੇ ਪੁਲ ਦਾ ਕੰਮ ਕਰ ਜਾਂਦੇ ਸੀ ਜਾਂ ਕੁਝ ਹੋ ਜਾਂਦਾ ਸੀ ਹਾਂ ਠੀਕ ਹੈ ਹੁਣ ਉਹ ਖਤਮ ਹੋ ਚੁੱਕਿਆ ਹੈ ਅੱਧੀ ਤੋਂ ਜ਼ਿਆਦਾ ਲੀਡਰਸ਼ਿਪ ਉਹ ਦੂਜੇ ਪਾਸੇ ਬੈਠੀ ਆ ਉਹ ਖਤਮ ਟੋਟਲੀ ਖਾਦਾਂ ਹੋ ਚੁੱਕਿਆ ਤੇ ਬਾਕੀ ਇੱਕ ਦੂਜੇ ਦੀਆਂ ਅੱਖਾਂ ਦੇ ਵਿੱਚ ਕੋਈ ਅੱਖ ਪਾ ਕੇ ਦੇਖਣ ਜੋਗਾ ਨਹੀਂ ਕਿਉਂਕਿ ਹਰ ਇੱਕ ਦੂ ਇੱਕ ਆਣੇ ਨੇ ਮਤਲਬ ਬੈਨੀਫਿਟਸ ਬਹੁਤ ਲਏ ਹੋਏ ਨੇ ਹਾਂ ਮਤਲਬ ਰਤਨ ਜੀ ਹਜੇ ਵੀ ਕੁਝ ਬੰਦੇ ਹੋਣਗੇ ਕਾਲੀ ਦਲ ਜਿਹੜੇ ਕਹਿੰਦੇ ਹੋਣਗੇ ਯਾਰ ਕੀ ਨਾ ਟੁੱਟਣੀ ਨਹੀਂ ਚਾਹੀਦੀ ਸੀ ਉਹ ਕਿਸੇ ਪਾਸੇ ਹੋਣਗੇ ਕਿ ਤਿੰਨ ਢੜੇ ਹੁੰਦੇ ਆ ਨਾ ਪ੍ਰੋਬਲਮ ਪਰ ਇਹ ਹੈ ਨਾ ਜਿਹੜੇ ਉਹ ਕੁਝ ਬੰਦੇ ਕਹਿ ਰਹੇ ਆ ਵੀ ਨਹੀਂ ਟੁੱਟਣਾ ਜੇ ਇਕੱਠੇ ਹੋਣ ਜੇ ਉਹ ਇਕੱਠੇ ਕਰਕੇ ਉਹ ਵੱਡਾ ਚੇਂਜ ਨਹੀਂ ਨਾ ਹੋ ਰਿਹਾ ਉਹ ਫਿਰ ਕਹਿੰਦੇ ਇਹ ਸੀਨੀਅਰ ਆ ਜੀ ਇਹਨੂੰ ਜੀ ਸਰਪ੍ਰਸਤ ਲਾ ਦਿਓ ਇਹ ਸੀਨੀਅਰ ਆ ਜੀ ਇਹਨੂੰ ਕੌਂਸਲ ਕਮੇਟੀ ਉਹ ਨਿਭੜ ਚੁੱਕਿਆ ਕੰਮ ਵੀਰੇ ਉਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਨਿਭੜ ਚੁੱਕਿਆ ਇਹ ਕਾਦੇ ਲਈ ਭੱਜ ਰਹੇ ਨੇ ਰਾਜ ਸੱਤਾ ਦੇ ਲਈ ਹਾਲਾਂਕਿ ਬਲਵਿੰਦਰ ਭੁੰਦਰ ਨੇ ਕਿਹਾ ਵੀ ਅਕਾਲੀ ਦਲ ਨੂੰ ਰਾਜ ਸੱਤਾ ਦੇ ਨਹੀਂ ਜਾਣਾ ਚਾਹੀਦਾ ਜੇ ਰਾਜ ਸੱਤਾ ਦੇ ਲਈ ਨਹੀਂ ਜਾਣਾ ਚਾਹੀਦਾ ਤਾਂ ਤੁਸੀਂ ਇਕੱਠੇ ਹੋ ਕੇ ਕਮਰੇ 'ਚ ਬੈਠ ਕੇ ਤੁਸੀਂ ਕਹ ਦੋ ਵੀ ਅਸੀਂ ਇਸਤੀਫਾ ਦੇ ਰਹੇ ਹਾਂ ਨਵੇਂ ਮੁੰਡਿਆਂ ਨੂੰ ਕਰ ਦੋ ਮੂਰੇ ਜਾਂ ਹੋਰ ਕਿਸੇ ਨੂੰ ਕਰ ਦੋ ਹਾਂ ਬਿਲਕੁਲ ਜੀ ਹੂੰ ਪਰ ਉਹ ਕਰਨਾ ਨਹੀਂ ਨਾ ਹੂੰ ਸਾਰੀਆਂ ਗੱਲਾਂ ਤੇ ਮੂਹਾਂ ਲੱਗ ਰਹਿਣਾਂਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਲੈ ਕੇ ਉਹ ਸਾਰਾ ਕੁਝ ਹੀ ਹੋ ਰਿਹਾ ਨਹੀਂ ਹੁਣ ਇਹ ਗੱਲ ਹੋਈ ਨਾ ਬੀਬੀ ਜਗੀਰ ਘਰ ਕਹਿ ਰਹੀ ਸੀ ਕਿ ਇਹ ਕਹ ਰਿਆ ਕੀ ਜੀ 25 ਲੱਖ ਰੁਪਏ ਆ ਖਰਚਾ ਹੂੰ ਦਫ਼ਤਰ ਦਾ ਹਾਂ ਉਹ ਚੋਂ 5 ਲੱਖ ਤਾਂ ਹੈਗਾ ਦਫ਼ਤਰ ਦਾ ਕਹਿੰਦੇ ਕਹਿੰਦੇ 20 ਲੱਖ ਖਰਚਾ ਹੋ ਰਿਹਾ ਆਈਟੀ ਦਾ ਹੂੰ ਆਈਟੀ ਵਾਲੇ ਤਾਂ ਇਹਨਾਂ ਨੂੰ ਕੀ ਕਹੀਏ ਆਈਟੀ ਨੂੰ ਪਿਛਲੇ ਮਤਲਬ ਅ ਪੰਜਾਬ ਦੇ ਵਿੱਚ ਜਿਹੜੀ ਸਾਰੀ ਡਿਜੀਟਲ ਕੈਂਪੇਨ ਚੱਲੀ ਆ ਇੱਕ ਲੀਡਰ ਆ ਅਕਾਲੀ ਦਲ ਦਾ ਜਿਹਦੀ ਸਭ ਤੋਂ ਵਧੀਆ ਡਿਜੀਟਲ ਕੈਂਪੇਨ ਸੀ ਤੇ ਜਿੱਥੇ ਤੱਕ ਪਤਾ ਹੈਗਾ ਸਾਨੂੰ ਵੀ ਉਹਦੀ ਆਪ ਦੀ ਪਰਸਨਲ ਸੀ ਉਹ ਕੋਈ ਪਾਰਟੀ ਦੀ ਨਹੀਂ ਸੀ ਉਹ ਸੀ ਇਹਦੀ ਬੋਬੀ ਮਾਨ ਦੀ ਬੋਬੀ ਮਾਨ ਦੀ ਹੋਰ ਕਿਸੇ ਦਾ ਕੁਝ ਵੀ ਨਹੀਂ ਸੀ ਬਨ ਕੀ ਬੀਬਾ ਬਾਦਲ ਦੀ ਉਡੀ ਤਗੜੀ ਆਈਟੀ ਕੈਂਪੇਨ ਹੋਮੇ ਨਹੀਂ ਸੀ ਹਮ ਚਲ ਜੇ ਉਹਨਾਂ ਦੀ ਹੈਗੀ ਵੀ ਸੀ ਫਿਰ 200 ਬੰਦਾ ਵੀ ਜਿਹੜਾ ਬੈਠਾ ਸੀ ਇੱਥੇ ਇਸ ਟ੍ਰੀਬਿੰਗ ਦੀ ਪ੍ਰਧਾਨ ਯੂਥ ਦਾ ਪ੍ਰਧਾਨ ਹੋਰ ਸਾਰੇ ਇੱਥੇ ਬੈਠੇ ਸੀ ਹੂੰ ਹੂੰ ਸਾਰੇ ਤਾਂ ਬੰਦੇ ਬਹਿੰਡਿਆ ਇਕੱਠੇ ਕਰ ਲਏ ਤੁਸੀਂ ਤੇ ਇਹ ਕਿਤੇ ਨਾ ਕਿਤੇ ਖਮਿਆਜਾਗਾ ਨਾ ਇਹ ਦੋ ਬੰਦਿਆਂ ਨੂੰ ਸਭ ਤੋਂ ਜ਼ਿਆਦਾ ਭੁਗਤਣਾ ਪੈਣਾਗਾ ਹੂੰ ਇੱਕ ਵਿਕਰਮ ਮਜੀਠੀਆ ਇੱਕ ਬਲਵਿੰਦਰ ਸਿੰਘ ਪੂੰਦੜ ਹੂੰ ਬਲਵਿੰਦਰ ਸਿੰਘ ਪੂੰਦੜ ਵਿੱਚ ਹੁੰਦੇ ਹੋਏ ਸਾਹਮਣੇ ਮਤਲਬ ਕੈਮਰਿਆਂ ਦੇ ਸਾਹਮਣੇ ਹੁੰਦੇ ਹੋਏ ਉਹ ਸੱਚ ਬੋਲਣ ਦਾ ਮਤਲਬ ਅੰਦਰੋਂ ਮਾਦਾ ਨਹੀਂ ਰੱਖਦੇ ਉਹ ਖਤਮ ਹੋ ਚੁੱਕੀ ਹੈ ਗੱਲ ਠੀਕ ਆ ਉਹ ਬਜ਼ੁਰਗ ਬੰਦੇ ਨੇ ਠੀਕ ਆ ਹਣਾ ਪਰ ਤੇ ਬਿਕਰਮ ਮਰੀਠੀਆ ਦਾ ਇਹ ਆ ਵੀ ਉਹ ਚਲੋ ਰਿਸ਼ਤੇਦਾਰੀ ਦਾ ਲਾ ਲਓ ਜਾਂ ਕੁਝ ਵੀ ਲਾ ਲਓ ਉਹ ਵੀ ਬੋਲ ਨਹੀਂ ਰਹੇ ਤੇ ਇਹ ਵੀ ਬਹੁਤ ਵੱਡਾ ਖਮਾਜ ਜਾਗਾ ਦੂਰੋਂ ਬਹਿ ਕੇ ਠੀਕ ਆ ਇੱਕ ਅਲੱਗ ਪੋਲਿਟਿਕਸ ਆ ਪਰ ਉਹ ਪੋਲਿਟਿਕਸ ਜਦੋਂ ਸਾਰਾ ਖੇਡਾਂ ਦਾ ਖਿਲਰੀ ਗਿਆ ਚਲੋ ਇੱਥੇ ਨਾ ਪੁੰਦੜ ਸਾਹਿਬ ਸੀਨੀਅਰ ਸੀ ਹਣਾ ਬਾਲ ਸਾਹਿਬ ਤੋਂ ਬਾਅਦ ਉਹ ਚੁੱਪ ਰਹਿੰਦੇ ਉਹ ਪੈਚਪਲੇ ਚ ਥੋੜਾ ਕੰਮ ਕਰਦੇ ਨਾਲ ਤਾਂ ਠੀਕ ਸੀ ਉਹ ਇਹਨਾਂ ਦਾ ਮਾਊਥਪੀਸ ਬਣ ਗਏ ਉਹ ਥੋੜਾ ਇਹ ਗਲਤ ਹੋ ਰਿਹਾ ਸੀਨੀਅਰ ਤੌਰ ਤੇ ਨਾ ਤੋ ਜੇ ਉਹ ਚੁੱਪ ਰਹਿੰਦੇ ਤੇ ਕਿਤੇ ਉਹ ਕਾਸੀ ਕਿਉਂ ਕਿਤੇ ਗਣਤੋਂ ਪਕਰਵਾ ਸਕਦੇ ਸੀ ਪਰ ਸ਼ਰਮਨਾ ਕੇ ਕਿ ਇੱਕ ਇਹੜੀ ਕਾਇਦਲ ਨਾ ਇਹ ਰਤਨਜੀ ਪਾਰਟੀ ਨਹੀਂ ਇੱਕ ਪੰਥਾ ਲੋਕਾਂ ਨਾਲ ਜੁੜਿਆ ਹੋਇਆ ਲੋਕਾਂ ਦੀ ਇੱਕ ਸੋਚ ਆ ਤੁਸੀਂ ਉਹਨੂੰ ਸਿਰਫ ਇੱਕ ਪਾਰਟੀ ਬਣਾਤਾ ਹੁਣ ਇੱਕ ਕੰਪਨੀ ਬਣਾਤਾ ਹੁਣ ਬੀਬਾ ਜੀ ਬੋ ਰਹੀ ਸੀ ਪਾਰਲੀਮੈਂਟ ਦੇ ਵਿੱਚ ਕਿ ਦੇਖੋ ਜੀ ਮੈਂ ਸਭ ਤੋਂ ਛੋਟੀ ਪਾਰਟੀ ਤੋਂ ਆਈ ਆ ਪੀ ਬਾਜੀ ਤੂੰ ਇਹ ਕਿਹ ਇਤਿਹਾਸਿਕ ਪਾਰਟੀ ਤੋਂ ਆ ਮੈਂ ਭਲਾ ਮੈਂ ਕੱਲੀ ਆ ਹਾਂ ਦੇਖਦੀ ਦੂਜੇ ਨੰਬਰ ਦੀ ਸਭ ਤੋਂ ਪੁਰਾਣੀ ਪਾਰਟੀ ਐ ਹਾਂ ਤੁਸੀਂ ਕਹਿੰਦੇ ਹਾਂ ਤੁਸੀਂ ਛੋਟੀ ਪਾਰਟੀ ਤੋਂ ਮੈਂ ਆਈ ਆ ਤੁਸੀਂ ਆਪਣੇ ਆਪ ਨੂੰ ਵੀ ਨਹੀਂ ਦੱਸ ਸਕਦੇ ਅਸੀਂ ਕਿਵੇਂ ਪੇਸ਼ ਕਰਨਾ ਹਾਂ ਠੀਕ ਪੇਸ਼ਕਾਰੀ ਠੀਕ ਹੈਣੀ ਨਾ ਤੁਸੀਂ ਕਹੋ ਜੀ ਅਸੀਂ ਸਭ ਤੋਂ ਪੁਰਾਣੀ ਪਾਰਟੀ ਦੂਸਰੇ ਨੰਬਰ ਤੇ ਆਸੀ ਇਤਿਹਾਸਿਕ ਪਾਰਟੀਆਂ ਭਲਾ ਮੈਂ ਕੱਲੀ ਆ ਉਹਨਾਂ ਨੇ ਸ਼ਬਦ ਵਰਤੇ ਵੀ ਨਾ ਮੈਂ ਇੱਧਰ ਆ ਨਾ ਇੱਧਰ ਆ ਵੀ ਨਾ ਇੱਧਰ ਲੈ ਚ ਬੈਠੇ ਨਾ ਇੱਧਰ ਲੈ ਪਰ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਉਹ ਵਿਰੋਧੀ ਦਰਜੇ ਵੀ ਬੈਠੇ ਆ ਤੇ ਅਸੀਂ ਸਤਾਦਰ ਚ ਬਿਠਰੇ ਵੀ ਮੈਨੂੰ ਸਾਰੀ ਵਰਕਿੰਗ ਦਾ ਪਤਾ ਕੀ ਹੁੰਦਾ ਵੀ ਮੈਨੂੰ ਟਾਈਮ ਪੂਰਾ ਮਿਲਣਾ ਚਾਹੀਦਾ ਮੈਂ ਆਪਦੇ ਪੰਜਾਬ ਦੇ ਮੁੱਦੇ ਰੱਖਣੇ ਆ ਉਹ ਤਾਂ ਮਤਲਬ ਆਪਦੇ ਆਪ ਨੂੰ ਉਹ ਦਿਖਾ ਰਹੀ ਸੀ ਸ਼ਾਇਦ ਪੀੜਤ ਆ ਹਾਂ ਪੀੜਤ ਤੁਸੀਂ ਆਪਦੇ ਆਪ ਨੂੰ ਕੀ ਮਤਲਬ ਕੀ ਦੇ ਸਾਹਮਣੇ ਦਿਖਾ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਲੱਤ ਮਾਰ ਕੇ ਕੱਢਤਾ ਹਾਂ ਤੇ ਕੋ ਸਪੀਕਰ ਸਾਹਮਣੇ ਜੇ ਹੁਣ ਇਹ ਕਹਿੰਦੇ ਆ ਵੀ ਅਸੀਂ ਨਿਕਲੇ ਹਾਂ ਫਿਰ ਉਹਨਾਂ ਨੇ ਬਾੜਿਆ ਵੀ ਨਹੀਂ ਨਾ ਇਹ ਤਾਂ ਇਕਾਲੀ ਦਲ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਆ ਇਹ ਕਹਿੰਦੇ ਵੀ ਇੱਕ ਸੁਣੇ ਪਏ ਫੋਨ ਕਣੀ ਚੱਕੀ ਜਾਂਦੇ ਵੀ ਹੁਣ ਉਹਨਾਂ ਦਾ ਫੋਨ ਆਇਆ ਹੁਣ ਫੋਨ ਆਇਆ ਅ ਮੇਰੇ ਕੋਲੇ ਕਹੀ ਹੈ ਕਿਸੇ ਨੇ ਇੰਟਰਵਿਊ ਸੀ ਪਾ ਦਾਂਗੇ ਸੁਣ ਲਿਓ ਇਹ ਕਹਿੰਦੇ ਸੁਣਨੇ ਸਹੀ ਗੱਲ ਆ ਜਿੰਨੇ ਅਕਾਲੀ ਲੀਡਰ ਨੇ ਚਾਹੇ ਜਿਹੜੇ ਚੰਡੀਗੜ੍ਹ ਬੈਠ ਨੇ ਚਾਹੇ ਜਲੰਧਰ ਬੈਠ ਨੇ ਉਹ ਸੁਣਨੇ ਫੋਨ ਕਣੀ ਝਾਕੇ ਜਾਂਦੇ ਆ ਵੀ ਹੁਣ ਸਾਨੂੰ ਫੋਨ ਆ ਗਿਆ ਉਤੋਂ ਕਿਸੇ ਦਾ ਹੁਣ ਆ ਗਿਆ ਕਿਸੇ ਨਾਲ ਕੋਈ ਗੰਡ ਟੱਪ ਕਰ ਲਈਏ ਕੁਝ ਹੋ ਜੇ ਉਹ ਆ ਹੀ ਦੇਖੀ ਜਾਂਦੇ ਨੇ ਹਮ ਹੁਣ ਕਹਿੰਦੇ ਇੱਕ ਵਾਰ ਨਾ ਜਦੋਂ ਰੌਲਾ ਪਿਆ ਬਾਈ ਤੋਂ ਬਾਅਦ ਕਹਿੰਦੇ ਵੀ ਵੀ ਜ਼ੰਗੀਰ ਘੌਰ ਕਹਿ ਰਹੀ ਸੀ ਕਿ ਇਹ ਸੁਖਵੀਰ ਸਿੰਘ ਬਾਦਲ ਕਹਿੰਦੇ ਮੈਂ ਅਸਤੀਫਾ ਦੇ ਦਿੰਨਾ ਹਮ ਪਰ ਮੈਂ ਕੱਲਾ ਨਹੀਂ ਫਿਰ ਬੀਬਾ ਬਾਦਲ ਵੀ ਤੇ ਵੀ ਕੰਮੀਟੀਆਂ ਵੀ ਹਾਂ ਅਸੀਂ ਸਭ ਕੁਝ ਛੱਡ ਛੱਡ ਕੇ ਇਹ ਗੱਲ ਵੀ ਪੂਰੀ ਚਰਚਾ ਦੇ ਵਿੱਚ ਆ ਪੂਰੀ ਚੱਲ ਰਹੀ ਹੈ ਇਹ ਗੱਲ ਵੀ ਅਸੀਂ ਸਭ ਕੁਝ ਛੱਡ ਛੱਡ ਕੇ ਘਰੇ ਬੈਣਾ ਆਪਾਂ ਤਾਂ ਵੀਨਸ ਕਰਾਂਗੇ ਹਾਂ ਉਹ ਤੇ ਮਨ ਲਗਾ ਇੰਨਾ ਦੇ ਕੋਸ਼ਾ ਖਲਦੇ ਪਰਦਾ ਪੁੱੜਦਾ ਪੈ ਗਿਆ ਸੀ ਹਾਂ ਵੈਸੇ ਇਹ ਗੱਲ ਹੁਣੀ ਤਾਂ ਨਹੀਂ ਚਾਹੀਦੀ ਵੀ ਸੁਖਵੀਰ ਸਿੰਘ ਬਾਦਲ ਦੀ ਗਲਤ ਗੱਲ ਆ ਵੀ ਜਦੋਂ ਕੋਈ ਹੋਰ ਮੂਰੇ ਆ ਉਦੋਂ ਅਸੀਂ ਘਰੇ ਬੈ ਇਹ ਇਹ ਕਿੱਧਰਲੀ ਗੱਲ ਆ ਵੀ ਅਸੀਂ ਡਰਾਵਾ ਦੇ ਰਹੇ ਹਾਂ ਫਿਰ ਤਾਂ ਬਾਤ ਨਹੀਂ ਇਹ ਕੀ ਗੱਲ ਆ ਹੂੰ ਇਹ ਗੱਲ ਆ ਪਰ ਦੂਜਿਆਂ ਨੂੰ ਵੀ ਸੋਚਣਾ ਚਾਹੀਦਾ ਦੂਜਿਆਂ ਨੂੰ ਫਿਰ ਆਪ ਦੇ ਚ ਕੰਫੀਡੈਂਸ ਨਹੀਂ ਇੰਨਾ ਵੀ ਅਸੀਂ ਚਲਾ ਦਾਂਗੇ ਕੰਮ ਹੂੰ ਉਹ ਫਿਰ ਰੋਲਾ ਪੈਂਦਾ ਮੈਨੂੰ ਲੱਗਦਾ ਬੈਟਰ ਆਪਸ਼ਨ ਸੀ ਵਧੀਆ ਸੀਗਾ ਵਧੀਆ ਦਿੱਤਾ ਸੀ ਉਹਨਾਂ ਨੇ ਜੀ ਰੋਲਾ ਪੈਂਦਾ ਗਾਂਧੀ ਤੇ ਹੂੰ ਗੱਲ ਗਾਂਧੀ ਤੇ ਖੜਦੀ ਆ ਵੀਰੇ ਮੇਰੀ ਗੱਲ ਸੁਣੋ ਸਰਬਜੀਤ ਸਿੰਘ ਕੋਲੇ ਭਾਈ ਅਮਰਿਤਪਾਲ ਸਿੰਘ ਕੋਲੇ ਇਹਨਾਂ ਕੋਲੇ ਕਿਹੜੇ ਗਾਂਧੀ ਵਾਲੇ ਨੋਟ ਸੀ ਜਾਂ ਇਹਨਾਂ ਨੂੰ ਆਏ ਨਹੀਂ ਹੁੰਦਾ ਜਦੋਂ ਲੋਕ ਹੁਣ ਆਮ ਆਦਮੀ ਪਾਰਟੀ ਦਾ ਲੜਾ ਠੀਕ ਆ ਉਹਨਾਂ ਨੂੰ ਫੰਡ ਹੋ ਗਿਆ ਇਕੱਠਾ ਉਹ ਦਿੱਤਾ ਦਲ ਟੀਮੇਟ ਲੋਕਾਂ ਨੇ ਆਣਾ ਲੋਕਾਂ ਨੇ ਸਹਿਯੋਗ ਦਿੱਤਾ ਹੈ ਨਾ ਕੱਲਾ ਪੈਸਾ ਥੋੜੀ ਜਿਤਾ ਦਿੰਦਾ ਯਾਰ ਪਰ ਹੁਣ ਰਤਨ ਜੀ ਜਦੋਂ ਤੁਸੀਂ ਗਰਾਉਂਡ ਜ਼ੀਰੋ ਦੇ ਖਤਮ ਹੋ ਗਏ ਤੁਸੀਂ ਲੋਕਾਂ ਨਾਲ ਟੱਚ ਹੀ ਨਹੀਂ ਰਹੇ ਨਹੀਂ ਲੋਕ ਪਤਾ ਕੀ ਹੈ ਪਰਮੀਲ ਜਦੋਂ ਲੀਡਰ ਕੋਈ ਵਧੀਆ ਬਣ ਗਿਆ ਕੋਈ ਹਜੇ ਆਪਸ਼ਨ ਹੀ ਨਹੀਂ ਇਹਨਾਂ ਕੋਲ ਜਦੋਂ ਕੋਈ ਨਵਾਂ ਬੰਦਾ ਆ ਗਿਆ ਜਦੋਂ ਸਾਰਾ ਸਿਸਟਮ ਬਦਲ ਗਿਆ ਲੋਕ ਬਾਈ ਘਰੇ ਜਾ ਕੇ ਜਿਤਾਉਣਗੇ ਕਿਸੇ ਨੂੰ ਲੋਕਾਂ ਨੂੰ ਵੀ ਪਤਾਗਾ ਵੀ ਇੱਕ ਖੇਤਰੀ ਪਾਰਟੀ ਦੀ ਮਹੱਤਤਾ ਕੀ ਹੈ ਚਾਹੇ ਉਹ ਕਾਲੀ ਦਲ ਹੋਵੇ ਚਾਹੇ ਕੋਈ ਉਹ ਹੋਰ ਕਿਸੇ ਨੇ ਬਣਾਈ ਹੋਵੇ ਇਸ ਤੱਕ ਪਹੁੰਚ ਨਹੀਂ ਨਾ ਜਿਹੜੇ ਦੂਜੇ ਫੇਲ ਹੋਏ ਆ ਜਿਵੇਂ ਹੁਣ ਪੀਪੀ ਬਣਾਈ ਉਹਦਾ ਚਲੋ ਪੀਪੀ ਦਾ ਤਾਂ ਸਿਸਟਮ ਹੀ ਕੁਝ ਹੋਰ ਨਿਕਲ ਗਿਆ ਬਾਅਦ ਚ ਇਹਨਾਂ ਨੇ ਬਣਾਈ ਸੁਖਪਾਲ ਖਹਿਰਾ ਨੇ ਬਣਾਈ ਜਾਂ ਈਵਨ ਭਗਵੰਤ ਮਾਨ ਜੇ ਆਪ ਦਾ ਕੁਝ ਕਰਦੇ ਜਦੋਂ ਪਹਿਲਾਂ ਚਰਚਾ ਚੱਲਦੀ ਸੀ ਪੀਪੀ ਤੋਂ ਬਾਅਦ ਚਲੋ ਨਹੀਂ ਜਾਂ ਕੁਝ ਆਪ ਦੇ ਤੌਰ ਤੇ ਕਰਦੇ ਲੱਗੇ ਰਹਿੰਦੇ ਕਿਤੇ ਨਾ ਕਿਤੇ ਤਾਂ ਕੁਝ ਮਿਲਦਾ ਹੈ ਬਿਲਕੁਲ ਯੂਪ ਮੱਧ ਪ੍ਰਦੇਸ਼ ਤੇ ਕਿੱਥੇ ਕਿੰਨੀਆਂ ਪਾਰਟੀਆਂ ਕਿੰਨੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਹੀਆਂ ਜਿਹੜਾ ਤਾਂ ਵੀ ਆਪ ਦਾ ਵਧੀਆ ਪ੍ਰਭਾਵ ਰੱਖਣ ਲੱਗੀਆਂ ਹੂੰ ਟੀਡੀਪੀ ਕੀ ਹੈ ਹਾਂ ਹਣਾ ਡੀਐਮਕੇ ਆਈਡੀਐਮਕੇ ਜਦੋਂ ਇਹਨਾਂ ਦੀ ਸਰਕਾਰ ਰਿਪੀਟ ਹੋਈ 2012 ਦੇ ਵਿੱਚ ਹਾਲਾਂਕਿ ਇਹ ਕਹਿੰਦੇ ਤਾਂ ਬਹੁਤ ਪਹਿਲਾਂ ਤੋਂ ਇਹ ਉਦੋਂ ਕਹਿੰਦੇ ਸੀ ਵੀ ਅਸੀਂ ਜੁਪੀ ਚ ਬਹੁਤ ਫਲਾ ਕਰਾਂਗੇ ਵੀ ਉੱਥੇ ਸਿੱਖ ਨੇ ਦਿੱਲੀ ਚ ਤਾਂ ਅਸੀਂ ਆਲਰੇਡੀ ਉਦੋਂ ਇਹ ਇਕੱਠੇ ਸਾਰਾ ਸੀਗਾ ਸਾਰਾ ਇਹਨਾਂ ਦਾ ਵੀ ਦਿੱਲੀ ਰਾਜਸਥਾਨ ਚ ਰਾਜਸਥਾਨ ਚ ਤਾਂ ਇਹ ਬਥੇਰੇ ਬੰਦਿਆਂ ਨੂੰ ਭੇਜਦੇ ਵੀ ਰੈਕਸ਼ਨ ਵੀ ਸੀ ਆਪਦੇ ਬੰਦੇ ਆਪਦੇ ਸੀਟਾਂ ਮੰਗਿਆ ਕਰਾਂਗੇ ਬੀਜੇਪੀ ਤੋਂ ਜਾਂ ਕੁਝ ਵੀ ਆਪਦੇ ਖੜੇ ਕਰਿਆ ਕਰਾਂਗੇ ਕਿੱਥੇ ਤਾਂ ਉੱਥੇ ਜਾਣਾ ਸੀ ਕਿੱਥੇ ਜਿੱਥੇ ਸੀਗੇ ਉੱਥੇ ਵੀ ਖਤਮ ਹੋ ਗਏ ਹੂੰ ਤੁਸੀਂ ਉੱਥੇ ਵੀ ਸਰਵਾਈਵ ਕਰਨ ਜੋਗੇ ਹੈ ਨਹੀਂ ਹੁਣ ਤਾਂ ਹਾਂ ਤਾਂ ਤਾਂ ਇਲਜ਼ਾਮਬਾਜ਼ੀ ਤੁਸੀਂ ਉਹਨਾਂ ਦੀਆਂ ਗੱਲਾਂ ਕਰ ਲਓ ਤੁਸੀਂ ਉਹਦੀਆਂ ਗੱਲਾਂ ਕਰ ਲਓ ਹਾਂ ਇੱਕ ਹੋਰ ਵੀ ਹੈ ਜਿਹੜੀਆਂ ਨਿਜੀ ਨਿਜੀ ਟਿੱਪਣੀਆਂ ਉਹ ਤਾਂ ਕੀ ਆ ਯਾਰ ਉਹ ਤੁਸੀਂ ਮੰਨ ਕੇ ਚਲੋ ਵੀ ਹੁਣ ਜਿਵੇਂ ਚਰਨਜੀਤ ਬਰਾੜ ਇੰਨਾ ਬਾਰੇ ਬੋਲ ਰਹੇ ਆ ਉਹ ਵੰਟੀ ਰਵਣਾਉਣਾ ਬਾਰੇ ਬੋਲ ਦੂਗਾ ਜਾਂ ਹੋਰ ਏ ਬੀ ਸੀ ਡੀ ਕੋਈ ਉਹ ਤਾਂ ਇੱਕ ਦੂਜੇ ਬਾਰੇ ਬੋਲੀ ਜਾਣਗੇ ਉਹ ਤਾਂ ਉਹਦੇ ਉਹ ਗੱਲ ਚ ਤਾਂ ਕੁਝ ਨਹੀਂ ਨਿਕਲਣਾ ਬਿਲਕੁਲ ਮੈਂ ਨਾ ਕੱਲ ਇੱਕ ਚੀਜ਼ ਚੈੱਕ ਕਰ ਰਿਆ ਸੀ ਫੇਸਬੁੱਕ ਤੁਸੀਂ ਨਾ ਪੇਜ ਖੋਲੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਕਵਰ ਫੋਟੋ ਲੱਗੀ ਆ ਹੂੰ ਇਹ ਜਿਹੜੀ ਹੁਣ ਲੱਗੀ ਹੋਈ ਆ ਇਹ ਗੱਲ ਕੀਤੀ 1920 ਤਸਵੀਰਾਂ ਦੰਜੀ ਹੂੰ ਉਦੋਂ ਬਾਅਦ ਕਿਹਦੀ ਦੇਖੀਓ ਦੋਨੇ ਪਿਓ ਪਤਾ ਆ ਗਏ ਹੂੰ ਫਿਰ ਪਿਓ ਪਤਾ ਆ ਗਏ ਫਿਰ ਪਿਓ ਪਤਾ ਆ ਗਏ ਫਿਰ ਪੁੱਤ ਜੀ ਆ ਗਏ ਫਿਰ ਪੁੱਤ ਜੀ ਆ ਗਏ ਉਹ ਲੋਕਾਂ ਦੀ ਫੋਟੋ ਆ ਗਈ ਉਦੋਂ ਫਿਰ ਪਿਓ ਪਤਾ ਆ ਗਏ ਫਿਰ ਪੁੱਤ ਸਾਹਿਬ ਆ ਗਏ ਫਿਰ ਪਿਓ ਸਾਹਿਬ ਆ ਗਏ ਜੀ ਫਿਰ ਲੋਕਾਂ ਦੀ ਫੋਟੋ ਆ ਗਈ ਫਿਰ ਪਿਓ ਪੁੱਤ ਤੇ ਮੋਦੀ ਸਾਹਿਬ ਆ ਗਏ ਫਿਰ ਪਿਓ ਪੁੱਤ ਜੀ ਆ ਗਏ ਉਦੋਂ ਬਾਅਦ ਫਿਰ ਅਗਲਾ ਕੈਦਲ ਦੀ ਹੋ ਰਹੀ ਆ ਤਾਂ ਆ ਕਿੰਨੀਆਂ ਤਸਵੀਰਾਂ ਜਿੱਥੇ ਤੁਸੀਂ ਪਹਿਲਾਂ ਕਦੇ ਦੇਖੇ ਨਹੀਂ ਫਿਰ ਪਿਓ ਪੁੱਤ ਜੀ ਆਗੇ ਜਿੱਥੇ ਕਿਸੇ ਪਹਿਲਾਂ ਪ੍ਰਧਾਨ ਦੀ ਗੱਲ ਜਾਂ ਕਿਸੇ ਹੋਰ ਦੀ ਫੋਟੋ ਵੀ ਆਈ ਹੋਵੇ ਹਮਤਲਬ ਆ ਤੁਸੀਂ ਤਸਵੀਰਾਂ ਦੇਖ ਲਓ ਹਮ ਪਰ ਹੁਣ ਇਹਨਾਂ ਨੇ ਆ ਤਸਵੀਰ 2017 ਤੱਕ ਦੀ ਆ ਗਈ ਹਾਂ ਹਾਂ ਹੁਣ ਆਪਦੀ ਇਹਨਾਂ ਨੇ ਜਿਹੜੀ ਕਵਰ ਫੋਟੋ ਚੇਂਜ ਕਰੀ ਆ ਉਹ ਦਿਖਾਈ ਮੜੀ ਜੀ ਹਾਂ ਉਹਦੇ ਉਹਦੇ ਚ ਮਤਲਬ ਸਾਰੇ ਜਿੰਨੇ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਉਹ ਟਵਿੱਟਰ ਤੇ ਐਂਡ ਫੇਸਬੁੱਕ ਤੇ ਜਿਹੜੀ ਆ ਲੱਗੀ ਜਿਹੜੀ 1920 ਵਲੇ ਅੱਛਾ 1920 ਵਾਲੀ ਲਾਤੀ ਫਿਰ ਹੁਣ ਫਿਰ ਇਹ ਤੋਂ ਕੋ ਸਿੱਖ ਤਾਂ ਲੈਣ ਯਾਰ ਸਮਝ ਲੈਣੇ ਤੋਂ ਉਦੋਂ ਵੀ ਸਮਝ ਲੈਣ ਟਵਿੱਟਰ ਵਾਲੀ ਤੋਂ ਜਾਂ ਜਿੱਥੇ ਵੀ ਉਹ ਲਾਈ ਆ ਜਿਹੜੇ ਸਾਰੇ ਅਕਾਲੀ ਦਲ ਦੇ ਪ੍ਰਧਾਨ ਆ ਇਹ ਤੋਂ ਵੀ ਸਮਝ ਲੈਣ ਕੁਝ ਕਿ ਤੁਸੀਂ ਇੱਥੇ ਦੇਖ ਲਓ ਪਤਾ ਲੱਗ ਗਿਆ ਉਹਨਾਂ ਨੂੰ ਕਿ ਸਾਡੀਆਂ ਗਲਤੀਆਂ ਹੈ ਹੀ ਆ ਨਹੀਂ ਗਲਤੀਆਂ ਹੈਗੀਆਂ ਬਟ ਉਹਦੇ ਚ ਇਹ ਹੈ ਨਾ ਵੀ ਸਾਰੇ ਇਕੱਠੇ ਹੋ ਕੇ ਸਾਰਾ ਸਿਸਟਮ ਕਰਕੇ ਨ ਸਾਰੇ ਤਾਂ ਨਹੀਂ ਮੜੇ ਹੋਣੇ ਪਰ ਜਿਹੜਿਆ ਹੁਣ ਗੱਫੇ ਛਕੇ ਆ ਉਹ ਸਾਰੇ ਮੜੇ ਨੇ ਉਹ ਸਾਰੇ ਇੱਕ ਹੋਣੇ ਤੇ ਉਹਨਾਂ ਤੇ ਲੋਕਾਂ ਨੇ ਵੀਰੇ ਟਰਸਟ ਵੀ ਨਹੀਂ ਕਰਨਾ ਨਹੀਂ ਗੱਲ ਤਾਂ ਨਾ ਜੇ ਕੋਈ ਜ਼ਿਲ੍ਹਾ ਪ੍ਰਧਾਨਾ ਹਾਂ ਉਹ ਇੱਕ ਨੈਤਿਕ ਇੱਕ ਆਪਾਂ ਕਹਿ ਦਈਏ ਵੀ ਨੈਤਿਕ ਲਾੜੋ ਇਨਸਾਨੀਅਤ ਤੌਰ ਤੇ ਜਿਵੇਂ ਮਰਜ਼ੀ ਲਾੜੋ ਇੱਕ ਜ਼ਿੰਮੇਵਾਰੀ ਹੈਗੀ ਆ ਜਾਂ ਸਾਡੇ ਆਪਾਂ ਕਹਿ ਦਈਏ ਵੀ ਧਾਰਮਿਕ ਪੱਖ ਤੋਂ ਲਾੜੋ ਪੰਥਕ ਪੱਖ ਤੋਂ ਲਾੜੋ ਇੱਕ ਜ਼ਿੰਮੇਵਾਰੀ ਉਹਨਾਂ ਦੀ ਲਿਖਤ ਤੌਰ ਤੇ ਮਾਫੀ ਮੰਗਣੀ ਜ਼ਥੇਦਾਰ ਸਾਹਿਬ ਨੇ ਡੰਡ ਲਾਉਣਾ ਤੇ ਉਸ ਦੂਬਾ ਖਾਬ ਦਾ ਫੇਰ ਵੀ ਪਾਸੇ ਹੁਣ ਲੋਕ ਆਪਣੀ ਟਰਸਟ ਕਰਦੇ ਨੇ ਬੜ ਜੋ ਕਰਦਾ ਜੀ ਰੌਣਾ ਜੇ ਕੋਈ ਕਾਇਲ ਦਲ ਚ ਬਲਾਕ ਪ੍ਰਧਾਨ ਆ ਕੋਈ ਹਲਕਾ ਇੰਚਾਰਜ ਆ ਕੋਈ ਜ਼ਿਲ੍ਹਾ ਪ੍ਰਧਾਨ ਆ ਕੋਈ ਸਾਬਕਾ ਐਮ ਐਲ ਏ ਆ ਕੋਈ ਸਾਬਕਾ ਐਮ ਪੀ ਆ ਕੋਈ ਸਾਬਕਾ ਮੰਤਰੀ ਆ ਜਾਂ ਪ੍ਰਧਾਨ ਸਾਹਿਬ ਆ ਕੁਰਸੀ ਛੱਡਣੀ ਕਿਸੇ ਨੇ ਵੀ ਨਹੀਂ ਹੂੰ ਉਹ ਅਸੀਂ ਸਰਵਾਈਵ ਕਰਨਾ ਇਹ ਸਾਰੀ ਇੱਕੋ ਜਿਹਾ ਇਹਨਾਂ ਦੀਆਂ ਕਿੰਨੀਆਂ ਪਿਰਤਾਂ ਪਾਨਾ ਹੋਣਾ ਫਿਰ ਕੈਰੀ ਆਊਟ ਕਰੀਆਂ ਕੈਪਟਨ ਅਮਰਿੰਦਰ ਸਿੰਘ ਨੇ ਜੇ ਇਹ ਨਾ ਪਾਉਂਦੇ ਪਿਰਤਾਂ ਤਾਂ ਉਹ ਉਹਨਾਂ ਨੇ ਨਹੀਂ ਕਰਨਾ ਸੀ ਕਿਉਂਕਿ ਇੱਕ ਦੌਰ ਤੋਂ ਬਾਅਦ ਇੱਕ ਉਹ ਇਹਨਾਂ ਦੀ ਬਹੁਤ ਤਕੜੀ ਸਰਕਾਰ ਆਈ ਸੀ ਜਿਵੇਂ ਹੁਣ ਆਪਦੀ ਆ ਫਿਰ ਉਹੀ ਪੈਰ 'ਚ ਪੈਰ ਰੱਖਿਆ ਇਹਨਾਂ ਦੀ ਦੁਬਾਰਾ ਸਰਕਾਰ ਨੇ ਹੂੰ ਦੋ ਵਾਰ ਬਣੀ ਉਹਦੇ 'ਚ ਤਾਂ ਪਤਾ ਹੀ ਨਹੀਂ ਕੀ ਕੁਝ ਹੋ ਗਿਆ ਫਿਰ ਉਹੀ ਪੈਰ 'ਚ ਪੈਰ ਫਿਰ ਦੁਬਾਰਾ ਅਮਰਿੰਦਰ ਸਿੰਘ ਰੱਖਦੇ ਨੇ ਫਿਰ ਫਿਰ ਚਰਨਜੀਤ ਸਿੰਘ ਚੰਨੀ ਫਿਰ ਹੁਣ ਜਿਵੇਂ ਗੱਲ ਚੱਲ ਰਹੀ ਆ ਵੀ ਭਗਵੰਤ ਮਾਨ ਵੀ ਕਈ ਗੱਲਾਂ ਉਹੀ ਕਰ ਰਹੇ ਆ ਜਿਵੇਂ ਪਿਛਲੀਆਂ ਸਰਕਾਰਾਂ ਉਹ ਸਟਾਰਟਿੰਗ ਇਹਨਾਂ ਨੇ ਕਰੀ ਵੀ ਜੇ ਇਹ ਕੁਝ ਨਾ ਕਰਦੇ ਤੇ ਦੂਜਿਆਂ ਨੂੰ ਵੀ ਕਾਹਨ ਜੋਗੇ ਸੀ ਵੀ ਰਹਿ ਐ ਨਹੀਂ ਚੱਲਦਾ ਹੁੰਦਾ ਸਿਸਟਮ ਇਹ ਕਹਿ ਰਹੇ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਜਿਹੜਾ ਅਕਾਲੀ ਦਲ ਦਾ ਲੋ ਸਿਧਾਂਤ ਹੈ ਤੇ ਭਾਈ ਫਿਰ ਜਿਹੜਾ ਤੁਸੀਂ ਜਥੇਦਾਰ ਕੌਂਕੇ ਵਾਲਾ ਮਾਮਲਾ ਸੀ ਹਾਂ ਹਾਂ ਉਹਦਾ ਪੁੱਛ ਹੀ ਲਿਆ ਪਰਮਿੰਦਰ ਢੀਂਡ ਸਾਨੂੰ ਪੁੱਛਿਆਗਾ ਵੀ 1997 ਦੇ ਉਹਦੇ ਚ ਵੀ ਸੀ ਵੀ ਸੋਡੇ ਬਾਪੂ ਜੀ ਨਾਲ ਹੀ ਸੀ ਜੇ ਚੋਣ ਮੈਨੀਫੈਸਟੋ ਬਣਿਆ ਹੋਰ ਜਿਹੜੇ ਨੌਜਵਾਨ ਜਿਹੜੇ ਬੇਦੋਸ਼ੇ ਮਾਰੇ ਗਏ ਆ ਇਨਕਾਊਂਟਰ ਹੋਏ ਆ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਖਾਸ ਕਰਕੇ ਭਾਈ ਖਾਲੜਾ ਜੀ ਦੀ ਗੱਲ ਹੁੰਦੀ ਹੈ ਜਿਹੜਾ ਉਹਨਾਂ ਦਾ ਰਿਕਾਰਡ ਉਹ ਕੁਝ ਕੁਝ ਮਤਲਬ ਉਹਦੇ ਅਰਥੇ ਤਾਂ ਕਰ ਦੋ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਦੂਜੇ ਧਰਮਾਂ ਦਾ ਨਹੀਂ ਸਤਕਾਰ ਕਰ ਰਹੇ ਹੂੰ ਦੂਜੇ ਧਰਮ ਵੀ ਇਹ ਕਹਿੰਦੇ ਨੇ Hindu, Muslim, ईसाई ਉਹ ਸਾਰੇ ਕਹਿੰਦੇ ਆ ਸਿੱਖ ਵੀ ਕਹਿੰਦੇ ਨੇ ਤੇ ਉਹਦੇ ਤੇ ਇਹ ਵੀ ਨਹੀਂ ਵੀ ਕੱਲਾ ਸਿੱਖਾਂ ਨਾਲ ਜੇ ਹਿੰਦੂਆਂ ਨਾਲ ਵੀ ਕੁਝ ਹਿੰਦੂਆਂ ਦੇ ਮੁੰਡੇ ਵੀ ਬਹੁਤ ਸੰਘਰਸ਼ ਵਿੱਚ ਸੀਗੇ ਪੰਡਤਾਂ ਦੇ ਮੁੰਡੇ ਬਹੁਤ ਜ਼ਿਆਦਾ ਸੰਘਰਸ਼ ਸੀ ਤਾਂ ਉਹ ਇਹ ਵੀ ਕਹਿੰਦੇ ਵੀ ਸਾਰਿਆਂ ਨੂੰ ਇਨਸਾਫ ਮਿਲੇ ਹੂੰ ਇੱਕ ਬਹੁਤ ਵੱਡਾ ਢੋਲ ਵਲਾ বাজਾਇਆ ਗਿਆ ਉਹਦਾ ਭਾਈ ਚਾਰਕ ਸਾਂਝ ਦਾ ਪਰ ਭਾਈ ਚਾਰਕ ਸਾਂਝ ਦੇ ਉੱਤੇ ਕੁਝ ਵੀ ਨਹੀਂ ਇਹਨਾਂ ਤੋਂ ਉਹ ਭਾਈ ਚਾਰਕ ਸਾਂਝ ਦਾ ਜਿਹੜਾ ਢੋਲ ਵੱਜਦਾ ਸੀ ਉਹ ਹੁਣ ਵੀ ਫਿਰ ਵਜਾ ਲੈਣ ਨਾ ਉੱਧੇ ਭਾਈ ਉੱਥੇ ਬੈਠਿਆ ਤੁਹਾਡੇ ਅੱਧੇ ਤੁਸੀਂ ਇੱਥੇ ਬੈਠੇ ਹੋ ਕੀ ਨਵੜਗਾ ਤੁਸੀਂ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੋ ਠੀਕ ਹੈ ਇੱਕ ਹੋਰ ਅੰਦਰ ਲਈ ਹੁਣ ਰਿਪੋਰਟ ਦੱਸ ਦੀਗੇ ਅ ਸੁਖਵੀਰ ਵੀਰ ਸੁਖਵੀਰ ਜੀ ਤਾਂ ਬਾਹਰ ਗਏ ਹੋਏ ਸੀ ਹਾਂ ਆਹ ਠੀਕ ਆ ਹੁਣ ਕੀ ਦੱਸਗੇ ਵੀ ਕਿੰਨੇ ਟਾਈਮ ਲਈ ਗਏ ਸੀ ਉਹ ਵਿੱਚੋਂ ਆਏ ਨੇ ਛੱਡ ਕੇ ਸਾਰਾ ਕੁਝ ਆਉਂਦਾ ਏ ਆਉਂਦਾ ਏ ਵੀਰ ਸੁਖ ਵੀਰ ਤੇ ਹੁਣ ਨਹੀਂ ਉਹਨਾਂ ਨੂੰ ਸੋਚਣਾ ਪਊ ਬਾਈ ਜੀ ਇਹ ਚਾਹੇ ਗੱਲਾਂ ਉਹਨਾਂ ਨੂੰ ਕੌੜੀਆਂ ਲੱਗਣ ਜਿੰਨੇ ਜੇ ਕੋਈ ਅਕਾਲੀ ਦਲ ਦੇ ਬੰਦੇ ਵੀ ਸੁਣ ਰਿਆ ਉਹਨਾਂ ਨੂੰ ਸੋਚਣਾ ਪਊ ਉਹਨਾਂ ਤੇ ਹੀ ਸਾਰੀ ਗੱਲ ਖੜੀ ਆ ਤੇ ਜਿਹੜਾ ਆ ਗੱਲ ਵੀ ਆ ਵੀ ਉਹਨਾਂ ਨੇ ਕਹਿਤਾ ਪੇਸ਼ਕਸ਼ ਕਰਤੀ ਪਾਸੇ ਵਾਲੀ ਤੇ ਉਹ ਪਾ ਸਕਦੇ ਨੇ ਆਪ ਦਾ ਟਵਿੱਟਰ ਤੇ ਨਹੀਂ ਮੈਂ ਤੁਸੀਂ ਰਿਜ਼ਾਈਨ ਕਰਕੇ ਪਾਸੇ ਜਾਓ ਨਹੀਂ ਟਵਿੱਟਰ ਤੇ ਲਿਖ ਕੇ ਪਾ ਦੇਣ ਹਾਂ ਪਬਲਿਕਲੀ ਉਹ ਜਿਹੜਾ ਇੱਕ ਹੁਣ ਮੇਰੀ ਗੱਲ ਸੁਣੋ ਇੱਕ ਜਿਹੜੀ ਉਹ ਗੱਲ ਕਰਦਿਆ ਮਰਿਆਦਾ ਦੀ ਪ੍ਰਧਾਨ ਨੇ ਕੁਝ ਗੱਲਾਂ ਨਹੀਂ ਬੋਲਣੀਆਂ ਹੁੰਦੀਆਂ ਕੁਝ ਪਾਰਟੀ ਦੇ ਲਾਈਨ ਹੁੰਦੀਆਂ ਉਹ ਸਾਰੀਆਂ ਲੈਣਾ ਬਾਈ ਜੀ ਟੁੱਟ ਚੁੱਕੀਆਂ ਜਦੋਂ ਵੱਧੇ ਜਿਹੜੀ ਇੱਕ ਜਿਹੜੀ ਸੈਕੰਡ ਨੰਬਰ ਦੀ ਲੀਡਰਸ਼ਿਪ ਔਰ ਰਹੀ ਨਹੀਂ ਹੂੰ ਇੱਕ ਅੱਧਾ ਬੰਦੀ ਰਹਿ ਗਿਆ ਤੁਹਾਡੇ ਕੋਲੇ ਦੱਸੋ ਕੌਣ ਹੈ ਕਈ ਬੰਦੇ ਨੇ ਤੇ ਤੁਹਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਵੀ ਜਿਹੜਾ ਇੱਕ ਅੱਧਾ ਰਹਿ ਗਿਆ ਜਿੱਥੇ ਬਲਵਿੰਦਰ ਸਿੰਘ ਭੁੰਦਲਾਉਂਦੇ ਨੇ ਉਹ ਕਿਉਂ ਨਹੀਂ ਬੋਲ ਰਹੇ ਹੂੰ ਤਾਂ ਜਿਹੜੇ ਕਈ ਬੰਦੇ ਖੁਸ਼ ਹੋ ਰਹੇ ਸੀ ਪਰ ਚੌਥੇ ਕੁਰਸੀਆਂ ਤੇ ਬੈਠ ਕੇ ਪ੍ਰਧਾਨ ਸਾਹਿਬ ਦੇ ਨਾਲੇ ਕੁਰਸੀਆਂ ਤੇ ਬਹਿ ਕਿਆ ਲੋ ਪ੍ਰਧਾਨ ਸਾਹਿਬ ਨਾਲ ਬੈਠ ਗਿਆ ਸੀ ਭਾਈ ਤੁਹਾਨੂੰ ਮੌਕਾ ਤਾਂ ਮਿਲਿਆ ਜੋ ਬੰਦੇ ਪਾਸੇ ਹੋਏ ਆ ਹੂੰ ਮੇਰੇ ਨਾਲੇ ਪਰ ਉਹ ਇਹ ਆ ਵੀ ਠੀਕ ਆ ਤੁਸੀਂ ਅੱਜ ਬੈਠੇ ਹੋ ਜਿਹੜੀ ਉਹ ਜਿਹੜੀ ਗੱਲ ਲਈ ਤੁਸੀਂ ਲੜ ਰਹੇ ਹੋ ਜਾਂ ਰਾਜ ਸੱਤਾ ਲਈ ਨਾ ਆਪਾਂ ਪੰਜਾਬ ਦੀ ਬਿਹਤਰੀ ਲਈ ਉਹ ਲੋਕਾਂ ਨੇ ਤੁਹਾਨੂੰ ਮੂੰਹ ਲਾਉਣਾ ਹੀ ਨਹੀਂ ਨਿਬੜ ਚੁੱਕਿਆ ਕੰਮ ਕਿਸੇ ਦੋਨੇ ਪਾਸੇ ਦੋਨੇ ਪਾਸੇ ਦੋਨੇ ਇੱਕੋ ਜਿਹੇ ਆ ਦੋਨੇ ਇੱਕੋ ਜੇ ਇਧਰਲੇ ਅਟੈਕ ਕਰ ਰਹੇ ਆ ਪਾਰਟੀ ਦਫਤਰ ਚੋਂ ਉਹਨਾਂ ਤੇ ਤੇ ਉਧਰੋਂ ਕਰ ਰਹੇ ਬਰਬਰ ਆ ਇਹ ਇਹ ਸਾਇਲੈਂਟ ਜਾ ਹੁਣ ਚਲਾ ਲਿਆ ਇਹਨਾਂ ਨੇ ਥੋੜਾ ਜਾ ਆਪਾਂ ਕਹਿੰਦੇ ਡਿਫੈਂਸਿਵ ਜਾ ਕਰ ਲਿਆ ਹੂੰ ਤੇ ਚਲੋ ਹਣੇ ਕਹਿ ਮਤਲਬ ਇੱਕ ਨਾ ਕਹਿ ਰਹੇ ਸੀ ਵਲਟੋਆ ਸਾਹਿਬ ਦੇਖੋ ਜੀ ਸਾਡੇ ਨਾਲ 99.99 1.6 ਲੋਕ ਸਾਡੇ ਨਾਲ ਆ ਸਿਰਫ 5% ਦੀ ਲੋਕ ਉਹ ਪਰਲੇ ਪਾਸੇ ਆ ਉਹ ਇਹ ਕਹਿ ਰਹੇ ਨਾ ਕਿ 99% ਦੀ ਉਧਰ ਆ 1% ਦੀ ਪਰਲੇ ਪਾਸੇ ਆ ਦੇਖੋ ਜੀ ਸਾਡੇ ਨਾਲ ਹੈਗੇ ਆ ਪਰ ਲੋਕਤੰਤਰ ਚ ਇਹ ਚੀਜ਼ ਨਹੀਂ ਹੁੰਦੀ ਇੱਕ ਲੋਕਮਤ ਹੁੰਦਾ ਜੇ ਅਸੀਂ ਪੜਦੇ ਹੋ ਕਿ ਲੋਕਮਤ ਕੀ ਹੁੰਦਾ ਇਹ ਚੀਜ਼ ਇਧਰ 1000 ਬੰਦਾ ਜਿਹਦੇ ਪਾਸੇ ਹੋ ਗਿਆ ਉਹ ਗੱਲ ਸਹੀ ਹੋਊਗੀ ਭਾਵੇਂ ਇੱਕ ਪਾਸੇ ਬੰਦੇ ਦੋ ਹੀ ਆ ਜੇ ਉਹ ਗੱਲ ਠੀਕ ਆ ਤਾਂ ਦੋ ਸਹੀ ਹੈਗੇ ਆ ਹਾਂ ਯਾਰ ਠੀਕ ਨਹੀਂ ਨਹੀਂ ਉਹਦੇ ਚ ਇੱਕ ਹੋਰ ਵੀ ਜਿਹੜਾ ਉਹ ਦੋਨਾਂ ਨੇ ਕਹਿਤਾ ਵੀ 99.9 ਹੈ ਉਹ ਜਿਹੜੇ ਥੋੜੇ ਕਣੀ ਨਹੀਂ ਉਹਨਾਂ ਨੇ ਉਹ 99.9 ਤੋੜ ਦੇਣੇ ਆ ਵੋਟਾਂ-ਬੂਟਾਂ ਚ ਪ੍ਰਚਾਰ ਕਰਕੇ ਥੋਡੀਆਂ ਸਾਰੀਆਂ ਬੋਲਾਂ ਖੋਲ ਕੇ ਹੈ ਮੁੜ ਕੇ ਇਹ ਨਾ ਹੋਵੇ ਵੀ ਥੋੜਾ ਕੱਲਾ ਮੂਰੇ ਪੁਆਇੰਟ 9 ਹੀ ਰਹਿ ਜੇ ਹੂੰ ਇਹ ਚੈੱਕ ਕਰ ਲਿਆ ਕਰ ਨਾ ਕਿ ਜਦੋਂ ਹੁਣ ਤਾਂ ਬੋਲ ਰਿਹਾ ਕਿ ਢੀਂਸਾ ਪਰਿਵਾਰ ਇਸ ਤਰ੍ਹਾਂ ਜਦੋਂ ਤੁਸੀਂ ਪੈਂਦੀ ਠੰਡ ਚ ਪਾ ਕੇ ਕੋਟੀਆਂ ਹੂੰ ਟੈਂਡਰ ਗਾਰਮੈਂਟ ਜਾ ਕੇ ਇੱਥੇ ਤੁਸੀਂ ਢਿੰਸਾ ਪਰਿਵਾਰ ਨੂੰ ਸ਼ਾਮਲ ਕਰਵਾਇਆ ਸੀ ਹੂੰ ਜਦੋਂ ਕੀ ਬੋਲੇ ਸੀ ਹੂੰ ਜਦੋਂ ਬੀਬੀ ਜੰਗੀਰ ਘੌਰ ਨੂੰ ਤੁਸੀਂ ਸ਼ਾਮਲ ਕਰਵਾਇਆ ਦੁਬਾਰਾ ਤੁਸੀਂ ਜਦੋਂ ਕੀ ਬੋਲੇ ਸੀ ਹੂੰ ਹੂੰ ਉਹ ਵੀ ਯਾਦ ਕਰ ਲੈਣਾ ਉਹ ਤਾਂ ਕਹਿੰਦਾ ਸੀ ਮੈਂ ਆਪਣੇ ਵਾਲੇ ਇੰਟਰਵਿਊ ਦੇ ਵਿੱਚ ਉਹਨਾਂ ਚੰਗੀ ਤਰ੍ਹਾਂ ਦੱਸ ਤਾਂ ਉਹਨਾਂ ਨੂੰ ਪਹਿਲਾ ਸਵਾਲ ਹੀ ਆਇਆ ਸੀ ਵੀ ਘਰ ਵਾਪਸੀ ਦਾ ਕੋਈ ਫਾਇਦਾ ਹੋਇਆ ਉਹ ਕਹਿੰਦੇ ਨਹੀਂ ਉਹ ਕਹਿੰਦੇ ਵੀ ਮੇਰੀ ਗਲਤੀ ਸੀ ਵੀ ਮੈਂ ਆਪਣੇ ਪਿਤਾ ਜੀ ਤੋਂ ਬਾਹਰ ਹੋ ਕੇ ਵੀ ਉਹ ਚੀਜ਼ ਕਰੀ ਹਾਂ ਉਹ ਕਹਿੰਦੇ ਸਭ ਤੋਂ ਵੱਡੀ ਗਲਤੀ ਸੀ ਮੇਰੀ ਮੈਂ ਆਦੇ ਪਿਤਾ ਦੀ ਗੱਲ ਨਹੀਂ ਮੰਨੀ ਕਿ ਉਹ ਸਾਰੀ ਉਮਰ ਉਹਨਾਂ ਨੂੰ ਗੱਲ ਹੋਣਾ ਰੜਕਦੀ ਰਹਿਣੀ ਹੈ ਜੇ ਇਕਾਲੀ ਦਿਲ ਦਾ ਨਾ ਹੋয়া ਤੇ ਇਹਦਾ ਇਹ ਵੀ ਨਹੀਂ ਤੇ ਇੱਕ ਮੈਨੂੰ ਪਤਾ ਨਹੀਂ ਬਹੁਤ ਬੰਦੇ ਪੱਤਰਕਾਰਾਂ ਤੋਂ ਵੀ رائے ਮੰਗ ਰਹੇ ਨੇ ਜਾਂ ਕਿਵੇਂ ਆ ਸਾਡੀ ਦਾ ਰਾਇ ਇਹੀ ਆ ਵੀ ਸਾਰਿਆਂ ਨੂੰ ਆਪਦਾ ਮਾਫੀ ਮੰਗ ਕੇ ਆ ਦੀ ਸਜ਼ਾ ਜਿਵੇਂ ਲਾਉਣਗੇ ਜੱਥੇਦਾਰ ਸਾਹਿਬ ਸਾਲ ਨੂੰ ਲਾਉਣ 2 ਦਿਨ ਚਲਾ ਦੇਣ ਜਿਵੇਂ ਵੀ ਆ ਕਿਦਨ ਵੀ ਲਾਉਣ ਤੇ ਆਪਦਾ ਮੁੜ ਕੇ ਬਈ ਕਰੇ ਬਹਿ ਜੋ ਬਸ ਨਬੜ ਜੋ ਕਹਿ ਕੰਮ ਹਾਂ ਹੁਣ ਨਵੇਂ ਜਾਂ ਕੁਝ ਵੀ ਆ ਤੁਸੀਂ ਆਪ ਦਾ ਕੁਝ ਕਰ ਲੋ ਸਟਰੋਂਗ ਕਰ ਲੋ ਵੀਰੇ ਪਰ ਸਰਬਜੀਤ ਸਿੰਘ ਖੋ ਨੇ ਜਿਹੜੇ ਚਿੰજરા ਹਾਂ ਚਿੰજરા ਸਾਹਿਬ ਉਹ ਥੋੜਾ ਜਿਹਾ ਗਲਤ ਚੱਲ ਗਿਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਅਟੈਕਿੰਗ ਮੂਡ ਜਾ ਗਿਆ ਉਧਰਲੇ ਪਾਸਿਓਂ ਦਫ਼ਤਰ ਵਾਲੇ ਪਾਸਿਓਂ ਤਤੇ ਜ਼ਿਆਦਾ ਨਹੀਂ ਹਾਂ ਹਾਂ ਚਲੋ ਉਹਨਾਂ ਨੂੰ ਲੱਗ ਰਿਹਾ ਠੀਕ ਹੋਣਾ ਸਾਨੂੰ ਪਰ ਉਹਨਾਂ ਨੂੰ ਵੀ ਥੋੜਾ ਜਿਹਾ ਵੇਖ ਕੇ ਕੀ ਨਵੇਂ ਚੱਲਣੇ ਚਾਹੀਦੇ ਵੀ ਤੁਸੀਂ ਨਵੇਂ ਤੁਸੀਂ ਦੇਖੋ ਵੀ ਇੰਨਾ ਟਾਈਮ ਜਿਹੜਾ ਬੰਦਾ ਪਾਰਟੀ ਪ੍ਰਧਾਨ ਹੈਗਾਗਾ ਜਿਹਨਾਂ ਦੇ ਪਹਿਲਾਂ ਪਿਤਾ ਜੀ ਸੀ ਉਹ ਇਹ ਇਹ ਅੰਦਰ ਔਰਾ ਹੀ ਨਹੀਂ ਸੈੱਟ ਕਰ ਸਕੇ ਵੀ ਅਸੀਂ ਬੈਕਫੁੱਟ ਤੇ ਰਹਿ ਕੇ ਤੇ ਫਰੰਟ ਤੇ ਕਿਸੇ ਹੋਰ ਨੂੰ ਕਰਕੇ ਅਸੀਂ ਸਾਰਾ ਸਿਸਟਮ ਚਲਾ ਸਕੀ ਜਿਵੇਂ ਗਾਂਧੀ ਪਰਿਵਾਰ ਨੇ ਮਨਮੋਹਨ ਸਿੰਘ ਵળે ਚਲਾਇਆ ਸੀ ਇੱਥੋਂ ਤੱਕ ਵੀ ਨਹੀਂ ਤਿਆਰੀ ਨਹੀਂ ਮਤਲਬ ਨਾ ਵੀ ਜੀ ਦੇਖੋ ਨਾ ਰਾਹੁਲ ਗਾਂਧੀ ਭਾਵੇਂ ਰਿਜ਼ਾਈਨ ਕਰਕੇ ਪ੍ਰਧਾਨਗੀ ਤੋਂ ਹਾਂ ਖੜਗੇ ਪ੍ਰਧਾਨ ਬਣ ਕੇ ਹਾਂ ਤੇ ਉਸ ਤੋਂ ਬਾਅਦ ਹੀ ਰਾਹੁਲ ਗਾਂਧੀ ਦਾ ਨਾਮ ਤਾਂ ਅੱਗੇ ਹੈਗਾ ਹੀ ਆ ਡੇਟ ਤਾਂ ਵੱਡੇ ਹੈਗੇ ਨੇ ਉਹ ਬਾਕੀ ਇਹ ਵੀ ਗੱਲ ਆ ਵੀ ਆਪਾਂ ਹੋਰ ਗੱਲ ਕਰ ਲਈਏ ਪਰ ਮਾਨਤਵਾ ਇਹਨਾਂ ਨੂੰ ਸੋਝੀ ਦਵੇ ਨਵੇਟ ਦੋ ਕੰਮ ਬਾਕੀ ਕਰਮ ਚੱਲ ਗਏ ਆ ਆਪਾਂ ਹਾਂ ਸਮਝਾ ਦੇ ਦੇ ਵਿਚਾਰ ਕਰਨ ਦਾ ਪਰ ਇਕੱਠੇ ਹੋਣਾ ਕੋਈ ਪਤਾ ਕੀ ਆ ਆਪਾਂ ਦਾ ਕੀ ਲੈਣਾਗਾ ਹਾਂ ਚਲੋ ਫਿਰ ਆਪਾਂ ਚੱਲਦੇ ਆਂ ਦਿੱਲੀ ਆਪੇ ਆਪਦਾ ਪਛਤਾਉਣਗੇ ਆਪੇ ਆਉਣ ਵਾਲੀਆਂ ਪੀੜੀਆਂ ਇਹਨਾਂ ਦੀਆਂ ਇਹਨਾਂ ਨੂੰ ਹੀ ਲੜਨ ਤਾਂ ਪਾਉਣਗੇ ਪਰ ਨਹੀਂ ਸਭ ਤੋਂ ਇਹ ਸਭ ਤੋਂ ਖਤਰਨਾਕ ਗੱਲ ਹੋਊਗੀ ਬਾਦਲ ਪਰਿਵਾਰ ਵਾਸਤੇ ਜਿਹੜਾ ਦਰਦਲਾ ਜਿਹੜੇ ਹੋਰ ਲੀਡਰ ਆ ਇਕੱਲਾ ਬਾਦਲ ਪਰਿਵਾਰ ਨਹੀਂ ਜਿੰਨੇ ਲੀਡਰ ਆ ਇਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਇਹਨਾਂ ਨੂੰ ਲੜਨ ਤਾਂ ਪਾਉਣਗੀਆਂ ਜੇ ਇਹਨਾਂ ਨੇ ਹਜੇ ਵੀ ਕੁਝ ਨਾ ਸੰਭਲੇ ਇਹ ਸੱਚ ਆ ਇਹ ਸੱਚ ਤੋਂ ਇਹ ਭੱਜ ਹੀ ਨਹੀਂ ਸਕਦੇ ਹਾਂ ਮਤਲਬ ਕਿ ਉਹ ਤਾਂਗਾ ਕਿਉਂਕਿ ਰਾਜ ਸੱਤਾ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਟਾਈਮ ਰਹੇ ਆ ਸਭ ਤੋਂ ਐਕਸਟ੍ਰੀਮ ਪਾਵਰ ਰਹੀ ਆ ਵਿਰੋਧੀ ਧਿਰ ਚ ਹੁੰਦਿਆਂ ਹੋਇਆਂ 2002 ਦੀ ਗੱਲ ਕਰ ਲਓ ਫਿਰ ਦੂਜੀ ਵਾਰ ਗੱਲ ਕਰ ਲਓ ਇਹਨਾਂ ਕੋਲੇ ਰਹੀ ਆ ਪਾਵਰ ਇਹਨਾਂ ਦਾ ਇੱਕ ਅੱਡ ਵੋਟ ਬੈਂਕ ਕੱਢ ਦਬ ਦਵਾਗਾ ਤੋ ਇਹਨਾਂ ਦੇ ਬੱਚੇ ਹੀ ਇਹਨਾਂ ਨੂੰ ਸਵਾਲ ਕਰਨਗੇ ਵੀ ਤੁਸੀਂ ਇਹ ਮਤਲਬ ਕੀ ਕੀਤਾ ਜਾਂ ਕੀ ਨਕਨਾਂ ਨਕਸਾ ਪਾਪਾ ਤੁਸੀਂ ਵੀ ਅੱਜ ਵੀ ਲੋਕ ਸਾਨੂੰ ਕਹਿੰਦੇ ਵੀ ਛੋਡੇ ਛੋਡੇ ਬਜ਼ੁਰਗ ਸੀਗੇ ਹਾਂ ਸੱਤਾ ਤੇ ਬੈਠੇ ਉਦੋਂ ਇਹ ਕੰਮ ਸਾਰਾ ਸ਼ੁਰੂ ਹੋ ਗਿਆ ਸੀ ਜੋ ਨਾ ਕਰਦੇ ਤਾਂ ਇਹ ਪੰਜਾਬ ਇੰਨਾ ਨੇガルਵਲ ਨਹੀਂ ਜਾਣਾ ਸੀ ਨਾ ਧਾਰਮਿਕ ਤੌਰ ਤੇ ਨਾ ਮਤਲਬ ਸਿਆਸੀ ਤੌਰ ਤੇ ਨਾ ਮਤਲਬ ਆਪਾਂ ਕਹਿ ਦਈਏ ਵੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਥੱਲੇ ਨਹੀਂ ਜਾਣਾ ਸੀ ਇਹ ਥੱਲੇ ਪੁੱਛਣ ਪਾਪਾ ਤੁਸੀਂ ਬੀਜਪੀ ਨਾ ਰਹਿ ਕੇ ਸਟੇਜਾਂ ਦੇ ਬਹਿ ਕੇ ਤੇ ਪੰਜਾਬ ਲਈ ਕੀ ਲੈ ਲਿਆ ਹਾਂ ਕੁਝ ਵੀ ਕਿਸੇ ਜਿਹੜੀਆਂ ਗੱਲਾਂ 14 ਚ ਸਰਕਾਰ ਬਣ ਗਈ ਉਹ ਸਮਾਂ ਹੈ ਉਹ ਹੈਗਾ ਸੀ ਤੁਸੀਂ ਕੀ ਲੈਣਾ ਦੋ ਸਾਲਾਂ ਦਾ ਤੋ ਕੁਝ ਲਿਆ ਪੰਜਾਬ ਲਈ ਬੰਦੀ ਸਿੰਘਾਂ ਲਈ ਕੁਝ ਲਿਆ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਕਿ ਇਹ ਤਾਂ ਕਾਤਲ ਨੇ ਠੀਕ ਹੈ ਸਟੇਟਮੈਂਟਾਂ ਨੇ ਨਾ ਪੰਘਿਆਂ ਨੇ ਵੀਡੀਓ ਦੇ ਰੂਪ ਦੇ ਵਿੱਚ ਜੀ ਬਿਲਕੁਲ ਹਾਂ ਤੇ ਚਲੋ ਭਾਈ ਆਪਦੇ ਘਰ ਦੇ ਲੱਗੀ ਆ ਗਾਪੇ ਭਜਾਉਣਗੇ ਹਾਂਜੀ ਹਾਂ ਪਰ ਵਜਾਉਣੀ ਪੈਣੀ ਆ ਕਿ ਲੋਕਾਂ ਦਾ ਦਰਦ ਤਾਂ ਰਦਨ ਜੀ ਕਿਉਂਕਿ ਇਹ ਇੱਕ ਪਾਰਟੀ ਦਾ ਸੋਚਣ ਇਹ ਜੀ ਇੱਕ ਲੰਮਿਆ ਇਤਿਹਾਸ ਆ ਕਾਜੀ ਦਲ ਦਾ ਤੇ ਉਹਨੂੰ ਕੰਟੀਨਿਊ ਕਰਨ ਇਹ ਹਾਂਜੀ ਹਾਂ ਤੇ ਆਪਾਂ ਚਲਈਏ ਮੜਾ ਦਿੱਲੀ ਮੈਨ ਹੋਰ 40 ਮਿੰਟ ਲਾਤੇ ਕਾਜੀ ਦਲ ਤੇ ਆਪਾਂ ਓਹੋ ਚਲੋ ਕੋਈ ਗਿਆ ਓ ਯਾਰ ਕਿੰਨਾ ਟਾਈਮ ਲਾ ਰਿਆ ਮੀਟਿੰਗਾਂ ਹੋ ਰਹੀਆਂ ਉਹ ਚਾਰਿਆ ਕੋਈ ਬੰਦਾ ਆਦਾ ਅਖਬਾਰ ਛੱਡ ਕੇ ਮੀਟਿੰਗਾਂ ਕਰਵਾ ਰਿਆ ਸੰਪਾਦਕ ਸਾਹਿਬ ਤੇ ਮੈਂ 40 ਮਿੰਟ ਵੀ ਦੇ ਸਕਦੇ ਜੀ ਚੱਲਣ ਉਹ ਜਿਹੜਾ ਕਹਿੰਦਾ ਹਾਂਜੀ ਇਹ ਵੀ ਦੇਖ ਲਓ ਇਹਨਾਂ ਨੇ ਵੀ ਸਿਸਟਮ ਬੰਡਿਆ ਬਾਗ ਹਨਾ ਆਪਾਂ ਪਹਿਲਾਂ ਵੀ ਅਸੀਂ ਇੱਕ ਪੌੜ ਕਾਟ ਚ ਉਹ ਗੱਲ ਕਰੀ ਸੀ ਇਹਨਾਂ ਨੇ ਆਪਦੇ ਬੰਦੇ ਵੰਡੇ ਵੇ ਸੀ ਉਹਨਾਂ ਨੇ ਆਪਦੇ ਬੰਦੇ ਵੇ ਸੀ ਕਿਸੇ ਦਾ ਕੁਝ ਨਹੀਂ ਨਿਪੜਿਆ ਐ ਹੀ ਹੁੰਦਾ ਜੀ ਹਾਂ ਚਲੋ ਹੁਣ ਆਪਾਂ ਦਿੱਲੀ ਚੱਲੀਏ ਨਿਵੇੜਦੇ ਇਹਨੂੰ ਕੰਮ ਨੂੰ ਸੁਪਰੀਮੋ ਸਾਹਿਬ ਨਾਲ ਹਾਂਜੀ ਆਰਾ ਬਰੁੱਸ ਗਿਆ ਹੂੰ ਇਹ ਕਾਲੀ ਕਾਰ ਇਹਦਾ ਰੱਬ ਰੋਸ ਗਿਆ ਹੂੰ ਇਹ ਰੱਬ ਰੋਸ ਗਿਆ ਵਈ ਪਾਰਟੀ ਨਾਲ ਵੀ ਸੁਪਰੀਮੋ ਸਾਹਿਬ ਨਾਲ ਵੀ ਹਾਂ ਬੇਸ਼ੀਅਰ ਪਹਿਲਾਂ ਤਾਂ ਜਾਂਦੀ ਆ ਸੀਬੀਆਈ ਰਾਤ ਨੂੰ ਪੁੱਛ ਕੇ ਚਕਰ ਪਰਸ਼ਨ ਉੱਤਰ ਕਰਦੇ ਪਰ ਖਬਰ ਆਈ ਕਿ ਗ੍ਰਿਫਤਾਰ ਹੂੰ ਉਹ ਤਾਂ ਗਲਤ ਆ ਗਈ ਸੀ ਮਹਾਜਾ ਅੱਧੀ ਰਾਤ ਚੱਕਲਾ ਜਰਾ ਨੈਸ਼ਨਲ ਮੀਡੀਆ ਨੇ ਖਬਰ ਦਿੱਤੀ ਨਾ ਹਾਂ ਹੁਣ ਤਾਂ ਇਹ ਨੇ ਤੁਸੀਂ ਪਰ ਉਸ ਤੋਂ ਪਹਿਲਾਂ ਸੰਜੇ ਸਿੰਘ ਨੇ ਦੱਸਤਾ ਸੀ ਵੀ ਸਾਡੇ ਨਾਲ ਇਦਾਂ ਦਾ ਕੁਝ ਪਲਾਨ ਆਊਟ ਹੋ ਰਿਹਾ ਸੀਬੀਆਈ ਜਾਂ ਕੁਝ ਕੋਸ਼ ਕਰ ਸਕਦੇ ਆ ਬਿਲਕੁਲ ਬਿਲਕੁਲ ਚਲੋ ਸੂਵੇ ਸੇਰ ਹੋਈ ਤੇ ਖਾਣਾ ਹੁਣ ਸਾਫ ਹੋ ਗਿਆ ਕਹਿੰਦੇ ਨਹੀਂ ਜੀ ਇਕੱਲੀ ਪੁੱਛ ਗੇਚੀ ਹੋਈ ਆ ਹੂੰ ਫਿਰ ਉਹ ਪਰਮਿਸ਼ਨ ਲੈਂਦੇ ਆ ਅਦਾਲਤ ਤੋਂ ਹੂੰ ਫਿਰ ਉੱਥੇ ਜਾਂਦਾ ਸਭ ਕੁਝ ਫਿਰ ਕਹਿੰਦੇ ਇਹ ਰਿਮਾਂਡ ਲੈਣਾ ਸੀ ਵੀ ਕਹਿੰਦੇ ਸੀ ਪੰਜ ਦਿਨਾਂ ਦਾ ਹੂੰ ਉਹ ਇੰਨੇ ਚ ਪੰਜਾਂ ਤਿੰਨ ਲੈ ਲਓ ਚਲ ਹੂੰ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਸੀਬੀਆਈ ਨੂੰ ਹੂੰ ਗ੍ਰਿਫਤਾਰ ਕਰਕੇ ਲੈ ਗਏ ਸੁਪਰੀਮੋ ਸਾਹਿਬ ਨੂੰ ਭਾਈ ਜੀ ਹੁਣ ਜਦੋਂ ਉੱਥੇ ਪੇਸ਼ੀ ਪੈ ਰਹੀ ਸੀ ਭਾਈ ਹੂੰ ਤਾਂ ਸੁਪਰੀਮੋ ਸਾਹਿਬ ਦਾ ਸ਼ੂਗਰ ਲੈਵਲ ਘਟ ਗਿਆ ਹੂੰ ਉੱਪਰ ਚ ਲੈ ਆਈ ਲੋਨ ਕਰਾਇਆ ਗਿਆ ਹਾਂ ਉਹਨਾਂ ਨੂੰ ਡਾਇਬਟੀਜ਼ ਦਾ ਹਾਂ ਤਾਂ ਉਹ ਕਹਿੰਦੇ ਠੀਕ ਹੋ ਗਏ ਹਮ ਹੁਣ ਤੁਸੀਂ ਇਹ ਦੇਖੋ ਮੈਂ ਗੱਲ ਆਪਾਂ ਅਗਲੀ ਫੇਰ ਕਰਾਂਗੇ ਹੁਣ ਜੇ ਕੋਈ ਮੰਤਰੀ ਫੜਾਇਆ ਜਾਵੇ ਜਾਂ ਵੱਡਾ ਬੰਦਾ ਉਹਦੇ ਦਾ ਸ਼ੂਗਰ ਲੈਵਲ ਚੈੱਕ ਹੋ ਜਾਂਦੇ ਆ ਹਮ ਉਹਨਾਂ ਦਾ ਹਸਪਤਾਲ ਵੀ ਲੈ ਜਾਂਦੇ ਆ ਪਰ ਆਮ ਕਿੰਨੇ ਕੈਦੀ ਆ ਜਿਹਨਾਂ 'ਕ ਮਲਜ਼ਮ ਆ ਜਿਨ੍ਹਾਂ ਨੂੰ ਤੁਸੀਂ ਐ ਹਸਪੀਟਲ ਲੈ ਕੇ ਜਾਂਦੇ ਹੋ ਹਮ ਤਾਂ ਇਹ ਵੀ ਹਰੇਕ ਲਈ ਬਰਾਬਰ ਰੱਖੋਣਾ ਫਿਰ ਆ ਪੰਜਾਬ ਦੀਆਂ ਜ਼ਿਲ੍ਹਿਆਂ ਚ ਬਹੁਤ ਮਾਰਾ ਹੈ ਏਡਜ਼ ਨੂੰ ਲੈ ਕੇ ਜਾਂ ਨੂੰ ਕਾਲੇ ਪੀਲੇ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਇਹਦਾ ਪਹਿਲਾਂ ਵੀ ਆਉਂਦਾ ਰਿਹਾ ਹਾਂ ਤੇ ਭਾਈ ਹੁਣ ਸੁਪਰੀਮੋ ਸਾਹਿਬ ਨੂੰ ਸੀਬੀਆਈ ਲੈ ਕੇ ਚੱਕ ਕੇ ਉਹ ਕਹਿੰਦੇ ਤਿੰਨ ਦਿਨ ਪੁੱਜ ਕੇ ਛੋਣੀ ਆ ਤੇ ਦੇਖੋ ਕੀ ਨਿਕਲਦਾ ਹੁਣ ਵਿੱਚੋਂ ਨਾ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਅਰਬਨ ਕਿਜਰੀਵਾਲ ਨੇ ਸਾਰਾ ਜਿਹੜਾ ਦੋਸ਼ਿਓ ਲਾਤਾ ਮਨੀ ਸੋਧਿਆ ਦੇ ਉੱਪਰ ਕਿ ਸਾਰਾ ਕਰਤ ਤਰਤਾ ਇਹ ਹੀ ਆ ਪਰ ਸੁਪਰੀਮੋ ਸਾਹਨੇ ਅੰਦਰ ਬੈਠਣੇ ਖਬਰ ਮਿਲੀ ਕਿ ਬਾਹਰ ਚੱਲ ਰਹੀਆਂ ਨਿਊਜ਼ ਖੜੇ ਹੋ ਗਏ ਹੂੰ ਚਲੋ ਬੈਠੇ ਸਾਹਮਣੇ ਚਿਹਰਿਆਂ ਦੇ ਉੱਪਰ ਖੜੇ ਹੋ ਗਏ ਹੂੰ ਉਹਨਾਂ ਨੇ ਜੀ ਇਹ ਫੇਕ ਨਿਊਜ਼ ਆ ਹੁਣ ਦੱਸਤਾ ਨੇ ਉੱਥੇ ਆਪ ਹੀ ਆਪ ਹੀ ਬੋਲੇ ਉਹਨੇ ਵਾਰੀ-ਵੁਰੀਆਂ ਕੁਝ ਵੀ ਨਹੀਂ ਸਿਆ ਜਾ ਉਹਨੇ ਕਿਹਾ ਜੱਜ ਸਾਹਿਬ ਨੂੰ ਕਿ ਦੇਖੋ ਜੀ ਸਰਕਾਰ ਜਾਂ ਕੁਝ ਵੀ ਲੋਕ ਨਾ ਚਲਾ ਰਹੇ ਖਬਰ-ਬਾਰ ਮੀਡੀਆ ਦੇ ਵਿੱਚ ਕਿ ਮੈਂ ਸਾਰੇ ਦੋਸ਼ ਲਾਤੇ ਸੋਦੀਆ ਸਾਹਿਬ ਦੇ ਉੱਪਰ ਕਿ ਇਹ ਗਲਤ ਆ ਦੇਖੋ ਜੀ ਹੁਣ ਆਏ ਹੋ ਰਿਹਾ ਤੇ ਉਹ ਕਿੰਨਾ ਕੁਸ਼ ਹੁੰਦਾ ਹੋਊਗਾ ਓਏ ਬਹੁਤ ਨਜ਼ਰ ਆਏ ਤਾਂ ਹੂੰ ਉਏ ਇੱਕ ਪੜੀਖਾ ਰਹਿਣਾ ਪ੍ਰਸਾਦ ਸਾਫ ਹੋਇਆ ਕਿ ਨਹੀਂ ਜੀ ਕੇਜਰੀਵਾਸਾਂ ਨੇ ਕੁਝ ਵੀ ਨਹੀਂ ਆਖਿਆ ਉਹ ਤਾਂ ਆਦੀ ਪੇਸ਼ੀ ਭੁਗਤ ਰਹੇ ਆ ਹੂੰ ਮਤਲਬ ਮੀਡੀਆ ਚ ਵੀ ਕੋਈ ਖਬਰਾਂ ਥੋੜਾ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਮਿਲੀ ਸੀ ਨਾ ਜਮਾਨਤ ਉਸ ਤੋਂ ਬਾਅਦ ਤਾਂ ਤੱਕਾ ਹੀ ਹੋ ਗਿਆ ਹਾਂ ਉਹ ਤਾਂ ਤੱਕੇ ਤੇ ਤੱਕਾ ਤੱਕੇ ਤੱਕਾ ਹੋ ਗਿਆ ਹੂੰ ਜਾਰੇ ਬੰਦਾ ਤਿਆਰੀਆਂ ਕਰ ਰੇ ਸੀ ਕੱਪੜੇ-ਕੁਪੜੇ ਤੈਹਾ ਮਾਰ ਰੇ ਸੀ ਹੂੰ ਬੂਟਾਂ-ਬਾਟਾ ਕੱਪੜਾ ਮਾਰ ਲਿਆ ਹੁਣ ਇਹ ਚੱਲ ਗਿਆ ਸੱਚ ਨਾਲ ਬਾਹਰ ਹੂੰ ਸਿਰੇ ਆਪਾਂ ਬਾਹਰ ਜਾ ਹੀ ਜਾਣਾ ਉਹ ਸੀਬੀਆਈ ਆ ਜਾਂਦੀ ਆ ਫਿਰ ਹਾਈ ਕੋਰਟ ਜਾਂਦੇ ਆ ਮੰਤਰੀ ਸਾਹਿਬ ਵੀ ਗਏ ਸੀ ਵੀ ਵੈਲਕਮ ਕਰਾਂਗੇ ਉਹਨਾਂ ਦਾ ਜਿਹੜੇ 3 ਐਮਪੀ ਸੌਂ ਚੱਕਣੀ ਆ। ਹਾਂ ਉਹ ਤਾਂ ਹੀ ਵਿਚਾਰੇ ਪਹੁੰਚੇ ਸੀ ਪਰ ਗੱਲ ਬਣੀ ਨਹੀਂ। ਤੇ ਕੱਲ ਮਾਨ ਸਾਹਿਬ ਵੀ ਆਪਣੇ ਨਵੇਂ ਘਰ ਦੇ ਵਿੱਚ ਪਹੁੰਚ ਗਏ ਭਾਈ। ਹਾਂਜੀ। ਮੈਂ ਕਰਤੀਆਂ ਤਸਵੀਰਾਂ ਸਾਂਝੀਆਂ। ਹਮ ਕੀ ਆ ਦੇਖੋ ਆਪਾਂ ਤਾਂ ਆ ਗਏ ਭਾਈ। ਹਮ ਹੁਣ ਕਹਿੰਦੇ ਮਾਝੇ ਤੇ ਦਬਾਬੇ ਐਲ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ। ਹਮ ਹਾਂ ਸਰਕਾਰ ਤੁਹਾਡੇ ਦਰ ਆ ਚੁੱਕੀ ਆ। ਹਮ ਵਾਹ ਲਾਟਾਂ ਦੇ ਦਈਏ। ਪਰ ਇਹਦੇ 'ਚ ਮੈਂ ਇਹ ਕਹਿ ਦਨਾਂਗਾ ਵੀ ਜਰੂਰ ਫਰੋਹਪੁਰ ਵਾਲਿਆਂ ਦਾ ਜਰੂਰ ਹਾਲ ਚਾਲ ਪੁੱਛ ਲਿਆ ਕਰੋ। ਹੂੰ ਫਰੋਜ ਪਰ ਥੋੜਾ ਜਿਹਾ ਉੱਥੋਂ ਦੂਰ ਲੱਗੂਗਾ ਚਲੋ ਕੋਈ ਮਾਲਵੇ ਚ ਤ ਫਿਰੋ ਚੰਡੀਗੜ੍ਹੀ ਤੇ ਲੈ ਆਈ ਲੈਂਦੇ ਆਂ ਸਾਡੇ ਕੋਲ ਫਾਸ ਲਗਾਤੇ ਫਰੋਜ ਪਰ ਜਿਹੜੇ ਏਰੀਆ ਚ ਹੜ੍ਹ ਜ਼ਿਆਦਾ ਆਏ ਸੀ ਹੂੰ ਉਹ ਏਰੀਆ ਥੋੜਾ ਜਿਹਾ ਦੂਰ ਲੱਗਣ ਵਾਲਾਗਾ ਉਹਨਾਂ ਦਾ ਹਾਲ ਚਾਲ ਜ਼ਰੂਰ ਪੁੱਛ ਲਓ ਸਭ ਤੋਂ ਔਖੇ ਉਹੀ ਨੇ ਪੰਜਾਬ ਦੇ ਵਿੱਚ ਬਹੁਤ ਔਖੇ ਇੱਧਰ ਵੀ ਔਖੇ ਨੇ ਹਰਿਆਣੇ ਵਾਲੇ ਸਾਈਡ ਤੇ ਵੀ ਆਂਡਰ ਵੈਲਟ ਤੇ ਹੈ ਹੂੰ ਤੇ ਬਾਕੀ ਕੱਲ ਇੱਕ ਪੰਜਾਬ ਸਰਕਾਰ ਨੇ ਕੋ ਲਿਸਟ ਜੀ ਪਾਈ ਆ ਬਈ ਹਾਂ ਪਿੰਡਾਂ ਦੀ ਵੀ ਆ ਪਿੰਡ ਚ 40 ਸਾਲ ਬਾਅਦ ਇੱਕ ਚ ਲਿਖਿਆ ਇੱਕ ਚ ਲਿਖਿਆ 25 ਸਾਲ ਬਾਅਦ 35 ਸਾਲ ਬਾਅਦ 25 20 ਸਾਲਾਂ ਵਾਲੇ ਬਾਰੇ ਪਿੰਡਾਂ ਬੇਨੇ ਟਾਈਮ ਬਾਅਦ ਪਾਣੀ ਆਇਆ ਬਿਲਕੁਲ ਜੀ ਆਮਾਦੀ ਪਾਰਟੀ ਨੇ ਕਹ ਖ਼ਬਰ ਦਾ ਵੀ ਬਹੁਤ ਪੈ ਗਿਆ ਵੀ ਪ੍ਰਮਾਤਮਾ ਨੇ ਵੀ ਕਿਹਾ ਵੀ ਸ਼ੁਕਰ ਹੈ ਸ਼ੁਕਰ ਹੈ 25 25 ਸਾਲਾਂ ਬਾਅਦ ਪਾਣੀ ਦਿੱਤਾ ਕਿਸੇ ਸਰਕਾਰ ਨੇ ਤਾਂ ਪਾਣੀ ਦਿੱਤਾ ਤਾਂ ਹੀ ਅੱਜ ਪੰਜਾਬ ਚ ਸੁਣੀ ਹੈ ਪੈ ਗਿਆ 20 ਸਾਲਾਂ ਬਾਅਦ ਸੁਣੀ ਜਾਂਦੀ ਰੂੜੀ ਦੀ ਹਾਂ ਤੇ ਉਹਨਾਂ ਚੋਂ ਪਿੰਡ ਆ ਇੱਕ ਲਾਲ ਬਾਈ ਹਾਂਜੀ ਲੰਬੀ ਦਾ ਪਿੰਡ ਆ ਇਹ ਹਾਂਜੀ ਲੰਬੀ ਦਾ ਪਿੰਡ ਆ ਜੀ ਤੇ ਉਥੇ ਤੁਸੀਂ ਜਾ ਕੇ ਆਏ ਹੋ ਦਾਦ ਦੋ ਗਾਂ ਵਾਲੀ ਗਾਥਾ ਤੁਸੀਂ ਦਾ ਆਮ ਆਦਮੀ ਪਾਰਟੀ ਕਰਨ ਆਪਣੇ ਉਤੇ ਟਵਿੱਟਰ account ਤੇ ਇੱਕ ਟੋਟਾ ਸੰਝਾ ਕਰਦੀ ਐ ਅਖਬਾਰ ਦਾ ਹੂੰ ਪਹਿਲਾਂ ਤਾਂ ਪੂਰੀ ਖ਼ਬਰ ਹੀ ਰਤਨ ਜੀ ਪੇੜ ਲੱਗ ਰਹੀ ਆ ਹੂੰ ਕਿਸੇ ਪੱਤਰਕਾਰ ਦਾ ਨਾਮ ਹੈ ਨਹੀਂ ਹੂੰ ਇਸ ਤਰੀਕੇ ਨਾਲ ਲਿਖੀ ਗਈ ਆ ਉਹ ਪੇੜ న్యూਸ ਹੀ ਹੈਗੀ ਆ ਹੂੰ ਉਹ ਲਿਖਦੇ ਨੇ ਉੱਪਰ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਯਤਨਾਂ ਸਦਕਾ ਪੰਜਾਬ ਦੇ ਹਰ ਕੋਨੇ ਵਿੱਚ ਪਹੁੰਚ ਰਿਹਾ ਏ ਨਹਿਰੀ ਪਾਣੀ ਹਮ ਅੱਗੇ ਲਿਖਿਆ ਹੋਇਆ ਕਿਸ ਸਬ ਮਾਈਨਰ ਦੀ ਟੇਲ ਤੱਕ ਕਿੰਨੇ ਸਾਲ ਬਾਅਦ ਪਹੁੰਚਿਆ ਨਹਿਰੀ ਪਾਣੀ ਇਸ ਦੀਆਂ ਕੁਝ ਉਦਾਹਰਣਾਂ ਹਮ ਜ਼ਿਲ੍ਹਾ ਮੁਕਸਰ ਹਮ ਬਲਾਕ ਗਦਰਵਾ ਪਿੰਡ ਥਰਾਜਵਾਲਾ ਤੇ ਲਾਲਬਈ ਹਮ ਉਸ ਤੋਂ ਬਾਅਦ ਮਾਈਨਰ ਦਾ ਨਾਮ ਕੀ ਲਿਖਣਾ ਹੈ ਲਾਲਬਈ ਤੇ ਕਿੰਨੇ ਸਾਲ ਬਾਅਦ ਪਾਣੀ ਪਹੁੰਚਿਆ ਕਹਿੰਦੇ 25 ਸਾਲ ਬਾਅਦ ਹਮ ਮੈਂ ਕਿਹਾ ਲੈ ਯਾਰ ਹਮ ਇਹ ਤਾਂ ਆਪਣਾ ਗਵਾਂਢੀ ਪਿੰਡ ਆ ਹਮ ਤਾਂ ਰੋਜ਼ ਅਸੀਂ ਤਾਂ ਇਸ ਕਸੀ ਕੋ ਨੰਗਦੇ ਆ ਮੈਂ ਕਿਹਾ ਹਮ ਵਾ 25 ਸਾਲ ਬਾਅਦ ਪਾਣੀ ਅਚ ਚੱਲਦੇ ਆਪਾਂ ਲਾਲ ਦੇ ਕਿਤਾ ਮੈਨੂੰ ਭਲੇਖਾ ਪੈਂਦਾ ਹੋਵੇ ਇਹ ਪਾਣੀ ਨਾ ਆਉਂਦਾ ਮੈਨੂੰ ਇਹ ਲੱਗਿਆ ਕਿ ਪਾਣੀ ਆ ਰਿਹਾ ਇੱਥੇ ਮੈਂ ਪਿੰਡ ਵਾਲ ਨੂੰ ਪੁੱਛਿਆ ਉਹਦੇ ਭਰਾਵਾ ਸਾਡੇ ਪਿੰਡ ਤਾਂ 1880 ਦਾ ਪਾਣੀ ਆ ਜਾਂਦਾ 1880 ਦਾ ਕਿ 1980 ਦਾ ਨਹੀਂ 1880 ਕਹਿ ਰਹੇ ਸੀ ਬੰਦਾ ਇੱਕ ਵਾਰੀ ਚੈੱਕ ਕਰਿਆ ਹਜੇ ਆਪਾਂ ਹੋਰ ਚ ਵੀ ਚੱਲ ਗਈ ਇੱਕ ਦੋ ਆ ਬੰਨਾਂ ਜੋ ਹਾਂ ਉਹ ਕਹਿੰਦੇ ਕਿ ਭਾਈ ਜਦੋਂ ਸਾਡਾ ਪਿੰਡ ਬੰਨਿਆ ਕਿਤੇ ਕਹਿ ਰਹੇ ਸੀ ਉਹਨ ਦਾ ਹੀ ਪਾਣੀ ਆ ਰਿਹਾ ਮੈਂ ਕਿਹਾ ਸਰਕਾਰ ਕਹਿੰਦੀ ਟੇਲਾਂ ਤੱਕ ਉੱਥੇ ਬੈਠੇ ਬੰਦਾ ਕਹ ਤਾਂ ਵੀ ਅਸੀਂ ਲੋਗ ਨੇ ਪਾਣੀ ਤੇਲ ਤੱਕ ਯਾਰ ਕਹਿੰਦਾ ਹੂੰ ਮਾਹਾਂ ਜਾਂ ਥੋੜੇ ਕੱਸੀ ਤਾਂ ਪਾਣੀ ਆਉਂਦਾ ਉਪਰ ਆਵੋ ਪਰ ਤੇਲ ਤੋਂ ਨਾ ਭਾਈ ਮੈਂ ਖੁਦ ਕਿਹਨਾਂ ਭਾਈ ਲਾਉਂਦਾ ਤੇਲ ਤੇ ਕਹਿੰਦਾ ਯਾਰ ਕੀ ਗੱਲ ਕਰਦਾ ਕਹਿੰਦਾ ਬਸ ਸਰਕਾਰ ਤਾਂ ਹੈ ਕਰੀ ਆ ਹਾਂ ਭਾਈ ਬਸ ਸਰਕਾਰ ਐ ਸਰਕਾਰ ਜਾਣੀ ਹੂੰ ਹੁਣ ਆ ਤਾਂ ਹਾਲਾਤ ਆ ਇੱਕ ਪਿੰਡ ਦੇ ਇੱਕ ਪਿੰਡ ਚੱਲ ਜੇ ਪਿੰਡ ਵਾਲਿਆਂ ਨੂੰ ਆਪਾਂ ਵਧਾਈ ਦੇਨੇ ਆਪਾਂ ਤਾਂ ਹਰੇਕ ਪਿੰਡ ਚ ਹੀ ਗਏ ਆ ਉਹ ਸਾਰੇ ਪਿੰਡ ਵਾਲਿਆਂ ਨੂੰ ਵਧਾਈ ਆ ਜਿੱਥੇ ਇਥੇ ਪਾਣੀ ਪਹੁੰਚਿਆਗਾ ਤੇ ਲੋਕਾਂ ਨਾਲ ਪਹੁੰਚਿਆ ਵੀ ਹੋਊਗਾ ਹਾਂ ਚਲ ਇੱਕ ਚ ਆਪਾਂ ਕਹਿਦਾ ਵੀ ਆਪਾਂ ਇੱਕ ਚੈੱਕ ਕਰਾ ਇੱਕ ਜੀ ਹੋਰ ਹੋਗਾ ਕੰਮ ਬਾਕੀ ਆ ਚਲੋ ਸਾਰਿਆਂ ਨੂੰ ਵਧਾਈਨਾ ਸਾਡੇ ਲਾਲਪਾਈ ਵਾਲਿਆਂ ਨੂੰ ਸਾਰਿਆਂ ਨੂੰ ਵਧਾਈ ਵੀ ਇਸ ਬਹਾਨੇ ਪਿੰਡਾਂ ਦੇ ਨਾਮ ਤਾਂ ਲਏ ਯਾਰ ਸਰਕਾਰ ਨੇ ਉਹਨਾਂ ਦੇ ਦੇ ਇਹ ਵੀ ਖੁਸ਼ੀ ਵਾਲੀ ਗੱਲ ਆ ਹਾਂ ਪਾਣੀ ਵੀ ਪਹੁੰਚਿਆ ਉਹ ਵੀ ਖੁਸ਼ੀ ਵਾਲੀ ਗੱਲ ਆ ਮੈਨੂੰ ਐਸੇ ਲੱਗਦਾ ਵੀ ਜਿਹੜੇ ਉਹ ਪਿੰਡਾਂ ਦੇ ਨਾਮ ਆ ਉਹ ਸਾਰੇ ਲੋਕ ਜਾ ਕੇ ਟਵਿੱਟਰ ਦੇ ਉੱਤੇ ਇਹਨਾਂ ਦੇ ਚੈੱਕ ਕਰਨ ਤੇ ਉਹਨਾਂ ਚੋਂ ਜਿਹੜੇ ਜਿਹੜੇ ਛੋਡੇ ਗਵਾਂਢੀ ਪਿੰਡ ਜਾਂ ਛੋਡੇ ਆਪਦੇ ਪਿੰਡ ਨਿਕਲਣਗੇ ਉਹ ਲੋਕ ਜ਼ਰੂਰ ਦੱਸਣ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਪਾਣੀ ਪਹੁੰਚਿਆ ਇਹ ਜ਼ਰੂਰ ਫੈਕਟ ਚੈੱਕ ਹੋਣਾ ਚਾਹੀਦਾ ਹੈਗਾ ਹਾਂ ਟੇਲ ਤੱਕ ਪੁੱਛ ਕੇ ਆਏ ਨਾ ਮੈਨੂੰ ਐਸੇ ਤਾਂ ਸਰਕਾਰਾਂ ਨੇ ਕਹਿੰਦੇ ਡੀਟੇਲ ਤੇ ਪਾਣੀ ਹੋਣਾ ਆ ਉਹ ਨਹੀਂ ਵੇਸ ਪਾਣੀ ਲਾਉਂਦੇ ਰੇ ਟੇਲ ਤੱਕ ਵੀ ਯਾਰ ਹਾਂ ਉਹ ਫਰ ਪਾਣੀ ਨਾਲ ਲੱਗਿਆ ਕਿਨੋਂ ਵੱਧ ਹੂੰ ਐ ਇਸ ਤਰੀਫ਼ ਕਰਦੇ ਆ ਮਾਨ ਸਾਹਿਬ ਦੀ ਹੂੰ ਮਾਨ ਦਾ ਮੁੰਡਾ ਕਹਿੰਦੇ ਇੰਨਾ ਵੀ ਨਹੀਂ ਮਾੜਾ ਯਾਰ ਹੂੰ ਕਹਿੰਦੇ ਪਾਣੀ ਥੋੜਾ ਵਧਿਆ ਹੈ ਕਿਨੋਂ ਪਾੜਾ 25 ਸਾਲ ਹੈ ਥੋੜਾ ਜਿਆਦਾ ਹੋ ਗਿਆ ਹੂੰ ਇਹ ਮਤਲਬ ਕਹਿੰਦੇ ਪਿੰਡਾਂ ਜੇ ਆਪਾਂ ਬਿਨਾਂ ਟਾਇਰ ਲਾ ਕੇ ਰੋਡ ਤਾਂ ਜਾਂ ਚਾਹ ਉਸ ਟਾਇਰ ਲਾਤੇ ਮਾਨ ਸਾਹਿਬ ਨੇ ਇੱਕ ਨਾ ਪਿੰਡ ਆ ਯਾਰ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਮੰਡ ਵੀ ਐਂ ਕਰਕੇ ਕੁਝ ਪਿੰਡ ਆ ਉਥੋਂ ਇੱਕ ਤਸਵੀਰਾਂ ਹਨ ਨਾ ਇੱਕ ਤਸਵੀਰ ਨਹੀਂ ਕਈ ਤਸਵੀਰਾਂ ਹਨਆਂ ਗੀਆਂ ਹੂੰ ਉਰੇਡੇ ਕਹਿੰਦੇ ਸੀ ਵੀ ਉਹ ਕੇਲੀ ਪਿੱਛੇ ਮੁੜਿਆ ਆਉਂਦੀ ਹੈ ਜਿਹਨਾਂ ਆਪਾਂ ਸਾਫ਼ ਕਰ ਰਹੇ ਹਾਂ ਹੁਣ ਆਹ ਦੇਖ ਲਾ ਦੇਖ ਹੁਣ ਤੁਸੀਂ ਐਂ ਨਾ ਇਹ 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 ਤਾਂ ਐਂ ਲੱਗਦੀ ਹੀ ਨਹੀਂ ਐਂ ਲੱਗਦਾ ਜਿਵੇਂ ਕੁਝ ਬੀਜਿਆ ਹੁੰਦਾਗਾ ਤੁਸੀਂ ਐਂ ਨਾ ਕਹ ਤੇ ਹੁਣ ਮਾਨਸਾ ਮੌਇਨਾ ਕਰਨ ਗਏ ਸੀ ਤੇ ਇਹ ਕੇਲੀ ਉਧਰੋਂ ਛੱਡ ਆਹ ਇੱਥੇ ਇਹ ਏਰੀਏ ਚ ਹੀ ਗਏ ਸੀ ਤੁਹਾਨੂੰ ਇਹ ਵੀ ਦੱਸ ਦੇਣਾ ਲੈ ਯਾਰ ਇਹ ਇਹ ਏਰੀਏ ਚ ਹੀ ਕਹਿੰਦੇ ਗਏ ਸੀ ਹਾਂ ਤੁਸੀਂ ਐਂ ਵੀ ਆਖੋਗੇ ਇਹ ਕੇਲੀ ਹਰਿਆਣੇ ਤੋਂ ਆ ਗਈ ਬੀਬੀ ਨੇ ਭੇਜੀ ਮੈਂ ਥੋੜੀ ਆਖੂਗਾ ਉਹ ਤਾਂ ਜਿਹਦੀ ਜ਼ਿੰਮੇਵਾਰੀ ਉਹ ਆਖੂਗਾ ਨਾ ਜਿਹਨੂੰ ਮਤਲਬ ਜਿਹਦਾ ਹੁਣ ਨਾਮ ਆ ਗਿਆ ਸੀਗਾ ਮੰਤਰੀ ਲਿਸਟ ਚ ਅੱਛਾ ਹਾਂ ਉਹਨੂੰ ਫੋਨ ਵੀ ਆ ਗਿਆ ਸੀ ਉਹ ਫੇਰ ਪਤਾ ਨਹੀਂ ਕੀ ਹੋ ਗਿਆ ਜਿਹਦਾ ਸੁਪਨਾ ਟੁੱਟ ਗਿਆ ਦੇਰ ਕੇ ਆ ਮਾਂ ਅਸੂਆਂ ਵਿੱਚ ਬਹਿ ਗਏ ਉਹ ਬੰਦੇ ਦੀ ਡਿਊਟੀ ਹਣੀ ਪਿਛਲੀ ਵਾਰ ਸਾਨੂੰ ਆਖਿਆ ਸੀਗਾ ਹਾਂ ਤੇ ਡੀਸੀ ਸਾਹਿਬ ਚਾਕਣ ਹੈ ਹਾਂ ਉਹ ਹੈਗਾ ਇੱਕ ਬੰਦਾ ਇਦਾਂ ਵੀ ਹੁੰਦਾ ਬਰਾਤ ਕੀ ਅਸੀਂ ਦਾ ਮੈਂ ਤਾਂ ਬਹੁਤ ਆਪਾਂ ਅਰਦਾਸ ਕਰ ਰਹੇ ਆਂ ਵੀ ਇਤਕੀ ਪਾਣੀ ਜੇ ਆ ਗਿਆ ਬਹੁਤ ਭੜੀ ਹੋਣ ਵਾਲੀ ਆ ਨਾ ਆਵੇ ਸ਼ੁਰੂਆਤ ਤਾਂ ਹੋ ਗਈ ਮੌਨਸੂਨ ਨਾਲ ਨਹੀਂ ਮੌਨਸੂਨ ਨਾਲ ਹੋ ਗਈ ਪਰ ਇਹਦਾ ਕੁਝ ਨਾ ਹੋਵੇ ਯਾਰ ਹੂੰ ਬਾਝੜ ਰਹੇ ਨਹੀਂ ਬਹੁਤ ਵੱਡਾ ਨੁਕਸਾਨ ਹੋਣਾ ਨੁਕਸਾਨ ਇਹ ਆ ਵੀ ਬੰਦੇ ਆਪਾਂ ਕਹਦੇ ਆ ਆਰਥਿਕ ਤੌਰ ਤੇ ਟੁੱਟ ਗਏ ਨੇ ਬਹੁਤ ਜ਼ਿਆਦਾ 10 15 ਸਾਲ ਠੀਕ ਆ ਲੋਕਾਂ ਨੇ ਮਦਦ ਕਰ ਦੇਣੀ ਆ ਠੀਕ ਆ ਪਰ ਬਹੁਤ ਬੰਦਾ ਪਿੱਛੇ ਝੜਾ ਜਾਂਦਾ ਪਰਜੈਤ ਕੀ ਹੋ ਗਿਆ ਹਣਾ ਖਾਸ ਕਰਕੇ ਸਰਦੂਲਗੜ੍ਹ ਤੇ ਇਧਰ ਫਿਰੋਜ਼ਪੁਰ ਵਾਲੇ ਏਰੀਆ ਚ ਆ ਜਿਹੜਾ ਸੁਲਤਾਨਪੁਰ ਲੋਧੀ ਜਾਂ ਹੋਰ ਹਣਾ ਸਾਰੇ ਨੁਕਸਾਨ ਹੋਇਆ ਜਿੱਥੇ-ਇਥੇ ਹੋਇਆ ਤਾਂ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਪ੍ਰਬੰਧ ਕਰੇ ਕਿ ਕਰ ਐਜ ਕੀ ਅਜਿਹੇ ਹਾਲਾਤ ਬੰਦੇ ਆ ਤਾਂ ਫਿਰ ਉਹ ਫਿਰ ਸਰਕਾਰ ਦਾ ਹੋਊਗਾ ਹੂੰ ਹੂੰ ਤੁਸੀਂ ਵੱਡੀ ਨਦੀ ਹੋ ਗਈ ਜਾਂ ਇਧਰ ਨਾਲੇ ਹੋ ਗਏ ਘੱਗਰ ਹੋ ਗਿਆ ਤੁਸੀਂ ਨਹੀਂ ਸਾਫ਼ ਕੀਤਾ ਹਜੇ ਤੱਕ ਵੀ ਤਾਂ ਹੁਣ ਕਿ ਮੌਨਸੂਨ ਤਾਂ ਪ੍ਰੀ ਮੌਨਸੂਨ ਤਾਂ ਆ ਗਿਆ ਬਸ ਅਜਲਾਈ ਚੱਲ ਪੈਣਾ ਕੰਮ ਸੌਣ ਆ ਗਿਆ ਬਿਲਕੁਲ ਇਹ ਤਾਂ ਸਭ ਤੋਂ ਪਹਿਲਾਂ ਸਾਰੇ ਸਾਫ਼ ਕਰਨੇ ਹੁੰਦੇ ਆਪਾਂ ਬੇਨਤੀ ਕਰਦੇ ਹਾਂ ਵੀ ਇਹ ਤਾਂ ਪੂਰਾ ਮਤਲਬ ਥੋੜਾ ਜਿਆਦਾ ਡੰਡਾ ਕਾਸ ਕੇ ਤੇ ਸਾਫ਼ ਕਰਾਇਆ ਜਾਵੇ ਹਾਂ ਨਹੀਂ ਮਾਨ ਸਰ ਜਾ ਕੇ ਦੇ ਦੋਦੇ ਇਹ ਜੋ ਗੰਗੇ ਸੇ ਪਾਪ ਲੈਣਾ ਹਾਂ ਉਹ ਪਤਾ ਨਹੀਂ ਉਹ ਬਾਦ ਚ ਇੱਕ ਚੈਨਲ ਨੇ ਪਾਤੀਆਂ ਸੀ ਨੈਸ਼ਨਲ ਨੇ ਉਹ ਕਹਿੰਦੇ ਪਾਪਲਾਈਨਾਂ ਜੀਆਂ ਫਿਰ ਟਰੱਕ ਜੀ ਲੋਡ ਕਰਕੇ ਲੈ ਗਏ ਉਹ ਪਤਾ ਨਹੀਂ ਕਿੱਧਰ ਲੈ ਗਏ ਕੋਈ ਰਿਪੇਅਰ ਪੂਰ ਕਰਾਉਣ ਗਏ ਹੋਣਗੇ ਯਾਰ ਤੇ ਤੁਸੀਂ ਐਵੇਂ ਨਾ ਅਕਾਲੀ ਦਲ ਨੂੰ ਚਰਿਆਂ ਨੂੰ ਕੋਸਿਆ ਕਰੋ ਹੂੰ ਤੇ ਇੱਕ ਭਾਈ ਗਗਲੇਵ ਪ੍ਰਧਾਨ ਮੰਤਰੀ ਬਾਜੇ ਕੀ ਦੀ ਹੂੰ ਉਹਨਾਂ ਦੇ ਬੇਟੇ ਨੇ ਉਹ ਇੱਕ ਕਲਿੱਪ ਜਾਰੀ ਕਰਤਾ ਹਾਂ ਉਹ ਕਹਿੰਦੇ ਵੀ ਗਿੱਦੜ ਵਾਹੇ ਤੋਂ ਅਸੀਂ ਚੌਂ ਲੜ ਰਹੇ ਹਾਂ ਹੂੰ ਮਤਲਬ ਇਹ ਅਨਾਊਂਸਮੈਂਟ ਉੱਥੋਂ ਆਖੀ ਗਈ ਆ ਕਿ ਪਰਿਵਾਰ ਨੇ ਕੀਤੀ ਆ ਇਕੱਲੇ ਇਹਦੀ ਕੋਈ ਪੁਸ਼ਟੀ ਨਹੀਂ ਪਰ ਸਾਡੀ ਨਾਲ ਗੱਲ ਹੋਈ ਸੀ ਮੇਰੀ ਉਹਨੇ ਪਿਤਾ ਜੀ ਨਾਲ ਹੂੰ ਉਹ ਕਹਿੰਦੇ ਕਿ ਅਸੀਂ ਹਜੇ ਦੇਖ ਰਹੇ ਆ ਹੂੰ ਮਤਲਬ ਉਹਨੇ ਅਨਾਊਂਸਮੈਂਟ ਤਾਂ ਕੀਤੀ ਆ ਪਰ ਉਹ ਥੋੜਾ ਜਿਹਾ ਚੈੱਕ ਕਰਨ ਦੀ ਅਨਾਊਂਸਮੈਂਟ ਹੀ ਆ ਕਿ ਹਾ ਭਾਅ ਕੀ ਆਉਂਦੇ ਆ ਹੂੰ ਕਿ ਐਲਾਨ ਤਾਂ ਕਰਤਾ ਹੁਣ ਕੀ ਜਿਹੜੇ ਆਪਣਾ ਧੜਾ ਆ ਜਾਂ ਬਾਕੀ ਧੜੇ ਉਹ ਕੀ ਜਵਾਬ ਦਿੰਦੇ ਆ ਤੇ ਕਾਲ ਅਮਰਪਾਲ ਸਿੰਘ ਦੇ ਪਿਤਾ ਵੀ ਬੋਲ ਰਹੇ ਸੀ ਮੁਕਸਰ ਜ਼ਿਲ੍ਹੇ ਚ ਹੋਰ ਵੀ ਕਾਫੀ ਟਕਸਾਲੀ ਪਰਿਵਾਰ ਨੇ ਹਾਂ ਖਾਸ ਕਰਕੇ ਸਿੰਘਾ ਦੇ ਪਰਿਵਾਰ ਸ਼ੀਦਾਂ ਦੇ ਪਰਿਵਾਰ ਜ਼ਿਆਦਾ ਨੇ ਮੈਂ ਤਾਂ ਬਾਕੀ ਲਿਖੋ ਹਾਂ ਕਿ ਕਰਾਂਗੇ ਇਹਦੇ ਤੇ ਵੀ ਗੱਲਾਂ ਡਿਸਕਸ਼ਨ ਆਪਾਂ ਖੁੱਲ ਕੇ ਹੂੰ ਤਾਂ ਉਹ ਵੀ ਕਹਿ ਰਹੇ ਸੀ ਜੀ ਹਾਂ ਕੋਈ ਗੱਲ ਨਹੀਂ ਅਨਾਊਂਸਮੈਂਟ ਹੋਈ ਸੀ ਵਿਚਾਰ ਕਰਾਂਗੇ ਹਜੇ ਹੂੰ ਤੇ ਇਹ ਵੀ ਹੁਣ ਰੌਲੇ ਪੈ ਸਕਦੇ ਆ ਕਿ ਜੇ ਉਹਨੇ ਅਨਾਊਂਸਮੈਂਟ ਕਿਵੇਂ ਹੋਈ ਸਹਿਮਤੀ ਹੋਈਆਂ ਕਿ ਵੈਸੇ ਚੈੱਕ ਕਰ ਰਹੇ ਲੋਕਾਂ ਨੂੰ ਇੱਕ ਵਾਰ ਇੱਕ ਚੈੱਕ ਹੀ ਕਰਨਾ ਹੁੰਦਾ ਨਾ ਕਿਸ ਦਾ ਨਾਮ ਲੈ ਕੇ ਤੇ ਲੋਕ ਕੀ ਬੋਲਦੇ ਆ ਸਮਰਥਨ ਮਿਲਦਾ ਆ ਸਮਰਥਨ ਨਹੀਂ ਮਿਲਦਾ ਉਹ ਵੀ ਚੈੱਕ ਕੀਤਾ ਜਾ ਰਿਆ ਨਾ ਹੂੰ ਉਪਰ ਕਾਂਗਰਸion ਨਿਰ ਆ ਗਿਆ ਉਹਨੇ ਲੜਾਈ ਥੋੜੀ ਢੰਡੇ ਵਾਸਤੇ ਪੈ ਗਈ ਹੂੰ ਜਿਹੜੇ ਬਲਾ ਇੰਟਰਵਿਊ ਦੇ ਇੰਟਰਵਿਊ ਦੇ ਰਹੇ ਸੀ ਉਹ ਆਏ ਆ ਨਾ ਉਹ ਜਿਆਦਾ ਬੰਦੇ ਤਾਂ ਹੁਣ ਐਮਪੀ ਬਣ ਕੇ ਉੱਥੇ ਪਹੁੰਚੇ ਹੋਏ ਨੇ ਦਿੱਲੀ ਉੱਥੋਂ ਵਹਿਲੇ ਬੁੱਲੇ ਹੋ ਕੇ ਆਉਣਗੇ ਤੇ ਫੇਰ ਕੋਈ ਗੱਲ ਬਣੂ ਹੂੰ ਫੇਰ ਗੱਡੀ ਅੱਗੇ ਨੂੰ ਤੋਰਨਗੇ ਅਕਾਲੀ ਦਲ ਨੇ ਕਾਂਗਰਸ ਦਾ ਬਹੁਤ ਨੁਕਸਾਨ ਕਰਤਾ ਸਾਰਾ মিডিਆ ਉਹਨਾਂ ਨੂੰ ਕੈਪਚਰ ਕਰੀ ਜਾਂਦਾ ਕਾਲੀਦਾਲ ਨੂੰ ਉਹ ਜਿਹੜੇ ਕੈਮਰੇ ਘੁੰਮਣੇ ਸੀ ਪਿਛਲੇ ਦੋ ਦਿਨਾਂ ਚ ਕਾਲੀਦਾਲ ਛਾਇਆ ਹੋਇਆ ਸਰਖੀਆਂ 'ਚ ਹਾਂ ਇਹ ਲੱਗ ਰਿਹਾ ਸੀ ਨਾ ਕਿ ਇਲੈਕਸ਼ਨ ਤੋਂ ਬਾਅਦ ਥੋੜਾ ਜਿਹਾ ਰੈਸਟ ਆ ਜੂਗੀ ਹੁਣ ਐਨੇ ਕੈਮਰੇ ਤਾਂ ਸ਼ਾਇਦ ਉਦੋਂ ਨਹੀਂ ਘੁੰਮੇ ਹੋਣੇ ਜਦੋਂ ਸੱਤਾ 'ਚ ਹੋਣਗੇ ਹਾਂ ਜਿੰਨੇ ਕੱਲ ਦੇ ਇੰਟਰਵਿਊ ਹੋ ਰੇ ਆ ਬਾਈਟਾਂ ਹੋ ਰਹੀਆਂ ਪੂਰੇ ਕੱਲ 12-13 ਤਾਂ ਸਾਡੇ ਬੈਠੇ ਬੈਠੀ ਹੋਗੇ ਪਰਮੇਂਦਰ ਟਿੰਡਸਾ ਦੇ ਸਾਡਾ ਤੀਜੇ ਨੰਬਰ ਤੇ ਸੀਗਾ ਤੀਜੇ ਤੋਂ ਬਾਅਦ 1 2 3 4 5 ਪੰਜ ਬੰਦੇ ਤਾਂ ਮੇਰੇ ਉਦੋਂ ਖੜੇ ਸੀ ਬੇਟੀ ਵਿੱਚ ਤੇ ਤਿੰਨ ਤਿੰਨ ਬਾਅਦ ਚ ਆਏ ਆ ਤੂੰ ਕਹਿਣ ਲਾਦੂ ਕੰਨੇ ਹੋਗੇ ਬਸ ਪੰਜ ਤੇ ਤਿੰਨ 8 ਤੇ ਤਿੰਨ ਪਹਿਲਾਂ ਹੋਗੇ 11 12 ਇੰਟਰਵਿਊ ਹੋਗੇ ਨਹੀਂ ਪਰ ਹਜੇ ਕਈ ਲਿਖ ਰਹੇ ਉੱਤੇ ਸੁਪਰ ਐਕਸਕਲੂਸਿਵ ਇੰਟਰਵਿਊ ਇਹ ਉਹ ਤਾਂ ਚੱਲ ਕੋਈ ਨਹੀਂ ਉਹ ਤਾਂ ਲਿਖੀ ਜਾਣਦੇ ਆਪਾਂ ਕੀ ਲੈਣਾ ਮਤਲਬ ਕਿ ਕਿੰਨਾਂ ਦੱਸ ਗਿਆ 11 ਇੰਟਰਵਿਊ ਹੋਗੇ ਇਹ ਵੀ ਨਵੀਂ ਗੱਲ ਹੁੰਦੀ ਹੈ ਨਾ ਚੱਲ ਲਿਖੀ ਜਾਣਦੇ ਇਹ ਵੀ ਨਵੀਂ ਚ ਕੰਮ ਵਧੀਆ ਇਹ ਵੀ ਨਵਾਂ ਹੀ ਆ ਨਾ ਚੱਲਣ ਦੋ ਜਿਹੜਾ ਇਹ ਡਾਇਲੌਗ ਜਦ ਤੱਕ ਹੋਊਰੇ ਚੱਲ ਵਧੀਆ ਹਾਂ ਅੰਦਰਲੀ ਗੱਲਾਂ ਬਾਹਰ ਆ ਜਾਣਗੀਆਂ ਹੂੰ ਜਿਹੜੀਆਂ ਪਹਿਲਾਂ ਗੱਲਾਂ ਕਿਤੇ ਫੋਨਾਂ ਤੇ ਹੁੰਦੇ ਸੀ ਆਪਸ ਵਿੱਚ ਇਹ ਵੀ ਹੁਣ ਕਈ ਬੰਦੇ ਹੁਣ ਜਿਹੜੇ ਟਵਿੱਟਰ ਟੋਟਰ ਤੇ ਜ਼ਿਆਦਾ ਐਕਟਿਵ ਨੇ ਉਹਨਾਂ 'ਚ ਹੁਣ ਕਈ ਸਰਕਾਰ ਦੇ ਖਿਲਾਫ ਵਾਲੀ ਗੱਲ ਤਾਂ ਕਰ ਨਹੀਂ ਸਕਦੇ ਟਵੀਟ ਟੂਟ ਉਹ ਵਧੀਆ ਜਿ ਉਹਨਾਂ ਨੂੰ ਇਹ ਵੀ ਮਸਾਲਾ ਮਿਲ ਰਿਹਾ ਹੈਗਾ ਹਾਂ ਸਾਰਾ ਕੁਝ ਹੀ ਆ ਫਿਰ ਉਹਦੋਂ ਉਹਨਾਂ ਨੂੰ ਇਹ ਹੋ ਜਾਂਦਾ ਵੀ ਜਰਨਲਿਜ਼ਮ ਦਾ ਇਥਿਕਸ ਇਹ ਕਹਿੰਦਾ ਹੈਗਾ ਵੀ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹੈਗਾ ਕੱਲੀ ਸਰਕਾਰ ਨੂੰ ਛੱਡ ਕੇ ਬਸ ਸਰਕਾਰ ਦੀ ਵਿਰੋਧੀ ਖਬਰ ਨੂੰ ਛੱਡ ਕੇ ਮਤਲਬ ਜਿਹੜੀ ਉਹਨਾਂ ਦੇ ਪੱਖ ਚਾ ਉਹ ਬਰੂਰੀ ਬਰਾਬਰ ਆ ਉਹਦੇ ਜਰਨਲਿਸਟ ਉਹ ਫਿਰ ਪੂਰਾ ਕਰ ਦਿੰਦੇ ਆ ਉਹ ਹਾਂ ਇਹ ਤਾਂ ਹੈ ਹਾਂ ਤੇ ਅਬ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਪਿਛਲੇ ਪੌਡਕਾਸਟ 'ਚ ਗੱਲ ਕਰਨੀ ਪਹਲ ਗਈ ਤ੍ਰਿਬੂਨ ਅਦਾਰੇ ਵੱਲੋਂ ਇੱਕ ਖਬਰ ਡਿਲੀਟ ਕਰ ਦਿੱਤੀ ਗਈ ਉਹਨਾਂ ਦੀ ਵੈਬਸਾਈਟ ਤੋਂ ਆ ਵੀ ਰਿਹਾ ਹੈਗਾ ਵੀ ਡਿਲੀਟਡ ਬਾਈ ਹਾਂ ਕੋਈ ਸਕਰੀਨਸ਼ਾਟ ਮੌਜੂਦ ਆ ਪਰ ਸਮਝ ਨਹੀਂ ਆ ਰਹੀ ਕਿ ਐਡੇ ਅਦਾਰੇ ਨੇ ਉਹ ਖਬਰ ਡਿਲੀਟ ਕਿਉਂ ਕਰਤੀ ਹੂੰ ਕਿ ਤੁਹਾਡਾ ਖਬਰ ਤਾਂ ਛੱਪ ਗਿਆ ਭਾਈ ਹਾਂ ਵੀ ਆਪਣੇ ਅਰਕੇ ਅਣਜਾਣ ਬੰਦੇ ਤੋਂ ਤਾਂ ਗਲਤੀ ਹੋ ਸਕਦੀ ਆ ਨਹੀਂ ਚਲੋ ਗਲਤੀ ਦਾ ਗਲਤੀ ਦਾ ਕਹੇ ਤਾਂ ਵੀ ਹੋ ਸਕਦਾ ਨਹੀਂ ਨਹੀਂ ਕੀ ਪਤਾ ਖਬਰ ਗਲਤ ਲੱਗੀ ਹੋਵੇ ਪਰ ਆਏ ਘਣਾਗਾ ਮੈਂ ਆਏ ਘਣਾਗਾ ਮੈਂ ਗਾਂ ਵਾਲੀ ਗੱਲ ਪਹਿਲਾਂ ਕਰ ਗਿਆਣਾ ਠੀਕ ਹੈ ਜੀ ਹਾਂ ਤੁਹਾਡੇ ਅਖਬਾਰ ਤੇ ਖਬਰ ਆ ਗਈ ਸੀ ਪਰ ਕਾਲ ਮਲਾ ਕੇ ਕੱਲ ਮਾਨ ਸਾਹਿਬ ਨੇ ਦੱਸਤਾ ਵੀਡੀਓ ਆ ਉਹ ਨਵੇਂ ਘਰ ਦੀ ਫੋਟੋਆਂ ਆ ਗਈਆਂ ਵੀ ਆਪਾਂ ਹੀ ਲੀਡ ਕਰਾਂਗੇ ਬਈ ਇੱਥੋਂ ਵਾਲੀ ਚੋਣ। ਉਹ ਕੱਲ ਛੱਡੋ ਜੀ ਉਹ ਲੱਗਿਆ ਪਿਆ ਤਿੰਨ ਦਿਨ ਦਾ ਜੋਰ ਪੂਰਾ। ਹਾਂ। ਮਾਨ ਸਾਹਿਬ ਤਾਂ ਤਾਂ ਨਹੀਂ ਫਿਰ ਆਖਰਕਾਰ ਉਹਨਾਂ ਨੂੰ ਉੱਥੇ ਉਹ ਆਪ ਹੋ ਕਰਨਾ ਪੈਣਾ ਉਹਨਾਂ ਨੂੰ। ਜਿਹੜੇ ਜਦੋਂ ਕਰ ਰਿਹਾ ਵਧੀਆ ਜਿਹਾ। ਉਹਨਾਂ ਦਿਖਾਉਣਾ ਪਿਆ ਕਿ ਨਹੀਂ ਪਾਕ ਪਾਤ ਸਾਹਿਬ ਨਹੀਂ। ਹੂੰ। ਮਾਨ ਸਾਹਿਬ। ਹੂੰ। ਕਰਨਗੇਗਾ ਬਾਈ। ਹੂੰ। ਤਾਂ ਲਗਾਤਾਰੇ ਛੋਟੀ ਤੱਕ ਜਾ ਰਹੇ। ਦੋ ਪੇਰੇ ਮੱਝਾ ਵਾਲਾ ਨੂੰ ਵਧਾਈ ਆ ਵੀ ਮੁੱਖ ਮੰਤਰੀ ਜਿਹੜਾ ਨਿਵਾਸ ਆ ਉਹ ਬਹੁਤ ਉਹਨਾਂ ਦੇ ਨੇੜੇ ਆ ਚੁੱਕਿਆ ਹੈਗਾ ਉੱਥੇ ਮੁੱਖ ਮੰਤਰੀ ਦੁੱਖ ਸਕਲਿਫਾਂ ਸੁਣਾ ਕਰਨਗੇ ਛੋਡੀਆਂ ਤੇ ਵਧੀਆ। ਹਾਂ ਮਤਲਬ ਹੁਣ ਉਹ ਥੋੜਾ ਜਿਹਾ ਘਟ ਜਾਊਗਾ ਜਿਵੇਂ ਉਹ ਵੈਟਰਨਰੀ ਵਾਲੇ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਸਵਾਗਤ ਕਰਤਾ ਉਹਨਾਂ ਨੇ ਨਹੀਂ ਨਹੀਂ ਸਵਾਗਤ ਤਾਂ ਕਰ ਹੀ ਦਿੱਤਾ ਉਹਨਾਂ ਨੇ ਵੈਸੇ ਉਹਨਾਂ ਨੇ ਉਹ ਵੀ ਆ ਨਾ ਉਹ ਕਹਿੰਦੇ ਵੀ ਚਲੋ ਕਹਿੰਦੇ ਸਾਡੇ ਕੁਝ ਮੁਲਾਜ਼ਮ ਕਹਿੰਦਾ ਉਧਰ ਉਹਨਾਂ ਨੂੰ ਦੂਰ ਪੈਂਦਾ ਸੀ ਕਹਿੰਦੇ ਇੱਧਰ ਸੰਗਰੂਰ ਅੱਛਾ ਹਾਂ ਉਹ ਇਸ ਗੱਲ ਤੇ ਖੁਸ਼ ਨੇ ਬੰਦੇ ਕਈ ਧਰਨਾ ਲਾਉਣ ਵਾਲੇ ਬੰਦੇ ਇਸ ਗੱਲ ਤੇ ਬਹੁਤ ਖੁਸ਼ ਨੇ ਉਹ ਕਹਿੰਦੇ ਵੀ ਸੰਗਰੂਰ ਚੰਡੀਗੜ੍ਹ ਸਾਨੂੰ ਦੂਰ ਪੈਂਦਾ ਸੀ ਉਧਰ ਵੀ ਵਧੀਆ ਨੇੜੇ ਵਾਗ ਗਏ ਉਹ ਜਿਹੜੇ ਦੁਆਬੇ ਏਰੀਆ ਵਾਲੇ ਸੀ ਹਾਂ 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 ਨਾਲੇ ਉਧਰੋਂ ਜਿਹੜਾ ਆਪਾਂ ਕਹ ਰਹੀਏ ਹਾਂ ਕਰ ਜਾਣਗੇ ਨਲੇ ਉੱਥੋਂ ਉਹ ਇੱਕ ਹੋਰ ਵੀ ਆਈਡੀ ਆਪਾਂ ਦੱਸ ਸਕਦੇ ਹਾਂ ਉੱਥੋਂ ਉਹ ਇੱਕ ਹੋਰ ਮੁਹਿੰਮ ਦਾ ਆਗਾਜ਼ ਵੀ ਕਰ ਸਕਦੀ ਹੈ ਸਰਕਾਰ ਫਿਊਚਰ ਦੇ ਵਿੱਚ ਆਪਾਂ ਆਪਾਂ ਆਪਦੇ ਵੱਲੋਂ ਆਈਡੀਆ ਦੱਸ ਸਕਦੇ ਹਾਂ ਜੇ ਆਈਡੀਆ ਵਧੀਆ ਲੱਗੇ ਤਾਂ ਉਹ ਲੈ ਸਕਦੇ ਨੇ ਜਿਹੜਾ ਸੀਗਾ ਵੀ ਅੰਗਰੇਜ਼ ਆਇਆ ਕਰਨਗੇ ਨਾ ਅਹੀ ਬੰਦੇ ਉੱਧਰਲੇ ਇੱਧਰਲੇ ਆ ਜਾਣਗੇ ਜਾਂ ਰਿਵਰਸ ਮਾਈਗ੍ਰੇਸ਼ਨ ਨਾਲ ਉੱਥੋਂ ਬਹਿ ਕੇ ਵਧੀਆ ਉਹ ਚਲਾ ਸਕਦੇ ਨੇ ਇੱਕ ਨਵਾਂ ਕੋਈ ਯੋਜਨਾ ਸ਼ੁਰੂ ਕਰ ਸਕਦੇ ਨੇ ਹਾਂ ਨਹੀਂ ਚਲੋ ਇਹਨਾਂ ਕਦਮ ਠੀਕ ਆ ਇਹ ਬਾਕੀ ਮੁੱਖ ਮੰਤਰੀ ਸਾਹਿਬ ਕੋਈ 2 ਦਿਨ ਉੱਥੇ ਲਾਇਆ ਕਰਨਗੇ ਹਾਂ ਪਰੇ 75 ਸਾਲ ਚ ਪਹਿਲੀ ਵਾਰ ਹੀ ਹੋਇਆ 70 ਸਾਲ ਚ ਹਾਂ ਲੈ ਇਹ ਕੇ ਵੀ ਹੈ ਨਾ 70 ਸਾਲ ਚ 70 ਸਾਲ ਦਾ ਪਾਇਆ ਵਾ ਮਤਲਬ ਇਹਨਾਂ ਦਾ ਹੀ ਆਪਾਂ ਗੰਦ ਸਾਫ ਕਰ ਰਹੇ ਹਾਂ ਇਹ ਵੀ 70 ਸਾਲ ਚ ਪਹਿਲੀ ਵਾਰ ਹੀ ਹੋਇਆ ਹਾਂ ਵੱਡਾ ਬਧਰਾਵ ਹੈ ਆਪਣੇ ਆਪ ਦੇ ਵਿੱਚ ਦੇਖੋ ਦੇਖੋ ਇਹਨੂੰ ਨੈਗੇਟਿਵ ਨਾ ਲਿਓ ਨਹੀਂ ਪੋਜ਼ਿਟਿਵ ਮੈਂ ਵਾ ਪੋਜ਼ਿਟਿਵ ਲਿਓ ਇਹਨੂੰ ਹਾਂ ਜੀ ਸ਼ੁਕਰ ਹੈ ਦੋ ਦਿਨ ਸੀਐਮ ਸਾਹਿਬ ਉੱਥੇ ਰਹੇ ਗਏ ਜਿਹੜੇ ਨਾਲ ਫਿਰੋਜ਼ਪੁਰ ਆਲਿਆ ਨੂੰ ਜਾਂ ਇੱਧਰ ਆ ਜਿਹੜੇ ਖਨੋਰੀ ਬਾਰਡਰ ਦੇ ਨੇੜੇ ਤੇੜਿਆ ਹੋਰ ਉਹਨਾਂ ਨੂੰ ਵੀ ਉਮੀਦ ਜਾਗ ਪਈ ਆ ਹੋਰ ਹਬੂਰ ਵਾਲਿਆਂ ਨੂੰ ਵੀ ਕਿਸੇ ਦਿਨ ਕੋਈ ਮੁੱਖ ਮੰਤਰੀ ਸਾਡੇ ਏਰੀਆ ਪਈ ਕੋਈ ਕੰਮ ਹੋਣਗੇ ਹੂੰ ਇਹ ਹੁੰਦਾ ਸਰਕਾਰ ਨੂੰ ਬਹਾਨਾ ਕੋਈ ਵੀ ਹੋਵੇ ਇਲੈਕਸ਼ਨ ਦਾ ਬਹਾਨਾ ਹੋਵੇ ਜਾਂ ਕੋਈ ਦੂਸਰਾ ਸੰਦੀਪ ਚਾਖੜ ਨੂੰ ਵੀ ਮੈਂ ਲੰਦਾ ਆਪਾਂ ਫੋਨ ਕਰਕੇ ਪੁੱਛੀਏ ਵੀ ਛੋੜੇ ਤੇ ਤਾਂ ਨਹੀਂ ਦਬਾ ਪੈ ਰਿਹਾ ਅਸਤੀਫਾ ਅਸਤੂਫਾ ਦੇ ਦਿੰਦਾ ਅੱਛਾ ਉਹ ਆਪਾਂ ਉਹਨਾਂ ਕੱਲ੍ਹ ਨਾ ਪਖਰ ਨਹੀਂ ਵੀ ਕਿਥੇ ਲੋਕ ਕਹਿ ਰਹੇ ਹੁਣ ਹਾਂ ਵੀ ਮੁੱਖ ਮੰਤਰੀ ਨੂੰ ਯਾਰ ਆਪਾਂ ਹੁਬੋਰ ਵੀ ਕੋਠੀ ਦਵਾ ਦਿੰਨੇ ਆ ਵੀ ਤੁਸੀਂ ਮੜਾ ਜਾਂ ਦੋ ਅਸਤੀਫਾ ਮੜਾ ਜਾਂ ਕਰੋ ਹਿੰਮਤ ਕੋਈ ਕਰੋ ਪਾਰਟੀ ਦਾ ਉਲਟ ਫੇਰ ਫਟਾਇਆ ਕਿ ਨਹੀਂ ਹੋ ਸਕਦਾ ਜੀ ਉਹ ਉਹ ਠੀਕ ਨੇ ਹਣਾ ਉਹ ਨਹੀਂ ਨਹੀਂ ਵਿਚਾਰੇ ਫਸ ਗਏ ਖਾਮ ਖਾਂ ਹੂੰ ਪਾਈ ਦਾ ਠੀਕ ਨੇ ਹਾਂ ਹੁਣ ਕੱਲ ਦੇ ਉਹਨਾਂ ਇੰਟਰਵਿਊ ਆ ਰਹੇ ਨੇ ਕਿਉਂਕਿ ਦੋਸ਼ ਲੱਗ ਰਹੇ ਨੇ ਕਿ ਇਹ ਸਾਰਾ ਆਪਰੇਸ਼ਨ ਨਾਗਪੁਰ ਤੋਂ ਚੱਲ ਰਿਹਾ ਜਾਂ ਭਾਜਪੀ ਜਾਂ ਆਪਰੇਸ਼ਨ ਲੋਟਸ ਹੂੰ ਸਰਨਾ ਸਾਹਿਬ ਆਏ ਸੀ ਤਾਂ ਦਿੱਲੀੋਂ ਕਿ ਵੇਖੋ ਜੀ ਤਾਂ ਆਪਰੇਸ਼ਨ ਲੋਡਸ ਆ ਆਪਾਂ ਲਿਖ ਕੇ ਦੇ ਰਹੇ ਆ ਕਿ ਸੰਦੀਪ ਜੀ ਦੇ ਅਕੜ ਦਾ ਕਾਂਗਰਸ ਚ ਨੇ ਉਹਨਾਂ ਦਾ ਤਾਂ ਕੀ ਆ ਕਿ ਸੁਨੀਲ ਦਾ ਅਖੜ ਜੀ ਸੁਨੀਲ ਜੀ ਨਹੀਂ ਮੈਂ ਗੱਲ ਕਰ ਮੈਂ ਤਾਂ ਸੰਦੀਪ ਜੀ ਦੀ ਗੱਲ ਕਰ ਰਿਹਾ ਜਿਹੜੇ ਐਮ ਐਲ ਏ ਨੇ ਮੈਂ ਆਪਾਂ ਤਾਂ ਉਹਨਾਂ ਨੂੰ ਕਹਿ ਰਹੇ ਆਂ ਵੀ ਜੇ ਤੁਸੀਂ ਥੋੜਾ ਜਿਹਾ ਕੁਝ ਕੋਸ਼ਿਸ਼ ਕਰ ਲੋ ਮਾੜੀ ਮੁੱਟੀ ਕੋਈ ਕੋਈ ਕਿਤੇ ਜਾਣ ਦੀ ਜਾਂ ਕੁਝ ਮਾੜਾ ਆ ਸਾਡੇ ਵੱਲੋਂ ਤਾਂ ਕਰ ਰਾਇਆ ਚਲੋ ਮਜ਼ਾਕ ਹੀ ਆ ਹਾਂ ਹੱਸੇ ਹੀ ਆ ਹੈ ਵੀ ਫਿਰ ਉਹ ਹਵੋਰ ਵਾਲਿਆਂ ਨੂੰ ਵੀ ਹੋਰ ਵੀ ਮੁੱਖ ਮੰਤਰੀ ਕਾਸ ਸਾਡੇ ਵੀ ਇੱਥੇ ਕੋਠੀ ਲਾ ਲੈਣ ਹੂੰ ਰਣਨ ਦਿਨ ਬੰਡੇ ਜਾਣਗੇ ਦੋ ਦਿਨ ਉੱਥੇ ਨੇ ਜਰਨੰਦਰ ਹਾਂ ਦੋ ਦਿਨ ਇੱਧਰ ਆਜਿਆ ਕਰਨਗੇ ਦੋ ਦਿਨ ਚੰਡੀਗੜ੍ਹ ਹੋਗੇ 6 ਹੋਗੇ ਤੇ ਇੱਕ ਇੱਕ ਰੈਸਟ ਡੇ ਆ ਬਸ ਬਹੁਤ ਬਹੁਤ ਵਧੀਆ ਸਾਰੇ ਐ ਖੂंजे ਭਰੇ ਜਾਣਗੇ ਉਹ ਟ੍ਰੈਂਗਲ ਬਣ ਜਾਊਗਾ ਹਾਂ ਤੇ ਕਿਤੇ ਉੱਤੋਂ ਆਣਾ ਹੈ ਨਾ ਪਾਕਿਸਤਾਨ ਵਾਲੇ ਪਾਸੇ ਉਧਰੋਂ ਗੋਦੀ ਮੀਡੀਆ ਕਿ ਪਾਕਿਸਤਾਨ ਕੇ ਬਾਰਡਰ ਕੇ ਨਜ਼ਦੀਕ ਰਹੇਂਗੇ ਮੁੱਖ ਮੰਤਰੀ ਮਾਨ ਮੇਂ ਨਹੀਂ ਆਏ ਨੇ ਇਹ ਪਤਾ ਨਹੀਂ ਨਾ ਹਾਂ ਅਸਕਲ ਪੀਐਨ ਨਿਊਜ਼ ਦਾ ਜ਼ਮਾਨਾ ਭਾਈ ਹਾਂ ਕੋਈ ਮਰਜੇ ਕਿਤੇ ਮਰਜੇ ਖਬਰ ਲਵਾ ਸਕਦਾ ਮੈਨੂੰ ਤਾਂ ਮਾਨਾ ਹੋ ਜਾਊ ਕਰੂਗਾ ਵੀ ਕਿੰਨੇ ਦਰੋਣ ਆ ਰਹੇ ਨੇ ਜਾਂ ਕੀ ਆ ਹਾਂ ਜਿਹੜਾ ਦੋਸ਼ ਲੱਗਦਾ ਕਿ ਨਸ਼ਾ ਬਾਰਡਰੋਂ ਪਾਰ ਹੀ ਆ ਰਿਹਾ ਪਰ ਰੈਡਰ ਰੂਡਾਂ ਜਾਂਦਾ ਬਵਾ ਬਜ ਰਹਿਣਾ ਵੀ ਨਹੀਂ ਹਾਂ ਕੱਲ ਉਹ ਵੀ ਪੰਜਾਬ ਦੇ ਡੀਜੀਪੀ ਤੇ ਹੋਰ ਹਾਲਾਂ ਅਧਿਕਾਰ ਗਾਣੇ ਉਹ ਜਿਹੜਾ ਆਪਾਂ ਕਹਦੇ ਵੀ ਡੈਮੇਜ ਕਰਦੇ ਨਸ਼ਾ ਜਾਂ ਕੁਝ ਵੀ ਲਾ ਲੋ ਹਾਂ ਉਹ ਤਸਵੀਰਾਂ ਆਈਆਂ ਹਾਂ ਉਹ ਵੀ ਵੀਡੀਓ ਵੀ ਆਈ ਹੈ ਤਸਵੀਰਾਂ ਆਈਆਂ ਹਾਂ ਜੇਕਰ ਪੰਜਾਬ ਪੁਲਿਸ ਹੁਣ ਇਹ ਮੁਹਿੰਮ ਚਲਾ ਰਹੀ ਆ ਨੇ ਚਲੋ ਚੰਗੀ ਗੱਲ ਆ ਹਾਂ ਤੇ ਸਖਤੀ ਵਾਕਿ ਕਰੇ ਹੂੰ ਮਤਲਬ ਜਿਨੇ ਕ ਆਪਾਂ ਮਿਲ ਰਹੇ ਆ ਜਾਂ ਵੇਖ ਰਹੇ ਆ ਲੋਕ ਇਹ ਕਰਤਾ ਰਹੇ ਨੇ ਹੂੰ ਕਿ ਬੋਲ ਰਹੇ ਨੇ ਚਲ ਠੀਕ ਆ ਯਾਰ ਕਿਉਂਕਿ ਜਦੋਂ ਆਮ ਆਦਮੀ ਪਾਰਟੀ 13 ਤੋਂ ਰਤਨ ਜੀ ਤਿੰਨਾਂ ਦੇ ਉੱਪਰ ਸਿੰਮਟ ਗਈ ਨਾ ਫਿਰ ਮਾਂਸਾ ਵਿੱਚ ਮੀਟਿੰਗਾਂ ਕੀਤੀਆਂ ਲੋਕਾਂ ਬਿਲਕੁਲ ਪਾਰਟੀ ਦਾ ਯਾਰ ਇੱਕ ਦੇ ਪੈਸੇ ਦੇਖਣਾ ਕੱਲ ਵੀ ਅਸੀਂ ਕਿਸੇ ਸੀਨੀਅਰ ਜਰਨਲਿਸਟ ਕੋਲੇ ਬੈਠੇ ਸੀ ਹੂੰ ਉਹਨਾਂ ਨਾਲ ਵੀ ਇਹ ਗੱਲ ਚੱਲ ਰਹੀ ਸੀ ਵੀ ਆਮ ਆਦਮੀ ਪਾਰਟੀ ਦਾ ਵੀ ਪੋਲੀਟੀਕਲੀ ਮਤਲਬ ਅੰਦਰ ਖਾਤੇ ਬਹੁਤ ਰੌਲਾਗਾ ਜਾਂ ਵੋਟ ਪਰਸੈਂਟੇਜ ਘਟ ਚੁੱਕਿਆਗਾ ਕਾਂਗਰਸ ਚ ਵੀ ਬੜਾ ਸੱਤ ਜਿੱਤਣ ਦੇ ਬਾਵਜੂਦ ਬੜਾ ਉਹਨਾਂ ਦਾ ਤਾਂ ਮੀਡੀਆ ਦੇ ਸਾਹਮਣੇ ਹੀ ਆ ਗਿਆ ਸਾਰਾ ਤੇ ਅਕਾਲੀ ਦਲ ਦਾ ਵੀ ਪੋਲੀਟੀਕਲ ਤੇ ਕ੍ਰਾਈਸਿਸ ਕੋਈ ਮਤਲਬ ਇਕਜੁੱਟ ਨਹੀਂ ਹੂੰ ਕਿ ਪੰਜਾਬ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਕ੍ਰਾਈਸਿਸ ਆ ਅੱਜ ਪੰਜਾਬ ਤੁਸੀਂ ਇਹ ਲਾ ਲਓ ਜੇ ਜਲੰਧਰ ਬੈਸਟ ਵਾਲੀ ਕਿਤੇ ਭਾਜੀਪੀ ਕੱਢ ਗਈ ਸੀਟ ਤਾਂ ਇਹ ਤਿੰਨਾਂ ਮਤਲਬ ਤਿੰਨੇ ਪਾਰਟੀਆਂ ਦੀਆਂ ਅੱਖਾਂ ਡੀਆਂ ਰਹਿ ਹੁਣ ਅਕਾਲੀ ਦਲ ਦਾ ਪਤੀ ਹੈ ਚਲੋ ਦੂਧਾ ਰਹਿ ਜੋ ਉਹਨਾਂ ਹੀ ਤਾਂ ਹੁਣ ਗੱਲ ਨਾ ਕਰੋ ਉਹ ਤਾਂ ਆਲਰੇਡੀ ਜਿੱਤ ਚੁੱਕੇ ਨੇ ਉਥੋਂ ਫਾਈਨਲ ਹਾਂ ਤੇ ਇਹ ਦੋਵਾਂ ਦਾ ਮਤਲਬ ਉਹ ਹੋ ਜੂਗਾ ਵੈਸੇ ਚਲੋ ਚੰਨੀ ਸਾਹਿਬ ਜ਼ੋਰ-ਜ਼ੋਰ ਦਾ ਬਹੁਤ ਮਾਰ ਲਾ ਰਹੇ ਨੇ ਹੂੰ ਦੇਖੋ ਚੰਨੀ ਦਾ ਫੈਕਟਰ ਵੀ ਆ ਇਹ ਨਹੀਂ ਗੱਲ ਵੀ ਚੰਨੀ ਦਾ ਨਾਮ ਹੈਗਾ ਚੰਦਰਜੀਤ ਸਿੰਘ ਚੰਨੀ ਦਾ ਪੂਰਾ ਨਾਮ ਹੈ ਤਾਂ ਤੁਸੀਂ ਦੇਖੋ ਕਿਤੇ 27 ਤੱਕ ਬੀਜੇਪੀ ਨੂੰ ਐਵੇਂ ਬੈਨੀਫਿਟ ਨਾ ਮਿਲ ਜੇ ਫ੍ਰੀ ਚ ਹੂੰ ਕਿਤੇ ਆ ਕਾਜਦਲ ਤੇ ਵੀ ਆ ਕਾਟੋਕਲੇ ਚੱਲ ਰਿਹਾ ਹੂੰ ਦੂਸਰੇ ਪਾਸੇ ਨਹੀਂ ਚਲੋ ਹੋਰ ਜ਼ਿਆਦਾ ਨਹੀਂ ਉਹ ਹੋ ਜਾ ਤਾਂ ਨਹੀਂ ਹੁੰਦਾ ਪੰਜਾਬ ਚੋਂ ਮੈਂ ਪਰ ਪ੍ਰਭਾਵ ਤਾਂ ਇੱਕ ਹੋਊਗਾ ਹੀ ਨਾ ਫਿਰ ਹਾਂ ਹੁਣ ਲੋਕਾਂ ਨੂੰ ਇਹਦਾ ਪਤਾ ਲੱਗ ਗਿਆ ਨਾ ਵੀ ਪਾਰਟੀ ਹੈਗੀ ਐ ਕੋਈ ਹਾਂ ਤਾਂ ਪੂਰੀ ਪਤਾ ਲੱਗ ਗਿਆ ਫਿਰ ਵੋਟ ਪਰਸੈਂਟੇਜ ਬਹੁਤ ਪਾਇਆ ਗਿਆ 18% ਵੋਟ ਪਾਇਆ ਤੀਜੇ ਨੰਬਰ ਤੇ ਆ ਗਏ ਉਹ ਉਹ ਹਿਸਾਬ ਦੇ ਨਾਲ ਤਾਂ ਤੀਜੇ ਨੰਬਰ ਤੇ ਹੀ ਆ ਉਹ ਹਾਂ ਜੇ காங்கிரஸ் 2 ਪੈ ਕੇ ਕਹ ਸਕਦੇ ਆ ਬੀਜਪੀ ਨਗਾ ਕਰੋ ਜੇ காங்கிரஸ் ਤਾਂ ਬੰਨ ਨਹੀਂ ਹੋ ਗਿਆ காங்கிரஸ் ਤੇ ਆਮ ਆਦਮੀ ਪਾਰਟੀ ਨਹੀਂ ਨਹੀਂ ਜੀ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਤੇ ਸਮਝੇ ਨਹੀਂ ਜਿਹੜੀ ਬੀਜਪੀ ਹੈ ਨਾ ਉਹ ਕਾਂਗਰਸ 2 ਆ ਅੱਛਾ ਪ੍ਰਧਾਨ ਕਿਹੜਾ ਹੂੰ ਕਿੱਥੋਂ ਆਇਆ ਉਹ ਹਾਂ ਹਾਂ ਆਈ ਕਹਿ ਸਕਦੇ ਆਪਾਂ ਕਿਹੜਾ ਹੈ ਰਣਾ ਆ ਹੁਣ ਕੇਂਦਰੀ ਮ ਰਾਜ ਮੰਤਰੀ ਕਿੱਥੋਂ ਆਇਆ ਹੂੰ ਆ ਹਾਂ ਜਿਹੜਾ ਫੋਇਪੋਰ 2 ਨੰਬਰ 3 ਨੰਬਰ ਤੇ ਆਇਆ ਇਹ ਕਸ ਇਹ ਸਕਦਾ ਕਲੋਨ ਨੇ ਕਲੋਨ ਕਲੋਨ ਹੁੰਦਾ ਹਾਂ ਹਾਂ ਕਲੋਨ ਓਏ ਕਲੋਨ ਨੇ ਕਲੋਨ ਨੇ ਹਾਂ ਕਿਤੇ ਹੁਣ ਆਣਾ ਓਏ ਸਤਾਈ ਚ ਕਾਂਗਰਸ ਵਰਸਸ ਕਾਂਗਰਸ ਹੋ ਜਾਏ ਹੂੰ ਜੇ ਆਮ ਆਦਮੀ ਪਾਰਟੀ ਦੇ ਗਰਾਫਿਸਟ ਲਿਖਣ ਡਿੱਗ ਧੱਕ ਗਿਆ ਹੂੰ ਤੇ ਕਾਇਦ ਹਾਲਾ ਲੜਦੇ ਰਹੇ ਤੇ ਕਿਤੇ ਕਾਂਗਰਸ ਵਰਸਸ ਕਾਂਗਰਸ ਨਾ ਹੋਲੇ ਕੋਸ਼ਿਸ਼ ਨੇ ਮੁੱਖ ਮੰਤਰੀ ਮਾਨ ਦੇਖ ਲਓ ਵੀ ਸੰਭਾ ਜਾਦਾ ਕੰਮ ਕਿ ਨਹੀਂ ਸੰਭਾ ਜਾਦਾ ਹਾਂ ਪਰ ਨੇ ਕਿ ਪਿੱਛੇ ਬਿਆਣਾ ਐ ਸੀ ਜੱਕੜ ਸਾਹਿਬ ਨੂੰ ਲੈ ਕੇ ਜੱਕੜ ਸਾਹਿਬ ਲਾਇਆ ਸੀ ਇਲਜ਼ਾਮ ਕਾਂਗਰਸ ਤੇ ਹੂੰ ਕਿ ਇਹ ਥੋੜਾ ਜਿਆਦਾ ਉਹ ਕਰਦੀ ਆ ਸਿੱਖ ਹਿੰਦੂ ਤਾਂ ਹੀ ਇਹ ਇੱਥੇ ਸਿੱਖ ਚਿਹਰੇ ਨੂੰ ਉਸੀਆਂ ਬਣਾ ਰਹੇ ਸੀ ਤੇ ਇਹ ਕਹਿੰਦਾ ਦੱਸੋ ਜੀ ਹੁਣ ਬਿੱਟੂ ਸਾਹਿਬ ਨੂੰ ਬਣਾਇਆ ਕੇਂਦਰੀ ਮੰਤਰੀ ਰਾਜ ਮੰਤਰੀ ਤੇ ਸੋਨੂ ਕਿਹਨੇ ਬਣਾਇਆ ਹੂੰ ਉਹ ਹੁਣ ਜੱਕੜ ਸਾਹਿਬ ਨੂੰ ਹੀ ਘੇਰ ਰਹੇ ਆ ਹੂੰ ਤੇ ਜੱਕੜ ਸਾਹਿਬ ਚਾਰੇ ਫਸੇ ਬੈਠੇ ਆ ਹੂੰ ਜਿਹੜੇ ਨਵੇਂ ਆ ਗਏ ਉਹ ਤਾਂ ਜੱਕੜ ਸਾਹਿਬ ਨੇੜੇ ਹੈਗੇ ਹੈਗੇ ਸੀ ਜਿਉਂ ਲੀਡ ਕਰ ਰਹੇ ਨੇ ਹੇ ਜਿਹੜੇ ਪੁਰਾਣੇ ਟਕਸਾਲੀ ਸੀ ਬੀਜਪੀ ਵਾਲੇ ਉਹ ਜਿਹੜੇ ਕਿੱਥੇ ਹਨ ਹੁਣ ਕਾਂਗਰਸ ਦੀ ਇੱਕ ਸਭ ਤੋਂ ਵੱਡੀ ਇਹ ਵੀ ਪ੍ਰੋਬਲਮ ਹੋ ਗਈ ਵੀ 60 ਪਲੱਸ ਸੀਟਾਂ ਆਈਆਂ ਨੇ ਨਾਲ ਬੇਦੀਆਂ ਉਹਦੇ ਜੋ ਕਿੰਨੀਆਂ ਆ ਰਹੇ ਨੇ ਆਈਆਂ ਕਿੱਥੇ ਕਿੰਨਾ ਵੋਟ ਪਰਸੈਂਟੇਜ ਘਟਿਆ ਕਿੱਥੇ ਕਿੱਥੇ ਕਾਂਗਰਸ 99 99 ਨੰਬਰ ਤੇ ਰਹੀ ਹੈ ਇਹ ਵੀ ਹੈ ਹਮ ਹਮ ਗੱਦੜਵਾਹੇ ਵੀ ਸ਼ਾਇਦ ਤੀਜੇ ਨੰਬਰ ਤੇ ਰਹੀ ਕਾਂਗਰਸ ਹਾਂ ਲੋ ਜੀ ਹੁਣ ਖਬਰ ਆਈ ਹੈ ਕਿ ਸੀਬੀ ਹਰਾਸਤੇ ਵਿੱਚ ਅਰਵਿੰਦ ਕੇਜੀਵਾਲ ਨੇ ਮੰਗੀ ਭਗਵਦ ਗੀਤਾ ਤੇ ਘਰ ਦਾ ਖਾਣਾ ਤੇ ਬੈਲਟ ਹੂੰ ਇਹ ਜਿਹੜੀ ਮੰਗ ਕੀਤੀ ਗਈ ਆ ਅਰਵਿੰਦ ਕਿ ਜੀ ਵਾਲਦੇ ਵੱਲੋਂ ਡਲਟ ਕਿ ਜਿਹੜੀ ਉਹ ਟੂ ਜਿਹੜੇ ਲਾਉਣ ਵਾਲੀ ਪੇਟੀ ਹੁੰਦੀ ਹੈ ਉਹ ਕਿ ਹੋਰ ਕੋਈ ਦੇਖੋ ਤਾਂ ਹੁਣ ਪਤਾ ਲੱਗੂ ਉਹ ਹੋਣੀ ਸ਼ਾਇਦ ਚਲੋ ਕੋਈ ਨਹੀਂ ਲੱਗ ਜੂ ਤਾਂ ਪਤਾ ਚਲੋ ਕੋਈ ਹੂੰ ਇਹ ਖਾਚਿਓ ਉੱਥੇ ਗੱਲ ਕਰ ਲਓ ਜਿਹੜੀ ਮੇਨ ਗੱਲ ਸੀ ਪ੍ਰਧਾਨ ਸਾਹਿਬ ਕੌਣ ਹੋਣਗੇ ਨਵਾਂ ਨਾਮ ਕੀ ਚਰਚਾ ਹੋ ਰਹੀ ਆ ਉਹਦਾ ਚਰਚਾ ਖਾਰੇ ਕੋਈ ਚਰਚਾ ਚਰਚਾ ਨਹੀਂ ਹੋ ਰਹੀ ਉਹ ਉਾਂ ਵੀ ਇਹ ਚਰਚਾ ਚੱਲ ਰਹੀ ਆ ਇੱਕ ਦੋ ਜਥੇਦਾਰਾਂ ਨਾਲ ਸੰਪਰਕ ਕੀਤਾਗਾ ਹਾਂ ਸਾਫ ਕਾ ਜਥੇਦਾਰਾਂ ਨਾਲ ਵੀ ਸੰਪਰਕ ਹੋਇਆਗਾ ਹਾਂ ਤੇ ਇੱਕ ਜਿਹੜੇ ਮੌਜੂਦਾ ਜਥੇਦਾਰ ਨੇ ਇੱਕ ਤਖਤ ਸਾਹਬ ਦੇ ਉਹਨਾਂ ਨਾਲ ਇਹਨਾਂ ਨੇ ਸੰਪਰਕ ਕੀਤਾ ਇੱਧਰ ਲੈ ਆਣੇ ਜਲੰਧਰ ਵਾਲਿਆਂ ਨੇ ਫਿਰ ਮਨਪਰੀ ਤੇ ਆਲੀ ਦੇ ਨਾਮ ਦੀ ਚਰਚਾ ਅ ਬਡਾਲਾ ਸਾਹਬ ਦੇ ਨਾਮ ਦੀ ਚਰਚਾ ਬਹੁਤ ਕੁਝ ਚੱਲ ਰਿਹਾ ਹੈਗਾ ਹਾਂ ਹਾਂ ਪਰ ਜਿਹੜੀ ਜ਼ਿਆਦਾ ਚਰਚਾ ਉਹ ਹੈਗੀ ਹਰੀਆ ਗੈਨੀ ਹਰਪੀ ਸਿੰਘ ਰੌਲੇ ਕਿ ਉਹਨਾਂ ਦੇ ਨਾਮ ਦੀ ਹੋ ਰਹੀ ਹੈ ਜਿਆਦਾ ਚਾ ਕੀ ਕਿਹਾ ਜਾ ਰਿਹਾ ਕਿ ਉਹਨੂੰ ਪ੍ਰਧਾਨ ਬਣਾਇਆ ਜਾ ਸਕਦਾ ਹਾਂ ਉਹ ਚਲੋ ਉਹਨਾਂ ਤੇ ਆ ਵੀ ਉਹ ਕਰਨਗੇ ਯਾਨੀ ਹਾਂ ਪਰ ਉਹ ਚਿਹਰਾ ਕਹਿੰਦੇ ਠੀਕ ਹੈ ਨਾ ਪਰ ਜੇ ਕਮੇਟੀ ਵਾਲਾ ਹੋ ਜੇ ਨਾ ਉਵੇਂ ਹੋ ਜੇ ਦੇਖੋ ਉਹ ਤਾਂ ਜਿਹੜਾ ਆਦਾ ਇਹ ਆਗੂ ਬਣਣਗੇ ਨਾ ਹੂੰ ਹੂੰ ਦੇਖੋ ਕੀ ਬੰਦਾ ਉਹਨਾਂ ਨੂੰ ਤਾਂ ਫਿਰ ਤਾਂ ਹਜੇ ਕੀ ਪਤਾ ਕੋਈ ਗਣਤੁੱਪ ਹੋ ਜੇ ਕੋਈ ਜਿਹਦਾ ਬਾਕੀ ਮੈਨੂੰ ਲੱਗਦਾ ਕਿ ਵੀ ਥੋੜਾ ਹੋ ਸਕਦਾ ਆਪਾਂ ਗਲਤ ਹੋਈ ਆ ਆਪਾਂ ਚਲੋ ਉਹ ਮੈਂ ਸਪੋਰਟ ਨਹੀਂ ਕਰ ਰਹੇ ਵੀ ਇਹ ਸਾਰੇ ਸਿਸਟਮ ਚ ਪਤਾ ਨਹੀਂ ਉਹ ਉਹ ਸ਼ਾਦਾ ਆਪ ਹੀ ਨਾਣ ਵਾਲੋ ਹੁਣ ਜਿੱਥੇ ਤਾਂ ਰਣਜੀਤ ਸਿੰਘ ਹੋਣਾ ਚਾਹੀਦਾ ਫਿਰ ਉਸੀ ਦਾ ਫਿਰ ਨਾ ਗੱਲ ਜਮਾ ਉਹ ਕੰਨੀ ਵਾਲੀ ਚੱਕ ਲਈ ਫਿਰ ਪੜਾਕੇ ਦੇਖੀ ਤੂੰ ਪਾਇੰਦੇ ਨਹੀਂ ਫਿਰ ਖਰੀ ਗੱਲ ਜੀ ਤਾਂ ਦੇਖੋ ਯਾਰ ਹੁਣ ਲੋਡ ਆ ਇਹਨਾਂ ਨੂੰ ਕਰਨ ਦੀ ਨਹੀਂ ਖੇਤਰੀ ਪਾਰਟੀ ਦਾ ਨਾ ਆਧਾਰ ਖਤਮ ਹੋ ਗਿਆ ਨਾ ਗੱਲ ਇਹ ਹੋਰ ਕੁਝ ਨਹੀਂ ਆਪਾਂ ਨੂੰ ਹੋਰ ਤਾਂ ਕੀ ਆ ਹੂੰ ਨਹੀਂ ਹੋ ਸਕਦਾ ਉਹਨਾਂ ਤੋਂ ਵੀ ਬੈਟਰ ਹੋਰ ਬਥੇਰੇ ਚਿਹਰੇ ਹੋਣਗੇ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਸਭ ਤੋਂ ਉਹੜੇ ਉਹਨਾਂ 'ਚ ਵੀ ਹੋ ਸਕਦਾ ਆਪਾਂ ਨੂੰ ਨਾਲ ਧਿਆਨ ਚ ਹੋਵੇ ਕਾਮੀਆਂ ਹੋਣਗੀਆਂ ਕਿ ਪਤਾ ਆਫੀ ਨਾਲ ਨਾਲ ਆਉਣ ਕਿਉਂਕਿ ਥੋੜਾ ਜਨਾ ਸੁਭਾਵੀ ਉਹ ਹੋ ਹੈਗਾ ਹੂੰ ਪਰ ਲੋਕੋ ਮੈਂ ਸਟ੍ਰੇਟ ਫਾਰਵਰਡ ਜਾਂ ਬੰਦਾ ਚਾਹ ਰਹੇ ਨੇ ਹਾਂ ਅਕਾਲੀ ਦਲ ਚ ਤਾਂ ਅਕਾਲੀ ਦਲ ਨੂੰ ਤਾਂ ਸਰਵਾਈਵ ਕਰਨ ਦੇ ਰਤਨ ਜੀ ਪੰਥਕ ਮਸਲੇ ਦੇ ਹੋਰ ਕੋਈ ਨਹੀਂ ਹੋ ਸਕਦਾ ਹੁਣ 아이 ਨਹੀਂ ਪਤਾ ਆਪਣਾ ਇਹ ਕੱਢ ਕੇ ਕੋਈ ਉਹਨਾਂ ਦਾ ਵੀ ਕੋਈ ਲਿੰਕ ਆਪਾ ਦੇ ਇਹਦਾ ਲਿੰਕ ਆਪ ਤਾਂ ਦੇਖ ਸਾਰਿਆਂ ਦੀ ਰਹੇ ਹੈ ਕਿਸੇ ਦਾ ਕੋਈ ਕਾਂਗਰਸ ਕਿਸੇ ਦਾ ਕੋਈ ਬੀਡੀਪੀ ਪਰ ਇਹਨਾਂ ਨੂੰ ਕੁਝ ਕੱਢ ਕੇ ਕੋਈ ਮਤਲਬ ਬੰਦਾ ਉਹ ਕਰਨਾ ਚਾਹੀਦਾ ਜਿਹੜਾ ਥੋੜਾ ਸਟ੍ਰੇਟ ਫਾਰਵਰਡ ਤਕੜੀ ਗੱਲ ਕਰੇਗਾ ਜੇਕਰ ਹੁਣ ਸਰਬਜੀਤ ਸਿੰਘ ਖਾਸ ਜਤ ਹਾਸਲ ਕਰਦੇ ਨੇ ਅਮਰਪਾਲ ਜਤ ਹਾਸਲ ਕਰਦੇ ਨੇ ਬਿਲਕੁਲ ਤਾਂ ਫਿਰ ਹੁਣ ਜਿਹੜੇ ਬਾਈ ਇਲੈਕਸ਼ਨ ਹੋਣ ਜਾ ਰਹੇ ਆ ਇਹ ਚਰਚਾ ਹੋ ਰਹੀ ਆ ਪੰਥਕ ਚਿਹਰਿਆਂ ਨੂੰ ਲੈ ਕੇ ਤੇ ਫਿਰ ਅਕਾਲੀ ਦਲ ਨੂੰ ਸੋਚਣਾ ਪੈਣਾ ਗਾਂ ਵਾਲੀ ਪੋਲਿਟਿਕਸ ਉਮੇ ਮਾਪ ਨਹੀਂ ਪਾਏ ਸੁਖਬੀਰ ਬਾਦਲ ਸ਼ਾਇਦ ਹਮ ਇੱਥੇ ਹੀ ਜੇ ਕਾਪ ਦਾ ਕੈਂਡੀਡੇਟ ਵਿਧਰੋ ਕਰ ਲੈਂਦੇ ਕੱਲਾ ਫਰੀਦਕੋਟ ਤਾਂ ਬਹੁਤ ਗੱਲਾਂ ਹਰੂ ਹੋਣੀਆਂ ਸੀ ਬਦਲ ਜਾਣੀਆਂ ਹਾਂ ਹਾਂ ਬਿਲਕੁਲ ਲੋਕਾਂ ਦਾ ਵੀ ਥੋੜਾ ਜਿਹਾ ਹਰੂ ਹੋਣਾ ਸੀ ਹਮ ਪਰ ਉਹ ਤਾਂ ਅਟੈਕਿੰਗ ਮੂਡ ਰੇ ਨੇ ਤੇ ਹੁਣ ਵੀ ਵਿਰਸ ਸਿੰਘ ਵਲਟੋਆ ਬੋਲ ਰਹੇ ਸੀ ਹੂੰ ਉਹਨੇ ਸਵਾਲ ਕੀਤਾ ਕਿ ਪੱਤਰਕਾਰ ਨੇ ਜੀ ਤੁਸੀਂ ਫਿਰ ਕਿਵੇਂ ਸੋਚਦੇ ਹੋ ਹੁਣ ਆਉਂਦਾ ਮੈਂ ਚੁੱਪ ਪਰ ਕਹਿੰਦਾ ਥੋੜਾ ਸਮਾਂ ਬਾਅਦ ਕਿ ਲੋਕ ਮੈਨੂੰ ਰੱਖਣਗੇ ਕਿ ਤੁਸੀਂ ਸਹੀ ਬੋਲਦੇ ਸੀ ਉਲਟੋਵਾ ਸਾਹਿਬ ਉਹ ਹਜੇ ਵੀ ਉਹਨਾਂ ਗੱਲਾਂ ਤੇ ਨਹੀਂ ਨਹੀਂ ਉਹ ਆਪਾਂ ਖਡੂਰ ਸਾਹਿਬ ਦੀ ਨਹੀਂ ਗੱਲ ਕਰ ਰਹੇ ਆਪਾਂ ਫਰੀਦਕੋਟ ਦੀ ਗੱਲ ਕਰ ਰਹੇ ਹਾਂ ਆਪਾਂ ਉਸ ਲਾਈਨ ਦੀ ਗੱਲ ਕਰ ਰਹੇ ਹਾਂ ਜਿਹੜੀ ਲਾਈਨ ਪਾਰਟੀ ਨੇ ਚੁਣੀ ਸੀ ਪੰਥ ਵਰਸਸ ਦਿੱਲੀ ਦਾ ਮਤਲਬ ਇਹਨੇ ਪਰਿਵਾਰ ਤੇ ਕਹਿਣਾ ਨਹੀਂ ਕੀਤਾ ਸੀ ਇਹ ਮਤਲਬ ਆਏ ਹਨਾ ਜਿਵੇਂ ਵਿਰਸਾ ਸਿੰਘ ਵਲਟੋਹਾ ਜਾਂ ਪਾਰਟੀ ਦੀ ਲਾਈਨ ਪਾਈ ਅਮਰਿਤਪਾਲ ਸਿੰਘ ਲਈ ਤਾਂ ਇਹ ਸੀ ਵੀ ਉਹ ਨਵਾਗਾ ਜਾਂ ਉਹਨੇ ਆ ਗਲਤ ਕਰਤਾ ਜਾਂ ਐਂ ਕਰਤਾ ਉਹਦੇ ਲਈ ਤਾਂ ਉਹਨਾਂ ਕੋਲੇ ਇਹ ਸੀਗਾ ਵੀ ਉਹਨਾਂ ਨੇ ਪੰਥ ਲਈ ਹਜੇ ਕੁਛ ਕੀਤਾ ਨਹੀਂ ਜਾਂ ਉਵੇਂ ਕੁਛ ਨਹੀਂ ਵੀ ਉਹਦਾ ਗੱਲਾ ਹਜੇ ਆਏ ਸੀ ਹਜੇ ਤਾਂ ਅੱਗੇ ਕਿਵੇਂ ਹੋਣਾ ਸੀ ਜਾਂ ਕਿਵੇਂ ਚਲੋ ਠੀਕ ਆ ਪਰ ਇੱਥੇ ਫਰੀਦਕੋਟ ਵਾਲਾ ਕੈਂਡੀਡੇਟ ਦਾ ਤਾਂ ਇੱਕ ਉਹਦੇ ਪਰਿਵਾਰ ਦਾ ਇੱਕ ਇਤਿਹਾਸ ਸੀ ਨਾ ਮਤਲਬ ਤਖਣਾ ਇਤਿਹਾਸ ਆ ਤੇ ਉਹ ਥੋੜਾ ਜਿਆਦਾ ਕਰਨਾ ਚਾਹੀਦਾ ਸੀ ਤੁਸੀਂ ਸਿੱਖ ਲੈਂਦੇ ਬਾਲ ਸਾਹਿਬ ਜੀ ਉਹਨਾਂ ਨੇ ਆਪਣਾ ਕੈਂਡੀਡੇਟ ਨਹੀਂ ਖੜਾ ਕੀਤਾ ਸੀ ਪਰਿਵਾਰ ਦੇ ਖਿਲਾਫ ਚੋਣਾ ਚ ਚੇਂਜ ਸੀ ਮਤਲਬ ਇਹ ਇਹ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਉਹ ਹੁੰਦਾ ਤੇ ਉੱਥੇ ਵੀ ਫਿਰ ਹੌਲੀ ਹੌਲੀ ਮਤਲਬ ਖਡੂਰ ਸਾਹਿਬ ਵੀ ਉਹਨਾਂ ਦਾ ਹੌਲੀ ਹੌਲੀ ਉਹ ਹੋ ਜਾਣਾ ਸੀਗਾ ਸਿਸਟਮ ਚਲਾਉਣ ਵਾਲੇ ਦਿਨਾਂ ਚ ਮਤਲਬ ਇੱਥੇ ਤਾਂ ਉਵੇਂ ਰੀਜ਼ਨ ਵੀ ਸੀ ਨਹੀਂ ਸੀ ਜਿਹੜਾ ਰੀਜ਼ਨ ਉੱਥੇ ਦੇ ਰਹੇ ਹੋ ਇੱਥੇ ਰੀਜ਼ਨ ਨਹੀਂ ਸੀ ਹੂੰ ਹੂੰ ਤਾਂ ਨਾਲੇ ਟਕਿਆ ਢੋਲ ਰਹਿ ਜਾਂਦਾ ਹਾਂ ਆਏ ਹੋ ਜਾਂਦਾ ਵੀ ਪਤਾ ਨਹੀਂ ਇੰਨਾ ਕਰਕੇ ਕਾਲੀ ਦਲ ਕਰਕੇ ਜਿੱਤ ਗਏ ਬਿਲਕੁਲ ਇੰਨਾ ਵੋਟ ਪੈ ਗਿਆ ਹੁੰਦਾ ਹੀ ਆ ਇਹ ਪਾਰਟੀ ਦਾ ਪਾਰਟੀ ਪੁਰਾਣੀ ਆ ਪਰ ਹੁਣ ਕੀ ਚਲੋ ਹੁਣ ਵੀ ਤੇ ਇਸ ਤੋਂ ਪਹਿਰੇ ਜੋ ਬਾਈ ਇਲੈਕਸ਼ਨ ਹੋਇਆ ਸੀ ਸੰਗਰੂਰ ਵਾਲਾ ਉਹਦੇ ਵੀ ਜਿਹੜੀ ਉਹਨਾਂ ਨੂੰ ਵੋਟ ਪਈ ਆ ਆਪਣੇ ਧਰਮਕੋਟ ਜੀ ਨੂੰ ਉਹਨੀ ਸਾਰੀ ਵੋਟ ਉਹਨਾਂ ਕੋਲੇ ਖਾਲਸਾ ਜੀ ਕੋਲੇ ਡਿੱਗਦੀ ਤੇ ਕਿੰਨਾ ਕੱਡੇ ਮਾਰਜਨ ਨਾਲ ਜਿੱਤਣਾ ਸੀਗਾ 2 ਲੱਖ ਪਲੱਸ ਮਾਰਜਨ ਟੱਪ ਜਾਂਦੇ ਹੂੰ ਇਹ ਵੀ ਹੈ ਨਾ ਗੱਲ ਚਲੋ ਚਲੋ ਸਰਕਾਰ ਕੁਝ ਕਰਦੀਆਂ ਪਾਰਟੀ ਕੁਝ ਕਰਦੀਆਂ ਲੱਗ ਜੂ ਪਤਾ ਪਰ ਬੇਵ ਹੋਰੂ ਬੰਨੀ ਸੀ ਨਾ ਹਾਂਜੀ ਡਬਲ ਬੇ ਬਣ ਕੇ ਬੋਰਡ ਪਲੱਸ ਉਹਨਾਂ ਵਾਲੀ ਵੀ ਪੈਂਦੀ ਇਹਨਾਂ ਦਾ 70 80000 ਮਾਰਜਨ ਰਿਹਾ ਹੈਗਾ ਉਹ ਪੈ ਜਾਂਦੀ ਲੱਖ ਵੋਟ ਦੇ ਨੇੜੇ ਫਿਰ ਹੋਰ ਕੁਸ਼ਟ ਬੋਰਡ ਜੁੜਦੀ 2 ਲੱਖ ਦੇ ਜਮਾ ਕੋਲ ਨੂੰ ਲੱਗ ਜਾਣਾ ਸੀ ਉਹ ਤਾਂ ਹੁੰਦਾ ਹੀ ਆ ਪ੍ਰਭਾਵ ਤਾਂ ਬਿਲਕੁਲ ਜੀ ਤੇ ਫਿਰ ਆਪਾਂ ਹੁਣ ਲੱਗੇ ਜਾਇ ਤੇ ਜੀ ਫਿਰ ਹਾਂ ਇੱਕ ਜਾਂਦੇ ਜਾਂਦੇ ਅਸੀਂ ਚੋ ਗੱਲ ਕਰ ਲਈਏ ਇੱਕ ਵੀਡੀਓ ਸਵੇਰੇ ਟਵੀਟ ਟਵਿੱਟਰ ਦੇ ਉੱਤੇ ਆਪਾਂ ਪਾਇਆਗਾ ਥੋੜੀ ਕੁੜੀ 4 ਮਹੀਨਿਆਂ ਤੋਂ ਬੈਠੀ ਆ ਨੌਕਰੀ ਦੇ ਲਈ ਉਹ ਸ਼ਾਇਦ ਬਹੁਤ ਸਾਰੇ ਲੋਕ ਇਹ ਵੀ ਪਹਿਲਾਂ ਕਹਿੰਦੇ ਸੀ ਵੀ ਕਾਨੂੰਨੀ ਕੋਈ ਪੇਚ ਆ ਜਾਂ ਕੁਛ ਆਏ ਅੜਿਆ ਹੋਇਆਗਾ ਪਰ ਗੱਲ ਇਹ ਆ ਵੀ ਉਹ 4 ਮਹੀਨੇ ਤੋਂ ਵਿਚਾਰੀ ਬੈਠੀ ਆ ਵਿੱਚ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੁਛ ਕਰਨਾ ਚਾਹੀਦਾ ਹੁਣ ਅੱਜ ਮੀਂਹ ਪੈ ਰਿਹਾ ਹੈਗਾ ਮੀਂਹ ਵਾਲੀ ਵੀਡੀਓ ਹੀ ਆਪਾਂ ਪਾਈ ਆ ਤੇ ਉਹਦੇ ਤੇ ਕੁਛ ਨਾ ਕੁਛ ਮਤਲਬ ਲੋਕਾਂ ਨੂੰ ਉਹ ਕੁਛ ਸਰਕਾਰ ਨੂੰ ਸੋਚਣਾ ਚਾਹੀਦਾ ਬਿਲਕੁਲ ਮਤਲਬ ਉਹ मतलब वो बच्चा ਤਾਂ ਆਪਾਂ ਕਹਦੇ ਵੀ ਪੰਜਾਬ ਦੇ ਹੀ ਆ ਨਾ ਆਸਾਨੀ ਤੌਰ ਦੇਤੇ ਕੁਝ ਨਾ ਕੁਝ ਇੰਟਰਵਿਨ ਕਰਕੇ ਵੱਡੇ ਲੀਡਰਾਂ ਨੂੰ ਜਾ ਕੇ ਮਤਲਬ ਕੁਝ ਸਟਰੋਂਗ ਹੋਣਾ ਚਾਹੀਦਾ ਚਲੋ ਜੇ ਨੌਕਰੀ ਵਾਲਾ ਉਵੇਂ ਉਹ ਪੇਚ ਨਹੀਂ ਵੀ ਨਿਕਲ ਰਿਹਾ ਉਹਨਾਂ ਬੰਦਿਆਂ ਦਾ ਆਪਾਂ ਤਾਂ ਕਹਨੇ ਆ ਵੀ ਉਹ ਵੀ ਸੋਲਵ ਆਊਟ ਹੋ ਜੇ ਨੌਕਰੀ ਵਾਲਾ ਨਹੀਂ ਵੀ ਵੀ ਕੋਈ ਹੈਗਾ ਕਾਨੂੰਨੀ ਦਾ ਪੇਚ ਪਰ ਉਹਨੂੰ ਦਾ ਮਤਲਬ ਜੇ ਉਹਨੂੰ ਕੁੜੀ ਨੂੰ ਕੁਸ਼ ਹੋਊ ਗਿਆ ਫਿਰ ਗਲਤ ਹੋ ਜੂਣਾ ਕੰਮ ਗਰਮੀ ਵੀ ਬਹੁਤ ਜ਼ਿਆਦਾ ਹੋਣਾ ਮੀਂਹ ਪੈ ਗਿਆ ਬਿਮਾਰੀਆਂ ਵੀ ਆਏ ਇਹ ਸੀਜ਼ਨ 'ਚ ਆਪਾਂ ਕਹੇ ਡੇਂਗੂ ਡੂੰਗੂ ਜਾਂ ਹੋਰ ਕੋਈ ਕਈ ਵਾਰੀ ਮੌਸਮ ਬਦਲਦਾ ਹੈਗਾ ਬਦਲੂਗਾ ਇੱਕੋ ਦਾਮ ਹਣਾ ਹੁਣ ਬਿਲਕੁਲ ਜੀ ਤੇ ਇਹ ਧਿਆਨ ਕਰਨਾ ਇਹ ਗੱਲਾਂ ਦੇਖ ਉਹੀ ਗੱਲ ਆ ਗੱਲ ਅੱਜ ਦੀ ਕਿڑی ਬਹੁਤ ਛੋਟੀ ਆ ਦੇਖੋ ਉਹਨੇ ਤਾਂ ਗੱਲ ਵੱਡੀ ਆ ਵੀ 4 ਮਹੀਨੇ ਹੋ ਗਏ ਕੁੜੀ ਨੂੰ ਵੜ ਪਰ ਸਰਕਾਰ ਲਈ ਇਹ ਗੱਲ ਕੁਝ ਨਹੀਂ ਆਪ ਜਾ ਕੇ ਉੱਥੇ ਚਾਹੇ ਮੁੱਖ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਦੇ ਵਾਈਫ ਹੁਣ ਬਹੁਤ ਐਕਟਿਵ ਨੇ ਪੋਲਿਟਿਕਸ ਦੇ ਵਿੱਚ ਜਿਨ੍ਹਾਂ ਦਾ ਹੋਰ ਕੋਈ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਭੈਣ ਜੀ ਪਰ ਜਾ ਕੇ ਕੁਝ ਮਤਲਬ ਕੁਝ ਕਰਨ ਜੇ ਉਹਨੂੰ ਕੁਝ ਹੋਊਗਾ ਤਾਂ ਕਿੱਡਾ ਮਾਮਲਾ ਬਣ ਜਾਣਾ ਜਿਹੜਾ ਅੱਗੇ ਰੋਪੜ ਵਾਲਾ ਬਣੇ ਫਿਰ ਸਰਕਾਰ ਦੀ ਨਖੇਦੀ ਹੁੰਦੀ ਗੱਲ ਇਹ ਆ ਕੁੱਲ ਮਿਲਾ ਕੇ ਗੱਲ ਇਹ ਆ ਇਹਦਾ ਸਿਸਟਮ ਆਣਾ ਹੂੰ ਇੱਥੇ ਕੋਈ ਬਦਲਾਅ ਕਰਨ ਦੇ ਲਈ ਜਾਂ ਲੋਕਾਂ ਨੂੰ ਜਗਾਉਣ ਦੇ ਲਈ ਬਲੀਦਾਨ ਦੇਣਾ ਪੈਂਦਾ ਹੂੰ ਤਾਂ ਯਾਰ ਇਹ ਫਿਰ ਗਲਤ ਹੋ ਜੂਗਾ ਨਾ ਕੰਮ ਆਪਾਂ ਦਾ ਜਿਹੜਾ ਨਾ ਪਰ ਸਿਸਟਮ ਜਾਗਦੇ ਨਹੀਂ ਹਬੋਰ ਸ਼ਹਿਰ ਦੀ ਆ ਕੁੜੀ ਹਾਂ ਗੁਰਦੀਪ ਕੌਰ ਉਹਦਾ ਨਾਮ ਆ ਤੇ ਫਿਰ ਵੀ ਐ ਫਿਰ ਗੱਲ ਹੱਥ ਨਹੀਂ ਹੋਣੀ ਠੀਕ ਆ ਜੀ ਕਾਨੂੰਨੀ ਕੁਝ ਗੱਲ ਵੀ ਆ ਉਹ ਸਾਰਿਆਂ ਨਾਲ ਫੈਸਲਾ ਕਰਕੇ ਕੁਝ ਮਤਲਬ ਉਹ ਇੱਕ ਇਹ ਵੀ ਹੁੰਦਾਗਾ ਵੀ ਜਿਵੇਂ ਹੁਣ ਡੀਸੀ ਵੀ ਚਲੋ ਡੀਸੀ ਵੀ ਵੱਡਾ ਹਮ ਪਾਵਰ ਹੁੰਦੀ ਆ ਐਸਐਸਪੀ ਕੋਲੇ ਵੀ ਹੁੰਦੀ ਆ ਔਰ ਇੱਕ ਪੋਲੀਟੀਕਲ ਤੌਰ ਦੇਤੇ ਰਾਜਨੀਤੀਕ ਜਦੋਂ ਵੱਡਾ ਚਿਹਰਾ ਜਾਂਦਾਗਾ ਸੱਤਾਧਰ ਪਾਰਟੀ ਦਾ ਕੁਝ ਚਾਹੇ ਯਾਰ ਮਤਲਬ ਉਹ ਜਿਵੇਂ ਹੁਣ ਕੁਲਦੀਪ ਢਾਲੀਵਾਲ ਅਕਸਰ ਕਹਿੰਦੇ ਨੇ ਜਾਂ ਬਹੁਤ ਸਾਰੇ ਲੀਡਰ ਕਹਿੰਦੇ ਵੀ ਜੇ ਸਾਨੂੰ ਪਾਰਟੀ ਕੋ ਉਹ ਸੀ ਪੋਸਟਰ ਵੀ ਲਾ ਦਾਂਗੇ ਜਾਂ ਇਹ ਵੀ ਕਰ ਦਾਂਗੇ ਜਾਂ ਕੁਝ ਵੀ ਮਤਲਬ ਕਰਾਂਗੇ ਗਰਾਊਂਡ ਤੇ ਵਰਕ ਵੀ ਕਰਾਂਗੇ ਹਰ ਇੱਕ ਪਾਰਟੀ ਦੇ ਲੀਡਰ ਕਹਿੰਦਾ ਤੇ ਕਿਸੇ ਦੀ ਮਤਲਬ ਜੇ ਕੋਈ ਬੱਚਾ ਬੈਠਾ ਵੀ ਆ ਤਾਂ ਉਹਦੀ ਮਿੰਤ ਕਰਨ ਦੇ ਵਿੱਚ ਤਾਂ ਕੀ ਆ ਉਹਦੇ ਚ ਵੀ ਕੋਈ ਨਖੇਦੀ ਤਾਂ ਹੈ ਨਹੀਂ ਨਾ ਸਰਕਾਰ ਦੀ ਇੱਕ ਆਪਾਂ ਕਹਿ ਦਈਏ ਵੀ ਬੇਸ਼ਕੀਮਤੀ ਜਾਨ ਆ ਯਾਰ ਹੂੰ ਜਿਹੜੀ ਸਭ ਤੋਂ ਆਪਾਂ ਹੁਣ ਕੀ ਜਾਨ ਦੀ ਕੀਮਤ ਤਾਂ ਨਹੀਂ ਨਾ ਕੋਈ ਉਹ ਤਾਂ ਫਿਰ ਫਿਰ ਐਵੇਂ ਮੁਆਵਜ਼ੇ ਦੇਈ ਜਾਉਂਗੇ ਹੂੰ ਫਿਰ ਕੀਮਤਾਂ ਲਾਉਂਦੇ ਫਿਰਦੇ ਆਪਾਂ ਇਹ ਗੱਲ ਆਪਾਂ ਤਾਂ ਇਹ ਗੱਲ ਦੀ ਗੱਲ ਕਰਦੇ ਹਾਂ ਤਾਂ ਪਰਿਵਾਰ ਕਿੰਨਾ ਕਿਸੇ ਦਾ ਟ੍ਰਬਲ ਚ ਹੋ ਫਿਰ ਜਿਹੜੇ 7-8 ਬੰਦੇ ਅ ਮਤਲਬ ਦਿਨਾ ਬਾਈਸ ਉਹਦੇ ਥੱਲੇ ਉੱਥੇ ਟਾਵਰ ਦੇ ਥੱਲੇ ਬੈੰਦੇ ਆ ਡਿਊਟੀ ਫਿਰ ਕੋ ਲੜਕੀ ਆ ਬਹੁਤ ਔਖਾ ਗਾ ਹਨਾ ਤੇ ਇਹ ਗੱਲ ਫਿਰ ਗਲਤ ਹੋ ਜੂਗੀ ਆਪਾਂ ਤਾਂ ਉਮੀਦ ਕਰਦੇ ਆ ਕਿ ਸਰਕਾਰ ਕੁਝ ਮੈਂ ਤਾਂ ਹੀ ਅੱਜ ਆਪਾਂ ਪੋਸਟ ਪਾਈ ਉਹਦੇ ਟਵਿੱਟਰ ਤੇ ਲਿਖ ਕੇ ਵੀ ਸ਼ੇਮ ਫੋਰ ਪੰਜਾਬ ਗਵਰਨਮੈਂਟ ਉਹ ਸ਼ੇਮ ਦਾ ਮਤਲਬ ਇਹ ਨਹੀਂ ਵੀ ਉਹਨੂੰ ਨੌਕਰੀ ਨਹੀਂ ਦਿੱਤੀ ਸ਼ੇਮ ਦਾ ਮਤਲਬ ਇਹ ਹੈ ਵੀ ਇੱਕ ਬੇਸ਼ਕੀਮਤੀ ਜਾਨ ਬੈਠੀ ਆ ਤੇ ਉਹਦਾ ਮਤਲਬ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਹੈਗਾ ਵੀ ਬਾਅਦ ਵਿੱਚ ਐਵੇਂ ਮੁਆਵਜ਼ੇ ਦੀ ਜਾਵਾਂਗੇ ਉਥੇ ਵੱਡਾ ਲੀਡਰ ਹਮੇ ਤਾਂ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਖੁਦ ਹੀ ਕਿੱਡੀ ਕ ਗੱਲਾਂ ਮੁੱਖ ਮੰਤਰੀ ਲਈ ਫੇਰ ਕੀ ਯਾਰ ਅੱਗੇ ਵੀ ਉਹਦਾ ਨਾਲ ਇੱਕ ਫੋਨ ਨਾ ਕਰ ਲੈਣਾ ਹਾਂ ਫੋਨ ਕਰਨਾ ਜਾਂ ਕੁਝ ਵੀ ਯਾਰ ਵੀ ਸਮਝਾਉਣ ਉਹਨਾਂ ਨੂੰ ਉਹਨੇ ਸਾਰੀ ਜਥੇਬੰਦੀ ਨੂੰ ਕਿਉਂਕਿ ਜੇ ਉਹਨੂੰ ਬੰਦੇ ਨੂੰ ਕੁਝ ਹੋ ਗਿਆ ਮਤਲਬ ਫੇਰ ਗਲਤ ਹੋ ਗੱਲ ਹੈ ਫੇਰ ਇੱਕ ਟਾਈਮ ਬਹੁਤ ਜ਼ਿਆਦਾ ਹੋ ਗਿਆ ਹਾਂ ਤੇ ਫਿਰ ਆਪਾਂ ਲੱਗੇ ਜਾਇ ਤੇ ਜੀ ਤੇ ਅੱਜ ਆਪਣਾ ਪੌਡਕਾਸਟ ਰਿਕਾਰਡ ਹੋਣਾ 2 ਤੋਂ 4 ਤੇ ਜਿਨ੍ਹਾਂ ਨੇ ਸੁਣਨਾ ਟੈਲੀਫੋਨ ਵਾਲਾ ਤੇ ਉਹ ਭਾਈ ਹਾਂ ਐਪ ਐਪ ਦੇ ਉੱਤੇ ਸੁਣ ਸਕਦੇ ਹੋ ਤੇ ਜਿਆਦਾ ਤੋਂ ਜਿਆਦਾ ਮੈਂਬਰਸ਼ਿਪ ਲਓ ਐਪ ਦੀ ਤੇ ਉੱਥੇ ਵੀ ਸੁਣ ਸਕਦੇ ਹੋ ਮਿਲਦੇ ਆਂ ਫਿਰ ਸ਼ਨੀਵਾਰ ਨੂੰ ਜੀ ਹਾਂ ਜੀ ਆਪਾਂ ਹਣ ਸ਼ਨੀਵਾਰ ਨੂੰ ਮਿਲਾਂਗੇ ਧੰਨਵਾਦ ਜੀ ਧੰਨਵਾਦ ਜੀ ਸਸ਼ੀ ਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ